ਜਿਹੜੇ ਮਾਨ ਸਨਮਾਨ ਕਰਨੇ ਹੈ, ਜਿਹੜੇ ਸਾਡੇ ਦਾਨੀ ਵੀਰ ਹੈ, ਇਹਦੇ ਲਾਗੇ ਰਹਿਣ। ਇਹ ਸਾਡੀ ਬੇਨਤੀ ਹੈ ਸਾਡੇ ਦਾਨੀ ਭਰਾਵਾਂ ਨੂੰ ਜਿਨ੍ਹਾਂ ਨੇ ਇਸ ਕਬੱਡੀ ਕੱਪ ਨੂੰ ਯੋਗਦਾਨ ਦਿੱਤੇ ਹੈ, ਉਹ ਵੀਰ ਜਿਹੜੇ ਸਟੇਜ ਦੇ ਲਾਗੇ ਰਹਿਣ। ਅਸੀਂ ਥੋੜੇ ਸਮੇਂ ਤੱਕ ਉਹਨਾਂ ਦੇ ਮਾਨ ਸਨਮਾਨ ਕਰਨੇ ਹੈ। ਇਹ ਸਾਡੀ ਬੇਨਤੀ ਹੈ ਸਾਡੇ ਦਾਨੀ ਭਰਾਵਾਂ ਨੂੰ। ਇੱਧਰ ਕਬੱਡੀ ਭਾਣ ਦੇ ਵੀ ਜਲਾਲਾਬਾਦੀ ਵਧਿਆ ਹੋਇਆ ਜੀਤਾ ਹਲਕਾ ਟੱਚ ਤੇ ਪੁਆਇੰਟ ਰੇਡਰ ਦਾ ਡੋਲੀ ਨਾ ਪੁੱਤ ਪੰਜਾਬ ਦੇ ਆ, ਘਰ ਘਰ ਪਹੁੰਚੇ ਮੈਂ ਕੋ ਤੇਰੀ ਫੁੱਲ ਗੁਲਾਬ ਦੇ ਆ, ਮਿੱਟੀ ਚੁੱਕ ਚੁੰਮ ਮੱਥੇ ਲਾਉਣਗੇ ਤੇਰੇ ਰਾਵਾਂ ਦੀ, ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ, ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਇੱਧਰ ਕਬੱਡੀ 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 ਕਰਦਾ ਆ ਨੌਜਵਾਨ ਗੱਭਰੂ, ਅਲਕੜਾਂ ਵਾਲਾ ਜੱਸੀ ਗੁਸਲ ਮਾਰਦਾ, ਪੁਆਇੰਟ ਰੇਡਰ ਦਾ ਚੱਲ ਸੋਹਣਿਆ ਵੱਧ ਅੱਗੇ ਨੌਜਵਾਨਾਂ ਪਾ ਕਬੱਡੀ। ਬੱਗੀ ਤਿੱਤਰੀ ਕਮਾਦ ਤੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ, ਬੱਗੀ ਤਿੱਤਰੀ ਕਮਾਦ ਤੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ। ਗੱਲ ਉਹ ਬਣ ਗਈ ਹੈ, ਦੇਖੋ ਭੱਜਦਾ ਪੰਪ ਲੱਗਿਆ ਜ਼ੋਰ, ਮਾਰੋ ਝਟਕਾ ਨੌਜਵਾਨਾਂ ਖੇਤੋਂ ਸੋਹਣਿਆ, ਤਾੜੀਆਂ ਵੱਜਣਗੀਆਂ, ਮਾਰ ਦੋ ਤਾੜੀਆਂ ਦਰਸ਼ਕ ਵੀਰੋ। ਪੁਆਇੰਟ ਜਾਫੀ ਦਾ, ਪੁਆਇੰਟ ਜਾਫੀ ਦਾ ਚੱਲ ਵੀ ਨੌਜਵਾਨਾਂ ਬਾਅਦ ਅੱਗੇ ਹੁਣ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਕਿ ਰੱਬਾ ਤੰਦਰੁਸਤੀ ਦੇ ਸਾਨੂੰ ਕਰੋ ਸਾਰੇ ਫਰਿਆਦ, ਜਿਹੜੇ ਨਸ਼ਿਆਂ ਚ ਪੈ ਗਏ ਹੋਗੇ ਸਾਰੇ ਬਰਬਾਦ, ਜਿੰਨਾ ਸਾਂਭੇ ਆ ਸਰੀਰ ਮੇਰੇ ਮਿੱਤਰ, ਫਿਰ ਆਣ ਕੇ ਗਰਾਊਂਡਾਂ ਵਿੱਚ ਉਹੀ ਫੱਬਦੇ, ਮੋੜਾਂ ਉੱਤੇ ਖੜਕੇ ਨੀ ਵੀਜੇ ਲੱਗਦੇ, ਮੋੜਾਂ ਉੱਤੇ ਖੜਕੇ ਨੀ ਵੀਜੇ ਲੱਗਦੇ। ਇੱਧਰ ਦੇਖੋ ਇੱਕ ਪਾਸੇ ਜਲਾਲਾਬਾਦੀ ਆ, ਦੂਜੇ ਪਾਸੇ ਨੌਜਵਾਨ ਗੱਭਰੂ ਦੌਦਰ ਵਾਲਾ, ਦੌਦਰ ਵਾਲਾ ਹਾਂਜੀ 75 ਕਿਲੋ ਦੀਆਂ ਟੀਮਾਂ, ਜੇ ਕੋਈ ਟੀਮ ਇੰਟਰਫੋਰ ਤੋਂ ਰਹਿੰਦੀ ਹੈ ਤਾਂ ਹੁਣ ਆ ਸਕਦੇ ਹੋ। ਜਦੋਂ ਅਸੀਂ ਟਾਈਆਂ ਕੱਢਤੀਆਂ ਫੇਰ ਨਾ ਕੋਈ ਟੀਮ ਆਵੇ, ਜਦੋਂ ਅਸੀਂ ਟਾਈਆਂ ਕੱਢਤੀਆਂ ਫੇਰ ਨਾ ਕੋਈ ਟੀਮ ਆਵੇ। ਕਬੱਡੀ 75 ਕਿਲੋ ਨੂੰ ਮੇਰੀ ਬੇਨਤੀ ਹੈ ਟੀਮਾਂ ਆਪਾਂ ਆਪਣੀ ਐਂਟਰੀਆਂ ਕਰਵਾ ਲੈਣ, ਜੇ ਕੋਈ ਟੀਮ ਰਹਿੰਦੀ ਹੈ ਇੰਟਰ ਹੋਣ ਤੋਂ ਬਾਅਦ ਦੇ ਵਿੱਚ ਕੋਈ ਟੀਮ ਇਤਰਾਜ਼ ਨਾ ਕਰੇ ਵੀ ਸਾਡੀ ਟੀਮ ਐਂਟਰ ਨਹੀਂ ਕੀਤੀ ਜਾਂ ਅਸੀਂ ਟੀਮ ਐਂਟਰ ਕਰਾਉਣੀ ਹੈ, ਕੋਈ ਵੀ ਟੀਮ ਆਸੇ ਪਾਸੇ ਫਿਰਦੀ ਨਾ ਰਹੇ। ਇੱਧਰ ਪੁਆਇੰਟ ਰੇਡਰ ਦਾ, ਇੱਧਰ ਪੁਆਇੰਟ ਰੇਡਰ ਦਾ ਕਬੱਡੀ ਦੇ ਮੈਦਾਨ ਅੰਦਰ ਪੁਆਇੰਟ ਰੇਡਰ ਦੇ ਹਿੱਸੇ ਮੈਚ ਜਿਹੜਾ ਸਮਾਪਤ ਹੈ, ਇਸ ਮੈਚ ਚੋਂ ਜਲਾਲਾਬਾਦ ਦੀ ਟੀਮ ਜਿਹੜੀ ਜਿੱਤ ਰਹੀ ਹੈ 10.5 ਪੁਆਇੰਟ ਲੈ ਕੇ, ਜਲਾਲਾਬਾਦ ਦੀ ਟੀਮ 7 ਦੇ ਮੁਕਾਬਲੇ 10.5 ਪੁਆਇੰਟ ਲੈ ਕੇ ਜਲਾਲਾਬਾਦ ਜਿੱਤ ਗਈ ਹੈ। ਇੰਦਗੜ੍ਹ ਤੇ ਡਾਲਾ ਉਹਦੀ ਸੈਂਟਰ ਵਾਲੀ ਲਾਈਨ ਦੇ ਉੱਤੇ, ਇੰਦਗੜ੍ਹ ਤੇ ਡਾਲਾ ਚਗਾਵਾਂ ਤੇ ਕਿਸ਼ਨਪੁਰਾ ਇਹ ਵੀ ਟੀਮਾਂ ਲਾ ਕੇ ਆ ਜਾਣ। ਇੰਦਗੜ੍ਹ ਤੇ ਡਾਲੇ ਦਾ ਮੈਚ ਸ਼ੁਰੂ ਹੋਣ ਜਾ ਰਿਹਾ, ਚਗਾਵਾਂ ਤੇ ਕਿਸ਼ਨਪੁਰਾ ਵੀ ਲਾ ਕੇ ਆ ਜਾਣ। ਪੁਰਾਣੇ ਵਾਲੇ ਨੂੰ ਬਾਈ ਹੈ ਉਧਰ, ਆਪਾਂ ਧੰਨਵਾਦ ਕਰਦੇ ਹਾਂ ਜਿੱਥੇ ਕਬੱਡੀ ਓਪਨ ਦਾ ਫਸਟ ਪ੍ਰਾਈਜ਼ ਗੁਰਮੀਤ ਸਿੰਘ ਜੀ ਜੌਹਰ ਵਿਸ਼ਾਲ ਭਾਗ ਟਰਾਂਸਪੋਰਟ ਦੁਬਈ ਵਾਲਿਆਂ ਨੇ ਦੇਣਾ 71,000 ਰੁਪਇਆ। ਥਾਣਾ ਗਿੱਲ ਤੇ ਦਿਲਵਾਗ ਸਿੰਘ ਜੀ USA ਵੱਲੋਂ 51,000 ਰੁਪਇਆ ਸੈਕਿੰਡ ਪ੍ਰਾਈਜ਼ ਕਬੱਡੀ ਓਪਨ ਦਾ। ਹਰਵੰਸ਼ ਸਿੰਘ ਜੀ ਚੀਮਾ ਕਨੇਡਾ ਇਹਨਾਂ ਦੇ ਪਰਿਵਾਰ ਵੱਲੋਂ ਪਹਿਲਾ ਨਾਮ 31,000 ਰੁਪਇਆ ਦਿੱਤਾ ਜਾਣਾ। ਪ੍ਰਗਟ ਸਾਡਾ ਵੀਰ ਪੈਸੇ ਲੈ ਕੇ ਪੁੱਜਿਆ ਵੇ ਸਟੇਜ ਦੇ ਕੋਲੇ, ਇੰਦਗੜ੍ਹ ਵਾਲਾ ਪ੍ਰਗਟ। ਤਰਨ ਜੌਹਰ ਤੇ ਗੱਗੂ ਜੌਹਰ ਜੀ, ਸਰਦਾਰ ਮੇਜਰ ਸਿੰਘ ਜੀ ਉਹਨਾਂ ਦੇ ਪੋਤਰੇ, ਮਨਜਿੰਦਰ ਦੇ ਭਤੀਜੇ, ਉਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਕਬੱਡੀ ਓਪਨ ਦਾ 21,000 ਰੁਪਏ ਦਾ, ਕਬੱਡੀ 75 ਕਿਲੋ ਦਾ 21,000 ਰੁਪਏ ਦਿੱਤਾ ਜਾਣਾ। ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਸਰਵਣ ਸਿੰਘ ਜੀ ਜੌਹਰ, ਸਾਡਾ ਵੀ ਗੁਰਮੀਤ ਕਬੱਡੀ ਖਿਡਾਰੀ, ਇਹਨਾਂ ਦੇ ਪਰਿਵਾਰ ਵੱਲੋਂ 60 ਕਿਲੋ ਦੇ ਦੋਨੇ ਪ੍ਰਾਈਜ਼ ਦਿੱਤੇ ਜਾਣੇ ਹੈ, ਇਹਨਾਂ ਦੇ ਵੀ ਧੰਨਵਾਦ। ਨਿਰਮਲ ਸਿੰਘ ਜੀ ਕਨੇਡਾ ਤੇ ਲਕਸ਼ਮਣ ਸਿੰਘ ਜੀ ਗਿੱਲ, ਇਹਨਾਂ ਵੱਲੋਂ 25,000 ਰੁਪਏ ਦੇ ਯੋਗਦਾਨ ਹੈ। ਗੁਰਦੀਪ ਸਿੰਘ ਜੀ ਕਨੇਡਾ 16,000 ਰੁਪਏ, ਨੂਪ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰ ਵੱਲੋਂ ਹੈ। ਸਵਰਗੀਆ ਸੁਖਦੇਵ ਸਿੰਘ ਦੇ ਪਰਿਵਾਰ ਵੱਲੀ ਹੈ USA ਵਾਲੇ ਵੀਰਾਂ ਵੱਲੋਂ 11,000 ਰੁਪਏ। ਸਵਰਗੀਆ ਆਤਮਾ ਸਿੰਘ, ਸਵਰਗੀਆ ਜਰਮੈਲ ਸਿੰਘ ਦੇ ਪਰਿਵਾਰ ਵੱਲੀ ਹੋ 11,000 ਰੁਪਏ ਦੇ ਯੋਗਦਾਨ ਹੈ। ਆਪਾਂ ਧੰਨਵਾਦ, ਵੱਡੇ ਸਤਿਕਾਰ ਹੈ ਮੇਰੇ ਵੀਰੋ। ਨਾਲ ਹੀ ਜਸੀਰ ਸਿੰਘ ਜੀ UK ਇਹਨਾਂ ਦੇ ਪਰਿਵਾਰ ਵੱਲੋਂ 11,000 ਰੁਪਏ। ਲਾਲ ਸਿੰਘ ਜੀ USA ਇਹਨਾਂ ਦੇ ਪਰਿਵਾਰ ਵੱਲੋਂ 11,000 ਰੁਪਏ। ਸੁਖਦੇਵ ਸਿੰਘ ਜੀ ਕਨੇਡਾ ਇਹਨਾਂ ਵੱਲੋਂ ਵੀ 11,000 ਰੁਪਏ ਦੇ ਯੋਗਦਾਨ ਹੈ। ਆਪਾਂ ਧੰਨਵਾਦ ਕਰਦੇ ਹਾਂ। ਇੰਦਗੜ੍ਹ ਦੀ ਟੀਮ ਚੜ੍ਹਦੇ ਵਾਲੇ ਪਾਸੇ ਹੈ, ਇੱਧਰ ਟੀਮ ਦੂਜੇ ਪਾਸੇ ਡਾਲੇ ਦੀ, ਡਾਲਾ ਪਿੰਡ ਕਹਿੰਦੇ ਮੋਗਾ ਬਰਨਾਲਾ
ਮੁੱਖ ਜਰਨੈਲੀ ਮਾਰਗ ਤੇ ਵਸਿਆ ਹੋਇਆ ਪਿੰਡ ਹੈ। ਇੰਦਗੜ੍ਹ ਪਿੰਡ ਕਬੱਡੀ ਦੇ ਸਟਾਰਾਂ ਦਾ, ਇੰਦਗੜ੍ਹ ਪਿੰਡ ਗਿਆਰਵੀਂ ਵਾਲੀ ਸੱਚੀ ਸਰਕਾਰ ਦੀ ਧਰਤੀ ਹੈ। ਬਗੀਚੇ ਦਾ ਪਿੰਡ ਹੈ ਇੰਦਗੜ੍ਹ, ਰੇਸ਼ਮ ਦਾ ਪਿੰਡ ਹੈ ਇੰਦਗੜ੍ਹ, ਧਰਮੇ ਦਾ ਪਿੰਡ ਹੈ ਇੰਦਗੜ੍ਹ। ਕਬੱਡੀ ਦੇ ਸਟਾਰ ਪੈਦਾ ਕੀਤੇ ਸੇਮੇ ਵਰਗੇ ਨਿਰਵੀਰ ਇਸ ਧਰਤੀ ਨੇ। ਇੰਦਗੜ੍ਹੀਆ ਕਬੱਡੀ ਪੈਦਾ ਹੋਇਆ, ਮਨਪ੍ਰੀਤ ਦਾਲੇ ਵਾਲਾ ਕਬੱਡੀ ਦਾ ਸਟਾਰ ਜਾਫੀ ਹੈ ਕਿ ਮੋਗੇ ਪੱਧਰੀ ਜਾਂਦਿਆਂ ਲਗਭਗ ਪਿੰਡ ਵਿਚਾਲੇ ਜੇ ਧੁੰਮਾਂ ਪਾਈ ਫਿਰਦੇ ਆ ਦੋ ਜਾਫੀ ਦਾਲੇ ਦੇ, ਲੰਘੇ ਆਣੀਆਂ ਯੋਧਿਆਂ ਨਾ ਕਿਸੇ ਤੋਂ ਥੱਲੇ ਹੈ। ਮਨਪ੍ਰੀਤ ਤੇ ਆਤਮੇ ਦੀ ਬੱਲੇ ਹੈ, ਮਨਪ੍ਰੀਤ ਤੇ ਆਤਮੇ ਦੀ ਫਿਰ ਬੱਲੇ ਬੱਲੇ ਹੈ। ਇੱਧਰ ਕਹਿੰਦੇ ਜੋਗੇ ਦਾ ਟਾਲਾ ਪਿੰਡ ਹੈ, ਜੋਗਾ ਨਾਮ ਇਸ ਕਬੱਡੀ ਦੇ ਖਿਡਾਰੀ ਦਾ। ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਹੈ ਇੰਦਗੜ੍ਹੀਏ, ਚਾਰ ਜਾਫੀ ਹੈ ਇੰਦਗੜ੍ਹੀਏ। ਇੰਦਗੜ੍ਹ ਪਿੰਡ ਕਹਿੰਦੇ ਜ਼ਿਲ੍ਹੇ ਮੋਗੇ ਦਾ ਮਸ਼ਹੂਰ ਪਿੰਡ ਹੈ। ਮੇਰੇ ਵੀਰ ਅਮਨ ਸਾਡਾ ਯਾਰ ਰਸੀਦ ਦਾ ਪਿੰਡ ਹੈ। ਬਗੀਚਾ ਕਬੱਡੀ ਦਾ ਸਟਾਰ ਜਾਫੀ ਹੈ, ਨਿੰਦੂ ਵਰਗੇ ਇਕਬਾਲ, ਗਿੱਲ ਵਰਗੇ ਰੂਪੇ ਵਰਗੇ, ਸ਼ਿੰਦਰ ਵਰਗੇ ਕਬੱਡੀ ਦੇ ਸਟਾਰ ਪੈਦਾ ਕੀਤੇ। ਅੰਗਰੇਜ਼ ਕਬੱਡੀ ਦਾ ਬੁਲਾਰਾ ਵਧੀਆ ਉਹਦਾ ਪਿੰਡ ਹੈ। ਉੱਧਰ ਜੋਗੇ ਨੇ ਪੁਆਇੰਟ ਜੋੜਿਆ, ਟਾਟਾ ਨਾਮ ਹੈ ਇੰਦਗੜ੍ਹ ਪਿੰਡ ਹੈ ਇਸ ਕਬੱਡੀ ਦੇ ਪਲੇਅਰ ਦਾ, ਟਾਟਾ ਇੰਦਗੜ੍ਹ ਵਾਲਾ। ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਜਾਫੀ ਟਾਲੇ ਵਾਲਾ ਯਾਰ, ਉਹ ਰੋਡਰ ਦਾ ਗੁੱਟ ਫੜ ਕੇ ਹੱਥ ਨੂੰ ਧੌਣ ਦੇ ਉੱਤੇ ਧਰ ਕੇ, ਬਈ ਤੀਜੇ ਰਾਊਂਡ ਦੇ ਵਿੱਚ ਕੋਈ ਇਤਰਾਜ਼ ਨਹੀਂ ਮੰਨਿਆ ਜਾਣਾ, ਪਹਿਲੇ ਦੋ ਰਾਊਂਡਾਂ ਦੇ ਵਿੱਚ ਇਤਰਾਜ਼ ਮੰਨਿਆ ਜਾਣਾ, ਤੀਜੇ ਰਾਊਂਡ ਦੇ ਵਿੱਚ ਕੋਈ ਵੀਰ ਤੁਹਾਨੂੰ ਪਹਿਲਾਂ ਗਿਆ ਬਾਰ ਬਾਰ ਵੀਰ ਵੀਰ ਹਾਂਜੀ, ਜਿਹੜੇ ਸਾਡੇ ਦਾਨੀ ਵੀਰ ਹੈ, ਸਾਡੇ ਸਹਿਯੋਗੀ ਸੱਜਣ ਹੈ, ਉਹ ਪਲੀਜ਼ ਸਾਡੀ ਸਟੇਜ ਤੇ ਲਾਗੇ ਆ ਜਾਣ, ਅਸੀਂ ਚੰਦ ਮਿੰਟਾਂ ਦੇ ਵਿੱਚ ਉਹਨਾਂ ਦੇ ਨਾਮ ਜਿਹੜੇ ਸਾਂਝੇ ਕਰਾਂਗੇ। ਉਹਨਾਂ ਵੀਰਾਂ ਨੂੰ ਜਿਹੜੇ ਮਾਨ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਕੁਝ ਮਾਨ ਨਿਸ਼ਾਨੀਆਂ ਦਿੱਤੀਆਂ ਜਾਣੀਆਂ, ਉਹ ਵੀਰ ਜਿਹੜੇ ਸਟੇਜ ਤੇ ਲਾਗੇ ਰਹਿਣ, ਸਾਡੀ ਬੇਨਤੀ ਹੈ ਸਾਰੇ ਵੀਰ ਜਿਹੜੇ ਸਾਡੇ ਦਾਨੀ ਵੀਰ ਹੈ ਉਹ ਸਟੇਜ ਤੇ ਲਾਗੇ ਰਹਿਣ। ਚੰਦ ਮਿੰਟਾਂ ਦੇ ਵਿੱਚ ਅਸੀਂ ਉਹਨਾਂ ਵੀਰਾਂ ਦੇ ਨਾਮ ਅਨਾਊਂਸ ਕਰਾਂਗੇ, ਮਾਨ ਸਨਮਾਨ ਦਿੱਤੇ ਜਾਣੇ ਸਾਰੇ ਦਾਨੀ ਭਰਾਵਾਂ ਨੂੰ। ਉੱਧਰ ਮੈਂ ਦੇਣਾ ਅਗਲਾ ਚਗਾਵਾਂ ਤੇ ਕਿਸ਼ਨਪੁਰੇ ਦਾ, ਚਗਾਵਾਂ ਤੇ ਕਿਸ਼ਨਪੁਰੇ ਦਾ ਅਗਲਾ ਮੈਚ ਖੇਡਿਆ ਜਾਣਾ। ਗੁਰਮੀਤ ਪੁਰਾਣੇ ਵਾਲੀ ਆ ਸਾਡੇ ਨਾਲ ਸੰਪਰਕ ਕਰੇ, ਆ ਕੇ ਗੁਰਮੀਤ ਉਹ ਜਲਦ ਆ ਕੇ ਸਾਡੇ ਨਾਲ ਸੰਪਰਕ ਕਰੇ, ਮੇਰੀ ਬੇਨਤੀ ਹੈ। ਪੁਰਾਣੇ ਵਾਲੀ ਆ ਗੁਰਮੀਤ ਸਾਡਾ ਵੀਰ। ਉੱਧਰ ਦੇਖੋ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ, ਇੱਕ ਪਾਸੇ ਮੇਰੇ ਵੀਰੇ ਦਾਲੇ ਵਾਲਾ ਵਧਿਆ ਹੋਇਆ ਤੇ ਜਾਫੀ ਇਸ ਵੇਲੇ ਕਰਦਾ ਟਰਾਈ ਇੰਦਗੜ੍ਹ ਪਿੰਡ ਵਾਲਾ। ਪੁਆਇੰਟ ਇੱਧਰ ਦਾ, ਪੁਆਇੰਟ ਇੱਧਰ ਦਾ ਕਿ ਲਾਈ ਸਾਧੂ ਸੌ ਗਲਾਸ ਹੋਇਆ ਕਬੱਡੀ ਵਿੱਚ ਪਾਸ, ਖੇਡ ਖੇਡ ਕਬੱਡੀ ਪਾਇਆ ਉੱਚਾ ਯਾਰ ਰੋਟੀ ਚਾਏ, ਸ਼ਿੰਗਾਰ ਕਬੱਡੀ ਦੇ ਮੈਦਾਨਾਂ ਦਾ, ਲੋਕੋ ਅਮਰੂ ਦਾ ਯਾਰ ਜਾਫੀ ਕਬੱਡੀ ਦਾ ਸਟਾਰ, ਇੰਦਗੜ੍ਹ ਦਾ ਬਗੀਚਾ ਏ, ਲੋਕੋ ਅਮਰੂ ਦਾ ਯਾਰ ਜਾਫੀ ਕਬੱਡੀ ਦਾ ਸਟਾਰ, ਇੰਦਗੜ੍ਹ ਦਾ ਬਗੀਚਾ ਏ, ਬਗੀਚਾ ਇੰਦਗੜ੍ਹ ਵਾਲਾ ਕਬੱਡੀ ਦਾ ਸਟਾਰ। ਇੱਧਰ ਵੇਖੋ ਰੂਪਾ ਡਾਲੇ ਵਾਲਾ ਨੌਜਵਾਨ ਗੱਭਰੂ ਕਰਦਾ ਟਰਾਈ, ਲੱਗਦਾ ਜ਼ੋਰ ਬੱਲੇ ਬੱਲੇ ਖੇਡਦੇ ਮੈਦਾਨ ਦੇ ਵਿੱਚ। ਹੁਣ ਦੇਖੋ ਪਈ ਹੋਈ ਕਬੱਡੀ ਤੇ ਗੱਲ ਕਿਹੋ ਜਿਹੀ ਹੈ, ਮਾਰ ਦੋ ਤਾੜੀਆਂ ਦਰਸ਼ਕ ਵੀਰੇ, ਮਾਰ ਦੋ ਤਾੜੀਆਂ। ਪੁਆਇੰਟ ਜਾਫੀ ਦਾ, ਪੁਆਇੰਟ ਜਾਫੀ ਦਾ ਕਿ ਖਾਧੇ ਆ ਬਦਾਮ ਜੀ ਨੇ ਮੰਗਲਾ ਉਸੇ ਨੇ ਗੋਡੀਆਂ ਲਵਾਉਣੀਆਂ, ਕਹਿੰਦੇ ਸਾਰੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਗਮਾਉਣੀਆਂ, ਖਾਧੀਆਂ ਖੁਰਾਕਾਂ ਗਮਾਉਣੀਆਂ। ਜੋਗਾ ਡਾਲੇ ਵਾਲਾ ਕਬੱਡੀ ਭਾ ਰਿਹਾ, ਉੱਧਰ ਦੇਖੋ ਜਾਫੀ ਇੰਦਗੜ੍ਹ ਵਾਲਾ, ਆਏ ਹਾਏ ਆ ਕੀ ਬਣ ਗਿਆ, ਗੱਡੀ ਬਾਈਪਾਸ ਹੋ ਗਈ ਹੈ, ਮਾਰ ਦੋ ਤਾੜੀਆਂ ਜਾਫੀ ਲਈ ਤਾਂ ਦਰਸ਼ਕ ਵੀਰੋ। ਪੁਆਇੰਟ ਜਾਫੀ ਦਾ, ਪੁਆਇੰਟ ਜਾਫੀ ਦਾ, ਚੱਲ ਵੀ ਨਾ ਡਰਾਨਾ, ਟੀਮਾਂ ਐਂਟਰੀ ਕਰਾ ਲਓ ਆਪਦੀ ਟਾਈਆਂ ਕੱਢਣ ਲੱਗੇ। ਕਬੱਡੀ 75 ਕਿਲੋ ਦੀਆਂ ਟੀਮਾਂ ਜਦੋਂ ਟਾਈਆਂ ਨਿਕਲ ਗਈਆਂ ਫਿਰ ਅਸੀਂ ਕੋਈ ਵੀ ਟੀਮ ਐਂਟਰ ਨਹੀਂ ਕਰਨੀ, ਇਹ ਟੀਮਾਂ ਨੋਟ ਕਰ ਲੈਣ। ਇੰਦਗੜ੍ਹੀ ਦੀ ਪਾਈ ਹੋਈ ਕਬੱਡੀ ਤੇ ਡਾਲੇ ਵਾਲਾ ਟਰਾਈ ਕਰਦਾ, ਲੱਗਦਾ ਜ਼ੋਰ ਰੱਖਿਆ ਧੌਣ ਤੇ ਹੱਥ, ਜਿਵੇਂ ਗੱਡੀਆਂ ਵਾਲੇ ਬਲਦ ਦੀ ਪੂਛ ਤੇ ਰੱਖਦੇ ਹੁੰਦੇ ਆ। ਦੇਖੋ ਵੱਜ ਗਈ ਕੈਂਚੀ ਤੇ ਪੁਆਇੰਟ ਇਸ ਵੇਲੇ ਜਾਫੀ ਦਾ, ਪੁਆਇੰਟ ਇਸ ਵੇਲੇ ਜਾਫੀ ਦਾ ਕਿ ਆਹ ਜਾਫੀ ਨੇ ਰੇਡਰ ਨੂੰ ਬਾਹਾਂ ਤੇ ਜਕੜ ਲਿਆ, ਜਿਵੇਂ ਸ਼ਹਿਰ ਭਰਦੇ ਮਿਰਗ ਨੂੰ ਪਕੜ ਲਿਆ। ਦੇਖਣ ਹੋ ਕੇ ਸਦਾ ਹੀ ਪੰਮਾ ਭਾਰ ਕਬੱਡੀ ਨੂੰ, ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ, ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ। ਉੱਧਰ ਵੇਖੋ ਕਬੱਡੀ 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 ਕਰਦਾ ਹੋਇਆ ਡਾਲੇ ਵਾਲਾ, ਇੰਦਗੜ੍ਹੀਏ ਚਾਰ ਵੀਰ ਤਿਆਰ ਹੈ ਕਿ ਚਾਰ ਖੜੇ ਜਾਫੀ ਧਾਵੀ ਆ ਗਿਆ ਭੱਜ ਕੇ, ਕੌਣ ਫੜੂ ਕਿਤੇ ਕੌਣ ਲੱਗੂ ਭੱਜ ਕੇ, ਕਿਹਦੇ ਮੋਟੇ ਪੱਟ ਕੀ ਦੇ ਦੌਲੇ ਪਏ ਗੁੰਦੇ ਹੈ। ਇਹ ਧਰਤ ਮੇਰੇ ਪੰਜਾਬ ਦੀ,
ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਸੂਰਬੀਰ ਦੋਨੇ ਬਹਾਦਰਾਂ ਦੀ ਧਰਤੀ ਮਹਾਬਲੀਆਂ ਦੀ ਧਰਤੀ ਕਿ ਰਾਜਗੁਰੂ ਕਰਤਾਰ ਸਰਾਭੇ ਉਦਮ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ ਲੋਕੋ 23 ਸਾਲ ਦਾ ਰਹਿਣਾ ਭਗਤ ਸਿੰਘ ਨੇ ਸਦਾ ਹੀ ਲੋਕੋ 23 ਸਾਲ ਦਾ ਰਹਿਣਾ ਜਿਹੜੇ ਨਾਮ ਸ਼ਹੀਦਾਂ ਦਾ ਸਿੱਧੇ ਮੂੰਹ ਨਾਲ ਲੈਂਦੇ ਨੇ ਮਰ ਜਾਂਦੇ ਜੋ ਕੌਮ ਦੀ ਖਾਤਰ ਉਹ ਸਦਾ ਜਿਉਂਦੇ ਰਹਿੰਦੇ ਨੇ ਉਹ ਸਦਾ ਜਿਉਂਦੇ ਹੋਏ ਨੇ ਕਿ ਰਾਜਗੁਰੂ ਕਰਤਾਰ ਸਰਾਭੇ ਉਦਮ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ ਲੋਕੋ 23 ਸਾਲ ਦਾ ਰਹਿਣਾ ਜੋਗਾ ਡਾਲੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ 11 ਤੇ 12 ਤਰੀਕ ਹੈ ਇਸ ਸਾਲ ਡਾਲੇ ਦੇ ਕਬੱਡੀ ਕੱਪ ਦੀ 11 ਤੇ 12 ਤਰੀਕ ਹੈ ਇਸ ਸਾਲ ਡਾਲੇ ਦੇ ਕਬੱਡੀ ਕੱਪ ਦੀ 12 ਤਰੀਕ ਨੂੰ ਰੌਣਕਾਂ ਲੱਗਣਗੀਆਂ ਮੋਟਰਸਾਈਕਲ ਦੇ ਉੱਤੇ ਜਾਣਗੇ ਉੱਧਰ ਦੇਖੋ ਜੋਗਾ ਡਾਲੇ ਵਾਲਾ ਤੇ ਦੂਜੇ ਪਾਸੇ ਜੇ ਆਪਣੀ ਇੰਦਗੜੀਆ ਲੱਗ ਗਿਆ ਜੱਫਾ ਯਾਰ ਉਹ ਧਾਵੀ ਗਿਆ ਡੱਗਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਕਿਸ਼ਨਪੁਰਾ ਤੇ ਚਗਾਵਾਂ ਕਿਸ਼ਨਪੁਰਾ ਤੇ ਚਗਾਵਾਂ ਅਗਲੇ ਮੈਦਲੀ ਟੀਮਾਂ ਆ ਜਾਣ ਅਗਲੇ ਮੈਦਲੀ ਟੀਮਾਂ ਆ ਜਾਣ ਚਗਾਵੇਂ ਦੀ ਟੀਮ ਆਵੇ ਕਿਸ਼ਨਪੁਰਾ ਆ ਚੁੱਕੀ ਹੈ ਇੱਧਰ ਕਬੱਡੀ 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 ਕਰਦਾ ਹੋਇਆ ਟਾਟਾ ਇੰਦਗੜ ਵਾਲਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਇੱਧਰ ਵੀ ਜਾਫੀਪੁਰਾ ਕਾਇਮ ਹੈ ਕਿ ਮੈਂ ਵੀ ਜੱਟ ਦਾ ਪੋਤਾ ਅਰਜਨ ਵਰਗਾ ਵੀ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਐਨ ਕਹਿੰਦੇ ਜਦ ਟਿਕਾਣੇ ਲੱਗੀ ਹੈ ਹੁਣ ਪੁਆਇੰਟ ਜਾਫੀ ਦਾ ਹੁਣ ਪੁਆਇੰਟ ਜਾਫੀ ਦਾ ਚੱਲ ਵੀ ਨੌਜਵਾਨਾਂ ਬਾਅਦ ਅੱਗੇ ਪਾ ਕਬੱਡੀ ਕਬੱਡੀ 75 ਕਿਲੋ ਦੀਆਂ ਟੀਮਾਂ ਆਪਣਾ ਵਜ਼ਨ ਕਰਾ ਲੈਣ ਮੇਰੀ ਬੇਨਤੀ ਹੈ ਅਸੀਂ ਬਾਅਦ ਦੇ ਵਿੱਚ ਕੋਈ ਵੀ ਟੀਮ ਐਂਟਰ ਨਹੀਂ ਕਰਨੀ ਜੇ ਕੋਈ ਟੀਮ ਰਹਿੰਦੀ ਹੈ ਤਾਂ ਐਂਟਰ ਵੀ ਹੋ ਸਕਦੇ ਹੋ ਧਾਰ ਕਰਾਰੋ ਅਸੀਂ ਕਿਸੇ ਵੀ ਟੀਮ ਦਾ ਇੰਤਜ਼ਾਰ ਨਹੀਂ ਕਰਨਾ ਦੇਖੋ ਤਾਲੇ ਵਾਲਾ ਹੁੰਦੀ ਬੱਲੇ ਬੱਲੇ ਵੱਜਦੀਆਂ ਚਪੇੜਾਂ ਵੱਜਦੇ ਧੱਕੇ ਵੱਜ ਗਈ ਕੈਂਚੀ ਉੱਡ ਗਈ ਧੂੜ ਪੁਆਇੰਟ ਰੇਡਰ ਦਾ ਫਤਿਹਗੜ੍ਹ ਦੀ ਟੀਮ ਦੀ ਐਂਟਰੀ ਵੀ ਨਹੀਂ ਆਈ ਬਈ ਜਲਦੀ ਤੋਂ ਜਲਦੀ ਐਂਟਰੀ ਵੀ ਜਮ੍ਹਾਂ ਕਰਾਓ ਫਤਿਹਗੜ੍ਹ ਕੋਰੋਟਾਣੇ ਦੀ ਟੀਮ ਦੀ ਐਂਟਰੀ ਫੀਸ ਨਹੀਂ ਆਈ ਉਹ ਟੀਮ ਆਪਣੀ ਐਂਟਰੀ ਫੀਸ ਪਹੁੰਚਦੀ ਕਰ ਦਿਓ ਫਤਿਹਗੜ੍ਹ ਕੋਰੋਟਾਣੇ ਦੀ ਟੀਮ ਦੀ ਐਂਟਰੀ ਫੀਸ ਨਹੀਂ ਆਈ ਉਹ ਟੀਮ ਆਪਣੀ ਐਂਟਰੀ ਫੀਸ ਪਹੁੰਚਦੀ ਕਰ ਦੇਵੇ ਇੱਧਰ ਦੇਖੋ ਸਾਹਮਣੇ ਨੌਜਵਾਨ ਗੱਭਰੂ ਇੰਦਗੜ੍ਹ ਵਾਲਾ ਹਲਕਾ ਟੱਚ ਕੀਤਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਬੇਪਰਵਾਹੀਆਂ ਰੱਬ ਯਾਦ ਨਹੀਂ ਰਹਿੰਦਾ ਮਾਪਿਆਂ ਵਰਗੇ ਇਸ ਜੱਗ ਤੇ ਕੋਈ ਹੋਰ ਨਹੀਂ ਰਿਸ਼ਤੇ ਨਾਤੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ ਉੱਧਰ ਜਿਹੜੇ ਸਾਡੇ ਸਹਿਯੋਗੀ ਸੱਜਣ ਹੈ ਸਾਡੇ ਦਾਨੀ ਵੀਰ ਹੈ ਮੇਰੀ ਬੇਨਤੀ ਹੈ ਪਲੀਜ਼ ਉਹ ਸਟੇਜ ਦੇ ਨੇੜੇ ਰਹਿਣ ਅਸੀਂ ਵਾਰੀ ਵਾਰੀ ਸਾਰਿਆਂ ਦੇ ਨਾਮ ਅਨਾਊਂਸ ਕਰਾਂਗੇ ਆਪਣੇ ਮਾਨ ਸਨਮਾਨ ਜਿਹੜੇ ਤੁਸੀਂ ਪ੍ਰਾਪਤ ਕਰ ਲਓ ਕੱਲ ਨੂੰ ਆਪਾਂ ਮੈਚ ਕਰਵਾਵਾਂਗੇ ਮਾਨ ਸਨਮਾਨ ਜਿਹੜੇ ਅੱਜ ਆਪਾਂ ਸਾਰੇ ਨਵੇੜ ਦੇਣੇ ਹੈ ਸਾਰਿਆਂ ਦਾ ਆਪਾਂ ਸ਼ੁਕਰੀਆ ਅਦਾ ਕਰ ਦੇਣਾ ਮਾਨ ਨਿਸ਼ਾਨੀਆਂ ਦੇ ਦੇਣੀਆਂ ਸਾਰੇ ਦਾਨੀ ਵੀਰਾਂ ਨੂੰ ਬੇਨਤੀ ਹੈ ਉਹ ਸਟੇਜ ਤੇ ਲਾ ਕੇ ਰਹਿਣਗੇ ਜਿਨ੍ਹਾਂ ਨੇ ਆਪਣੀ ਦਸਾਂ ਦੀ ਕਿਰਤ ਕਮਾਈ ਤੋਂ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਹਾਂਜੀ ਕਿਸੇ ਵੀ ਟੀਮ ਨੂੰ ਕੋਈ ਐਂਟਰੀ ਫੀਸ ਨਹੀਂ ਵਾਪਸ ਹੋਣੀ ਨਾ ਹੀ ਕਿਸੇ ਟੀਮ ਨੂੰ ਕੋਈ ਕਿਰਾਇਆ ਦਿੱਤਾ ਜਾਣਾ ਇਹ ਮੇਰੀ ਬੇਨਤੀ ਹੈ ਟੀਮਾਂ ਨੂੰ ਪਹਿਲੇ 2 ਰਾਊਂਡ ਦੀ ਇਤਰਾਜ਼ ਮੰਨਿਆ ਜਾਣਾ ਬਾਅਦ ਕਿਸੇ ਦਾ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਨਹੀਂ ਮੰਨਿਆ ਜਾਣਾ ਇੱਧਰ 75 ਕਿਲੋ ਦੀਆਂ ਟੀਮਾਂ ਆਪਣਾ ਭਾਰ ਕਰਾ ਲੈਣ ਦੇਖੋ ਗਿਆਨੀ ਦੇਖੋ ਗੱਲ ਕੀ ਬਣਨੀ ਹੈ ਹਾਏ ਮੇਰੀ ਜਾਨ ਖਿਲਰ ਗਈ ਭਾਨ ਹਾਏ ਮੇਰੀ ਜਾਨ ਖਿਲਰ ਗਈ ਭਾਨ ਹੁਣ ਦੇਖੋ ਭਾਨ ਖਿਲਰ ਰਹੀ ਹੈ ਕਿ ਨਹੀਂ ਇਹ ਤਾਂ ਗੱਲ ਸਮੇਂ ਦੀ ਇਹ ਤਾਂ ਗੱਲ ਸਮੇਂ ਦੀ ਕਿ ਤਾਰ ਹਾਂ ਢੰਗ ਕਿਹੜੇ ਪਿੰਡ ਕਿਹਨੂੰ ਕਿੰਨੇ ਲੱਗਦੇ ਆ ਜੱਫੇ ਉੱਧਰ ਜਲੰਧਰ ਸਿੱਧੂ ਜਿਹੜੇ ਕਰਦੇ ਆ ਨੋਟਾਂ ਦੀ ਵਰਖਾ ਬਾਬੇ ਚੰਦਾ ਵਾਲੇ ਕਿੱਥੇ ਕਿੱਥੇ ਵੰਡਦੇ ਆ ਗੱਫੇ ਬਾਬੇ ਚੰਦਾ ਵਾਲੇ ਕਿੱਥੇ ਕਿੱਥੇ ਵੰਡਦੇ ਆ ਗੱਫੇ ਲੰਘਿਆਣੀਆਂ ਬੇਅੰਤ ਕਰ ਰੱਬ ਅੱਗੇ ਅਰਦਾਸ ਸਾਡੇ ਦਾਨੀ ਵੀਰਾਂ ਤਾਈਂ ਤੱਤੀ ਹਵਾ ਵੀ ਨਾ ਲੱਗੇ ਸਾਡੇ ਦਾਨੀ ਵੀਰਾਂ ਤਾਈਂ ਤੱਤੀ ਹਵਾ ਵੀ ਨਾ ਲੱਗੇ ਜਿਹੜੇ ਦਾਨੀ ਵੀਰਾਂ ਨੇ ਦਾਨ ਦਿੱਤਾ ਮਾਇਆ ਦੇ ਗੱਫੇ ਦਿੱਤੇ ਆ ਸਾਰਿਆਂ ਦਾ ਧੰਨਵਾਦ ਮੈਂ ਸਮਾਪਤ ਇਸ ਮੈਚ ਚੋਂ ਹਿੰਦੇ ਨੋਟ ਕਰੋ ਬਾਈ ਡਾਲੇ ਦੀ ਟੀਮ ਜੇਤੂ ਆ ਡਾਲੇ ਦੀ ਟੀਮ ਜੇਤੂ ਇਸ ਮੈਚ ਚੋਂ ਚਗਾਵਾਂ ਤੇ ਕਿਸ਼ਨਪੁਰਾ ਸੈਂਟਰ ਵਾਲੀ ਲਾਈਨ ਤੇ ਆ ਜਾਣ ਚਗਾਵਾਂ ਤੇ ਕਿਸ਼ਨਪੁਰਾ ਸੈਂਟਰ ਵਾਲੀ ਲਾਈਨ ਤੇ ਆ ਜਾਣ ਹੈਲੋ ਹੈਲੋ
ਸੱਠ ਦੀਆਂ ਬਾਈ ਸੈਮੀ ਫਾਈਨਲ ਦੀਆਂ ਟਾਈਆਂ ਕੱਢਣ ਲੱਗੇ ਆ ਕਿ ਪਲੇਅਰ ਆ ਜਾਏ ਬਾਅਦ ਚੋਂ ਕੋਈ ਇਤਰਾਜ਼ ਨਾ ਕਰੇ ਚਗਾਵਾ ਤੇ ਕਿਸ਼ਨਪੁਰੇ ਚੋਂ ਜੇਤੂ ਰੱਖ ਕੇ 60 ਕਿਲੋ ਦੀਆਂ ਟਾਈਆਂ ਕੱਢ ਦਿਓ ਤੁਸੀਂ ਸੈਮੀ ਫਾਈਨਲ ਦੀਆਂ ਨਾਲ ਹੀ 75 ਕਿਲੋ ਦੀਆਂ ਟੀਮਾਂ ਜਲਦੀ ਵੀਰੇ ਆਪਣਾ ਭਾਰ ਕਰਾ ਲਓ ਬਾਅਦ ਅਸੀਂ ਕਿਸੇ ਟੀਮ ਦਾ ਇੰਤਜ਼ਾਰ ਨਹੀਂ ਕਰਨਾ ਕਿਸੇ ਦੀ ਅਸੀਂ ਕਿੰਤੂ ਪ੍ਰੰਤੋਂ ਨਹੀਂ ਸੁਣਨੀ ਟੀਮਾਂ ਸਾਨੂੰ ਇਹ ਨਾ ਕਹਿਣ ਵੀ ਸਾਡਾ ਭਾਰ ਨਹੀਂ ਹੋਇਆ ਇਹ ਸਾਰੀਆਂ ਟੀਮਾਂ ਨੋਟ ਕਰ ਲੈਣ ਕਬੱਡੀ 75 ਕਿਲੋ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਆਪ ਆਪਣਾ ਪਲੀਜ਼ ਵਜ੍ਹਾ ਕਿਸ਼ਨਪੁਰੇ ਦੀ ਟੀਮ ਸੜਕ ਵਾਲੇ ਪਾਸੇ ਹੈ ਉਧਰ ਲਹਿੰਦੇ ਚੜ੍ਹਦੇ ਵਾਲੇ ਪਾਸੇ ਟੀਮ ਚਗਾਵੇ ਦੀ ਹੈ ਪਹਿਲੀ ਕਬੱਡੀ ਕਿਸ਼ਨਪੁਰੀਆਂ ਨੇ ਪਾਈ ਹੈ ਕਿਸ਼ਨਪੁਰਾ ਪਿੰਡ ਬਲਕਾਰੇ ਸਰਪੰਚ ਦਾ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਉਧਰ ਚਗਾਵਾਂ ਪਿੰਡ ਵੀ ਕਬੱਡੀ ਦੇ ਸਟਾਰਾਂ ਦਾ ਉਧਰ ਕਹਿੰਦੇ ਚਗਾਵਾਂ ਪਿੰਡ ਵੀ ਕਬੱਡੀ ਦੇ ਸਟਾਰਾਂ ਦਾ ਪੁਆਇੰਟ ਇੱਧਰ ਦਾ ਮੱਧੂ ਚਗਾਵੇ ਵਾਲਾ ਨੌਜਵਾਨ ਗੱਭਰੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਾਲ ਹੀ ਕਹਿੰਦੇ ਚਗਾਵੇ ਵਾਲੇ ਸਰਪੰਚਾਂ ਦਾ ਮੁੰਡਾ ਉਹ ਵੀ ਕਬੱਡੀ ਦਾ ਸਟਾਰ ਜਾਫੀ ਹੈ ਚਾਹੇ ਗੱਲ ਤੋਤੇ ਦੀ ਚਾਹੇ ਗੱਲ ਪਿੰਦਰ ਵਰਗਿਆਂ ਦੀ ਕੇਵਲ ਵੀ ਕਬੱਡੀ ਦਾ ਸਟਾਰ ਰਿਹਾ ਉਧਰ ਦੇਖੋ ਕਿਸ਼ਨਪੁਰੀਏ ਨੇ ਪੁਛ ਮਾਰੀ ਹੈ ਵੱਜਿਆ ਧੱਕਾ ਤੇ ਪੁਆਇੰਟ ਜਾਫੀ ਦੇ ਹਿੱਸੇ ਅਲਕੜਿਆਂ ਵਾਲਾ ਵਿਸਲ ਮਾਰਦਾ ਪੁਆਇੰਟ ਇਸ ਵੇਲੇ ਜਾਫੀ ਦਾ ਪੁਆਇੰਟ ਇਸ ਵੇਲੇ ਜਾਫੀ ਦਾ ਪੰਜਾਬ ਲਾਈਵ 1.com ਦੇ ਜ਼ਰੀਏ ਅੱਜ ਦਾ ਖੇਡ ਮੇਲਾ ਮੇਰੇ ਵੀਰੋ ਵਿਦੇਸ਼ਾਂ ਦੇ ਵਿੱਚ ਲਾਈਵ ਕੀਤਾ ਜਾ ਰਿਹਾ ਜਿਹੜੇ ਵੀਰ ਵਿਦੇਸ਼ਾਂ ਚ ਜੁੜੇ ਹੋਏ ਆ ਆਪਾਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਦੇਖੋ ਬੱਲੇ ਬੱਲੇ ਦੇਖੋ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਹੁਣ ਰੇਡਰ ਦਾ ਪੁਆਇੰਟ ਹੁਣ ਰੇਡਰ ਦਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਹਾਂਜੀ ਫਤਿਹਗੜ੍ਹ ਕੋਰੋਟਾਣੇ ਦੀ ਟੀਮ ਦੀ ਐਂਟਰੀ ਫੀਸ ਨਹੀਂ ਆਈ ਪਲੀਜ਼ ਉਹ ਆਪਣੀ ਐਂਟਰੀ ਫੀਸ ਪਹੁੰਚਦੀ ਕਰ ਦਿਓ ਪਹਿਲਾ ਸੈਮੀਫਾਈਨਲ ਮੈਚ 60 ਕਿਲੋ ਦਾ ਪੁਰਾਣੇ ਵਾਲਾ ਤੇ ਟਾਲੇ ਦਾ ਸੈਮੀਫਾਈਨਲ ਪਹਿਲਾ ਮੈਚ 60 ਕਿਲੋ ਦਾ ਪੁਰਾਣੇ ਵਾਲਾ ਤੇ ਟਾਲੇ ਦਾ ਜੇਤੂ ਨੇ ਜਲਾਲਾਬਾਦ ਨਾਲ ਖੇਡਣਾ ਇਹ ਟੀਮਾਂ ਨੋਟ ਕਰੋ ਜੇਤੂ ਨੇ ਜਲਾਲਾਬਾਦ ਨਾਲ ਖੇਡਣਾ ਪੁਰਾਣੇ ਵਾਲਾ ਤੇ ਟਾਲੇ ਦਾ ਪਹਿਲਾ ਸੈਮੀ ਮੈਚ ਹੋਣਾ ਜੇਤੂ ਜਲਾਲਾਬਾਦ ਨਾਲ ਖੇਡੇਗੀ ਇੱਧਰ ਕਬੱਡੀ ਦੇ ਮੈਦਾਨ ਅੰਦਰ ਦੇਖੋ ਹੁਣ ਕਬੱਡੀ ਪੈਂਦੀ ਹੈ ਤੇ ਦੁਨੀਆ ਵਹਿੰਦੀ ਹੈ ਕਿਸ਼ਨਪੁਰੇ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉੱਧਰ ਪ੍ਰਤਾਪ ਉਮਰੀਆਣੇ ਵਾਲਾ ਸਾਡਾ ਬਾਪੂ ਕਰਨੈਲ ਸਿੰਘ ਜੀ ਉਮਰੀ ਵਾਲਿਆਂ ਦੀ ਬਹੁਤ ਪਿਆਰੀ ਸਾਊਂਡ ਗੱਬਰ ਸਾਊਂਡ ਉਮਰੀਆਣਾ ਧਰਮ ਹੈ ਸਾਡਾ ਵੀਰ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਨੇ ਦੋਨੋਂ ਵੀਰ ਉੱਧਰ ਪੰਜਾਬ ਲਾਈਵ 1.com ਇੰਦਰਜੀਤ ਸਾਡਾ ਵੀਰ ਨਾਲ ਡਰੋਲੀ ਵਾਲਾ ਗਗਨ ਨੀਤੇ ਸੰਘੇ ਹੋਣੀ ਬੱਬੂ ਸੰਘੇ ਹੋਣੀ ਹੈਪੀ ਮੰਗੇ ਵਾਲੀਆ ਨਾਲ ਸਾਡਾ ਵੀਰ ਰਾਜੂ ਮੇਰੇ ਵੀਰੋ ਉਹ ਸਾਰੇ ਵੀਰ ਚਲਾ ਰਹੇ ਹੈ ਆਪਾਂ ਧੰਨਵਾਦ ਕਰਦੇ ਹਾਂ ਉੱਧਰ 75 ਕਿਲੋ ਦੀਆਂ 75 ਕਿਲੋ ਦੀਆਂ ਟਾਈਆਂ ਨਿਕਲ ਜਾ ਰਹੀਆਂ ਜੇ ਕੋਈ ਟੀਮ ਰਹਿੰਦੀ ਐਂਟਰ ਹੋ ਜਾਓ ਬਾਅਦ ਦੇ ਵਿੱਚ ਕੋਈ ਟੀਮ ਅਸੀਂ ਐਂਟਰ ਨਹੀਂ ਕਰਨੀ ਉੱਧਰ ਕਿਸ਼ਨਪੁਰੀਆ ਦੀ ਪਾਈ ਹੋਈ ਕਬੱਡੀ ਤੇ ਹੁਣ ਵੇਖੋ ਫੈਸਲਾ ਹੋਣ ਲੱਗਿਆ ਗੱਲ ਸਮੇਂ ਦੀ ਹੈ ਚਗਾਵੇ ਵਾਲਾ ਟਾਈ ਕਰਦਾ ਪੁਆਇੰਟ ਰੇਡਰ ਦਾ ਮੱਧੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੱਲ ਵਿੱਚ ਗਾਨੀ ਦੇ ਵਿੱਚ ਨਿਸ਼ਾਨੀ ਅਲਕੜਿਆਂ ਵਾਲਾ ਨਕੋਦਰ ਵਾਲੇ ਸਾਈਆਂ ਦੀ ਕਿ ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮੁਰਾਦਾ ਵਾਲਾ ਦਾਤਾ ਸਾਹਿਬ ਬਡਾਰੀ ਦੇ ਵਿੱਚ ਰੁਤਬਾ ਖਾਸ ਮਰਾਲਾ ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੁੜਕੇ ਵਾਲਾ ਮਾਨਾ ਮੁਰਸ਼ਦ ਲੋਕਾਂ ਦਾ ਘਰ ਲੱਭਦਾ ਨਹੀਂ ਸੁਖਾਲਾ ਮਰ ਜਾਣੇ ਨੂੰ ਮਾਣ ਬਖਸ਼ ਕੇ ਲਾਡੀ ਸ਼ਾਹ ਕਹਿੰਦਾ ਤੇਰੇ ਇਸ਼ਕ ਦਾ ਗਿਰਦਾ ਪੈਂਦਾ ਨੀ ਤੇਰੇ ਇਸ਼ਕ ਦਾ ਗਿਰਦਾ ਪੈਂਦਾ ਪਰ ਅੱਜ ਕਹਿੰਦੇ ਕਬੱਡੀ ਵਾਲਾ ਗਿਰਦਾ ਪੈ ਰਿਹਾ ਪਰ ਅੱਜ ਕਹਿੰਦੇ ਕਬੱਡੀ ਵਾਲਾ ਗਿਰਦਾ ਪੈ ਰਿਹਾ ਪੁਰਾਣੇ ਵਾਲਾ ਤੇ ਟਾਲੇ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਆ ਜਾਣ ਸੈਮੀਫਾਈਨਲ ਪਹਿਲਾ ਮੈਚ ਖੇਡਿਆ ਜਾਣਾ ਡਾਲਾ ਤੇ ਪੁਰਾਣੇ ਵਾਲੇ ਦਾ ਜੇਤੂ ਨੇ ਜਲਾਲਾਬਾਦ ਨਾਲ ਖੇਡਣਾ ਕਿਸ਼ਨਪੁਰੀਆ ਕਬੱਡੀ ਪਾਉਂਦਾ ਹੋਇਆ ਜਾਫੀ ਚਗਾਵੇ ਵਾਲਾ ਟਰਾਈ ਕਰਦਾ ਲੱਗਿਆ ਜ਼ੋਰ ਤੋਂ ਕਬੱਡੀ ਦੇ ਖਿਡਾਰੀਆਂ ਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕਿ ਮਿਲਦੇ ਰਹਿਣ ਖਿਡਾਰੀਆਂ ਨੂੰ ਖੁੱਲੇ ਡੁੱਲੇ ਪੀਜੇ ਦਾਣੇ ਪਾਣੀ ਵਿੱਚ ਲਿਖਦੇ ਤੂੰ ਇਹਨਾਂ ਦੇ ਕਨੇਡਾ ਦੇ ਬਰਗਰ ਤੇ ਪੀਜੇ ਰਹਿਣ ਨਸ਼ਿਆਂ ਤੋਂ ਦੂਰ ਤੇ ਕਰਨੇ ਸਰੀਰ ਦੀ ਕੇਅਰ ਮਾਲਕਾ ਰੱਖੀ ਤੂੰ ਕਬੱਡੀ ਤੇ ਮੇਹਰ ਮਾਲਕਾ ਰੱਖੀ ਤੂੰ ਕਬੱਡੀ ਤੇ ਮੇਹਰ ਮਾਲਕਾ ਇੱਧਰ ਪੁਆਇੰਟ ਰਾਜਾ ਚਗਾਵੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਤੋਤੇ ਦਾ ਕਹਿੰਦਾ ਪਿਛਲੇ ਦਿਨ ਹੀ ਵਿਆਹ ਹੋ ਗਿਆ ਉੱਧਰ ਵੇਖੋ ਸਾਹਮਣੇ ਉਸੇ ਪਿੰਡ ਦੇ ਚਾਰ ਜਾਫੀ ਹੈ ਗੁਆਂਢ ਪਿੰਡ ਦੇ ਚਾਰ ਜਾਫੀ ਤੇ ਇੱਧਰ ਕਿਸ਼ਨਪੁਰੇ ਵਾਲਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਕਬੱਡੀ ਦੇ ਮੈਦਾਨ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਚਗਾਵੇ ਪਿੰਡ ਵਾਲਾ ਗੱਭਰੂ ਵਾਧਾ ਹੋਇਆ ਖੇਡ ਖੇਡਾਂ ਵਿੱਚ ਕਬੱਡੀ ਜੀ ਨੂੰ ਆਖਦੇ ਕਬੱਡੀ
खेती जाती जेड़ी ला के पूरा तान मित्रों कबड्डी भंगड़ा पंजाबियों की शान मित्रों उधर मोटे का निका वीर किशनपुरे वाला इस समय ला तकड़ा जफा अपनी टीम लिए पॉइंट का वाधा करता हुआ चगावे वाला टिकया जा चुका उधर कबड्डी पैंती है दुनिया मेहंदी है खेड कबड्डी के मैदान देखी घूम गए मैं भावे सारी दुनिया रोटी मिली नहीं पंजाब के तंदूर वर्गी लक मारनी है जुत्तियां नेक ने बनाते कदे कड़ी जुत्ती मिली नहीं कसूर वर्गी जाफी खेड़ नेका ही पंजाब देखे जाप देखी नहीं हो एक मथूर वर्गी लखा बैठे प्रमोटर विदेशों में जाके गल बनी नहीं हो मेजर भलूर वर्गी लंघियाणिया बंद तो भी लिखना होवेगा कलम लभनी नहीं राजू दाहूर वर्गी मैट समाप्त किशनपुरा जित गया साढ़े दस के मुकाबले तीन पॉइंटा के मुकाबले साढ़े दस पॉइंट लैके किशनपुरा जेतू है तीन नंबर से जगावे के किशनपुरे के साढ़े दस नंबर किशनपुरा जेतू पुराने वाला दाला जल्दी आ जा पुराने वाला दाला किशनपुरे का जलालाबाद हाँ जी किशनपुरा के जलालाबाद का दूजा सैमी मैच होना दाला पुराने वाला जल्दी ग्राउंड आ जा गीता कोट कोट वाला साडा वीर नाल मद्दोके वाला घोटा वो भी जल्द ग्राउंड आ जा वीर भी जल्द ग्राउंड आ जा मेरी बेनती है उधर 75 किलो दिया भी टाइयां निकल चुकी हैं पहले चार मैच मैं अनाउंस करांगा पहला मैच जिहड़ा खेडा जाना बाबा सैयद कमीर क्लब कपूरे ते गालब दा 75 किलो गालब ते कपूरे बाबा सैयद कमीर क्लब ये जल्दी तैयारी करके सैमीफाइनल मैचों के बाद ग्राउंड जाणगे पुराने वाले की बी टीम जिहड़ी कल्ली कपूरिआं दी टीम उहदे नाल खेडेगी पुराने वाला बी ते कल्ली कपूरिआं दी टीम दा मैच होणा तलवंडी पंगेरिया ते यंग स्पोर्ट्स क्लब पुराने वाले का मैच होगा तखाणवद ते रामू वाले नवे का मैच होना यह भी टीम तैयार रहनगियां 75 किलो दियां यह भी टीम तैयार रहनगियां पुराने वाला ते दाला पहला सैमीफाइनल मैच 60 किलो भार वर्ग का यह टीम जल्द ग्राउंड च आ जा टीम जल्द ग्राउंड च आ जा के बर्गर के नाल ढिड भर जाता वह की खाण खुराकों माड़े धंधे करते जेड़े की समझाउण जवाकों इंग्लिश के हाल पुछते हैलो आए कह वाले मेहनत बारे दस की जानण एसिया के रहण वाले सुखी ककराले जिन्हें ना कदे डंड बैठका कटियां वो की जाने ग्राउंडा दे विच किद्दां पैण कबड्डियां वो की जाने ग्राउंडा दे विच किद्दां पैण कबड्डियां वाकई मेहनत करनी पैंदी है मुशक्कत करनी पैंदी है घालना घालनी पैंदी है कोचां तों मारां खाणियां पैंदियां फिर किते जाके कबड्डी दे स्टार बणिया जांदा फिर किते जाके कबड्डी दे स्टार बणिया जांदा दाला ते पुराने वाला किशनपुरा ते जलालाबाद भाई दो खड़ा बंदा सामने पचहत्तर किलो की टीम जो कोई एंटर होने वाली है तो साढ़े को हो सकती है भाई 75 किलो वर्ग की टीम जे कोई एंटर हो रही है तो वह 5-7 मिनट साढ़े को एंटर हो सकती है Thank you.
ਆਣੇ ਦੀ ਟੀਮ ਆ ਗਈ ਹੈ ਡਾਲੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਵੀਰ ਜਲਦੀ ਤਿਆਰੀ ਕਰਕੇ ਗਰਾਊਂਡ 'ਚ ਆ ਜਾਣ ਉੱਧਰ ਸਾਰੇ ਸਾਡੇ ਦਾਨੀ ਭਰਾਵਾਂ ਦਾ ਜਿਨ੍ਹਾਂ ਨੇ ਚਾਹੇ ਵਿਦੇਸ਼ਾਂ ਦੀ ਧਰਤੀ ਤੋਂ ਵੀਰ ਬੈਠੇ ਆ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਕੋਈ ਇੰਗਲੈਂਡ ਤੋਂ ਕੋਈ ਯੂਰਪ ਤੋਂ ਕੋਈ ਦੁਬਈ ਤੋਂ ਕੋਈ ਮਲੇਸ਼ੀਆ ਤੋਂ ਫਿਰ ਵੀ ਕੋਈ ਫਰਾਂਸ ਤੋਂ ਕੋਈ ਸਪੇਨ ਤੋਂ ਕੋਈ ਇਟਲੀ ਤੋਂ ਵੱਖੋ ਵੱਖਰੇ ਕੰਟਰੀਆਂ ਦੇ ਵਿੱਚੋਂ ਜਿਹੜੇ ਵੀਰਾਂ ਨੇ ਮਾਨ ਸਨਮਾਨ ਭੇਜੇ ਆ ਪ੍ਰਬੰਧਕ ਕਮੇਟੀ ਲਈ ਇਸ ਖੇਡ ਕਲੱਬ ਲਈ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਚ ਯੋਗਦਾਨ ਦਿੱਤੇ ਹੈ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਨਾਲ ਹੀ ਸਾਰੇ ਨਗਰ ਨਿਵਾਸੀਆਂ ਦਾ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਲਈ ਹੈ ਸਾਰੇ ਵੀਰਾਂ ਨੂੰ ਖੁੱਲ੍ਹਾ ਸੱਦਾ ਹੈ ਪਤਵੰਤ ਦੇ ਸੱਜਣ ਜਿੰਨੇ ਵੀ ਨਗਰ ਦੇ ਮੋਹਤਵਾਰ ਸੱਜਣ ਹੈ ਕੋਈ ਵੀਰ ਖੜਾ ਨਾ ਹੋਵੇ ਕੁਰਸੀਆਂ ਸਟੇਜ ਦੇ ਉੱਤੇ ਖਾਲੀ ਪਈਆਂ ਆ ਕੇ ਤੁਸੀਂ ਕੁਰਸੀਆਂ ਦੇ ਉੱਪਰ ਬਿਰਾਜਮਾਨ ਹੋਣਾ ਇਹ ਧੰਨਵਾਦ ਹੈ ਸਾਰੇ ਵੀਰਾਂ ਦਾ ਵੱਡਾ ਸਤਿਕਾਰ ਹੈ ਇਹਨਾਂ ਸਾਰੇ ਮੁੰਡਿਆਂ ਦਾ ਵੱਡਾ ਉੱਦਮ ਪੁਰਾਣੇ ਵਾਲੀਏ ਸਾਰੇ ਸਾਡੇ ਵੀਰ ਵੱਡਾ ਉੱਦਮ ਕੀਤਾ ਇਹਨਾਂ ਭਰਾਵਾਂ ਨੇ ਡੇਢ ਦੋ ਮਹੀਨਿਆਂ ਦੀ ਅਣਥੱਕ ਮਿਹਨਤ ਘਰ ਘਰ ਜਾ ਕੇ ਅਗਵਾਈ ਕੀਤੀ ਜਿਨ੍ਹਾਂ ਨੇ ਇੱਕ ਰੁਪਈਏ ਤੋਂ ਲੈ ਕੇ ਲੱਖਾਂ ਤੱਕ ਯੋਗਦਾਨ ਦਿੱਤੇ ਹੈ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਲੈ ਵੀ ਕੋਟ ਕਰੋੜ ਵਾਲਿਆਂ ਕੱਲ੍ਹ 71 ਤੇ 51,000 ਰੁਪਈਆ ਪਹਿਲਾ ਦੂਜਾ ਪ੍ਰਾਈਜ ਤੇ 30,000 ਰੁਪਈਏ ਦੇ ਮੁੱਲ ਦੀਆਂ ਦੋ ਫਰਿੱਜਾਂ ਆਪਾਂ ਦੇਖਾਂਗੇ ਵੀ ਕਿਹਦੇ ਘਰ ਜਾਣਗੀਆਂ ਕਿਹਦੀ ਰਸੋਈ ਚ ਡਿੱਗਣਗੀਆਂ ਫਰਿੱਜਾਂ ਤੇ ਕਿਹਦੀ ਮਾਂ ਨੇ ਕੌਲਿਆਂ ਤੇ ਸਰੋਂ ਦਾ ਤੇਲ ਚੋਣਾ ਇਹ ਤਾਂ ਗੱਲ ਸਮੇਂ ਦੇ ਨਾਲ ਹੋਊਗੀ ਇਹ ਤਾਂ ਗੱਲ ਸਮੇਂ ਦੇ ਨਾਲ ਹੋਊਗੀ ਆਪਾਂ ਧੰਨਵਾਦ ਕਰਾਂਗੇ ਸਾਰੇ ਕਬੱਡੀ ਦੇ ਖਿਡਾਰੀਆਂ ਦੇ ਉੱਧਰ ਮੇਰੀ ਬੇਨਤੀ ਹੈ ਡਾਲਾ ਤੇ ਪੁਰਾਣੇ ਵਾਲੇ ਦਾ ਮੈਚ ਖੇਡਿਆ ਜਾਣਾ ਕਿਸ਼ਨਪੁਰੇ ਦਾ ਮੈਚ ਜਲਾਲਾਬਾਦ ਨਾਲ ਹੋਣਾ ਕਿਸ਼ਨਪੁਰੇ ਦਾ ਮੈਚ ਜਲਾਲਾਬਾਦ ਨਾਲ ਹੋਣਾ ਬਾਬਾ ਸਹਿਦ ਕਮੀਰ ਕਲੱਬ ਕਪੂਰੇ ਦੇ ਗਾਲਬ ਇਹ 75 ਕਿਲੋ ਦਾ ਪਹਿਲਾ ਮੈਚ ਹੋਣਾ ਪਹਿਲੇ ਰਾਊਂਡ ਦਾ ਪੁਰਾਣੇ ਵਾਲਾ ਬੀ ਤੇ ਕਪੂਰੇ ਤਲਵੰਡੀ ਭੰਗੇਰੀਆਂ ਤੇ ਯੰਗ ਸਪੋਰਟਸ ਕਲੱਬ ਪੁਰਾਣੇ ਵਾਲਾ ਤਖਾਣ ਬਾਤੇ ਰਾਮੂ ਵਾਲਾ ਨਵਾਂ ਇਹ ਪਹਿਲੇ ਚਾਰ ਮੈਚ ਮੈਂ ਅਨਾਊਂਸ ਕੀਤੇ ਆ ਇਹ ਚਾਰੇ ਅੱਠੇ ਦੀਆਂ ਅੱਠੇ ਟੀਮਾਂ ਚਾਰਾਂ ਮੈਚਾਂ ਦੀਆਂ ਤਿਆਰ ਹੋ ਜਾਣ 15.5 ਤੇ 16 14 ਡਾਲੇ ਵਾਲੇ 13.5 ਤੇ 14 ਨੰਬਰ ਜੀ ਦੇ ਪਹਿਲਾਂ ਹੋ ਗਏ ਸੁਰਿੰਦਰ ਸਿੰਘ ਜੀ ਕੈਰੋ ਉਹ ਕਹਿੰਦੇ ਵੀ ਨਿੱਕਾ ਜਿੰਨੇ ਜੱਫੇ ਲਾਵੇਗਾ ਆਪਾਂ ਹਰ ਇੱਕ ਜੱਫੇ ਦਾ 100 ਰੁਪਇਆ ਦੇਵਾਂਗੇ ਉੱਧਰ ਗੱਭੂ ਸਾਡਾ ਵੀਰ ਮਹਿਣੇ ਵਾਲਾ ਉਹ ਵੀ ਪੁੱਜਿਆ ਕਬੱਡੀ ਦਾ ਖਿਡਾਰੀ ਆਪਾਂ ਜੀ ਆਖਦੇ ਹਾਂ ਧੰਨਵਾਦ ਕਰਦੇ ਹਾਂ ਪੁਰਾਣੇ ਵਾਲਾ ਤੇ ਡਾਲੇ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਜਲਾਲਾਬਾਦ ਤੇ ਕਿਸ਼ਨਪੁਰੇ ਨੇ ਖੇਡਣਾ ਮੇਰੀ ਬੇਨਤੀ ਹੈ ਜਲਾਲਾਬਾਦ ਤੇ ਕਿਸ਼ਨਪੁਰੇ ਨੇ ਖੇਡਣਾ ਬਾਬਾ ਸਹਿਦ ਕਮੀਰ ਕਲੱਬ ਕਪੂਰੇ ਤੇ ਗਾਲਬ ਦਾ ਮੈਚ ਹੋਣਾ ਪੁਰਾਣੇ ਵਾਲਾ ਬੀ ਤੇ ਕਪੂਰੇ ਦੋਨੋਂ ਟੀਮਾਂ ਦੀ ਸਹਿਮਤੀ ਲੈ ਲਓ ਲੱਖੇ ਭਾਈ ਦੋਨਾਂ ਟੀਮਾਂ ਦੀ ਸਹਿਮਤੀ ਲੈ ਲਓ 10:30-11 ਕਰ ਦਈਏ ਚਲੋ ਠੀਕ ਹੈ ਦੋਨੇ ਟੀਮਾਂ ਸਹਿਮਤ ਆ ਯਾਰ 10:30-11 ਤੇ ਦੋਨੋਂ ਟੀਮਾਂ ਦੀ ਸਹਿਮਤੀ ਹੈ 10:30-11 ਤੇ ਦੋਨੋਂ ਟੀਮਾਂ ਸਹਿਮਤ ਹੈ ਕਿਸ਼ਨਪੁਰਾ ਤੇ ਜਲਾਲਾਬਾਦ ਅਗਲੇ ਮੈਚ ਦੀਆਂ ਟੀਮਾਂ ਤਿਆਰ ਹੋ ਕੇ ਵੇਟਿੰਗ ਬਾਕਸ ਦੇ ਵਿੱਚ ਆ ਜਾਣ ਕਿਸ਼ਨਪੁਰਾ ਤੇ ਜਲਾਲਾਬਾਦ ਕਿ ਤੇਰੇ ਹੁਕਮ ਚ ਸੂਰਜ ਚੰਨ ਤਾਰੇ ਤੇ ਹੁਕਮ ਚ ਦਿਨ ਤੇ ਰਾਤ ਰੱਬਾ ਤਾਂ ਉਹ ਦੁਨੀਆ ਰੱਬ ਰੱਬ ਕਰਦੀ ਹੈ ਝੋਲੀ ਅੱਡ ਕੇ ਮੰਗਦੀ ਦਾਤ ਰੱਬਾ ਫਰਸ਼ੋ ਅਰਸ਼ ਤੇ ਅਰਸ਼ੋ ਫਰਸ਼ ਕਰੇ ਤੇਰੇ ਹੱਥ ਹੈ ਸਭ ਸੌਗਾਤ ਰੱਬਾ ਉੱਠ ਆਸਰਾ ਮੰਗੇ ਹਰਦੀਪ ਤੇਰਾ ਤੇਰੇ ਬਿਨਾਂ ਨਾ ਮੇਰੀ ਔਕਾਤ ਰੱਬਾ
ਲੰਗਿਆਣੀਆਂ ਜੋਧਾ ਅਰਦਾਸ ਕਰਦਾ ਬਖਸ਼ੀ ਲਿਖਣ ਤੇ ਬੋਲਣ ਦੀ ਜਾਂਚ ਰੱਬਾ ਲੰਗਿਆਣੀਆਂ ਜੋਧਾ ਅਰਦਾਸ ਕਰਦਾ ਬਖਸ਼ੀ ਲਿਖਣ ਤੇ ਬੋਲਣ ਦੀ ਜਾਂਚ ਰੱਬਾ ਸੈਮੀ ਫਾਈਨਲ ਮੈਚ ਦੀ ਪਹਿਲੀ ਰੇਡ ਪੈ ਗਈ ਹੈ ਪੁਰਾਣੇ ਵਾਲ ਪਿੰਡ ਦਾ ਭਾਗਾ ਕਬੱਡੀ ਪਾ ਰਿਹਾ ਹੈ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜਾਫੀ ਤਾਲੇ ਵਾਲਾ ਜਾਫੀ ਤਾਲੇ ਵਾਲਾ ਦੇਖੋ ਬੱਲੇ ਬੱਲੇ ਲੱਕ ਫੜਿਆ ਗਿਆ ਹੁੰਡਾ ਢਾ ਕੇ ਸਿੱਕ ਤੇ ਬਹਿ ਗਿਆ ਜਿਵੇਂ ਪੱਠਿਆਂ ਵਾਲੀ ਰੇੜੀ ਲੱਦ ਕੇ ਭਈਆ ਬੰਟ ਤੇ ਬੈਠਾ ਹੁੰਦਾ ਇਹ ਪੁਆਇੰਟ ਕਹਿੰਦੇ ਇਸ ਵੇਲੇ ਜਾਫੀ ਦਾ ਇਹ ਪੁਆਇੰਟ ਕਹਿੰਦੇ ਇਸ ਵੇਲੇ ਜਾਫੀ ਦਾ ਇੱਧਰ ਕਬੱਡੀ ਪਾਉਣ ਦੇ ਲਈ ਤਾਲੇ ਵਾਲਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੈਂ ਵੀ ਭਾਵੇਂ ਤੁਸੀਂ ਵੀ ਆਪਣੇ ਆਪ ਨੂੰ ਖੱਬੀ ਖਾਨ ਕਮਾਉਂਦੇ ਹੋ ਹੁਣ ਉਹਨਾਂ ਨੇ ਠੋਡਾ ਢਾਇਆ ਤੇ ਆਹ ਸੁੱਕਾ ਨਾ ਜਾਵੇ ਦੇਖੋ ਹੁਣ ਕਿਹੜਾ ਸ਼ੀਰੀ ਮਾਂ ਨੇ ਸ਼ੇਰ ਪੁੱਤ ਜੰਮਿਆ ਦੇਖੋ ਕਿਹੜਾ ਗੱਭਰੂ ਟਰਾਈ ਕਰਦਾ ਇਸ ਵੇਲੇ ਮਣੀ ਕਰਦਾ ਕੋਸ਼ਿਸ਼ ਲੱਗਿਆ ਚੋਰ ਫੜਿਆ ਕਿੱਦਾਂ ਪਗਲੀ ਖੁੱਚ ਦੇਖੋ ਫੜਿਆ ਗੁੱਟ ਲੱਗਦਾ ਚੋਰ ਤਾੜੀਆਂ ਮਾਰੋ ਦਰਸ਼ਕ ਜੀ ਪੁਆਇੰਟ ਇੱਧਰ ਦਾ ਪੁਆਇੰਟ ਇੱਧਰ ਦਾ ਗੁਰਜੀਤ ਪੁਰਾਣੇ ਵਾਲੇ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕਿ ਪੰਛੀ ਭਰਦੇ ਆ ਉਡਾਰੀ ਜਿਵੇਂ ਅਸਮਾਨਾਂ ਵਿੱਚ ਉਹਨੂੰ ਭਰਦੇ ਆ ਉਡਾਰੀ ਖਿਡਾਰੀ ਮੈਦਾਨਾਂ ਵਿੱਚ ਹੁਣ ਪਰਖੇ ਜਾਣਗੇ ਜੋਰ ਜਵਾਨਾਂ ਵਿੱਚ ਸਾਰਿਆਂ ਦੇ ਸਾਹਮਣੇ ਕਿਹੜਾ ਚੰਨ ਬਣ ਕੇ ਚਮਕੂਗਾ ਤਾਰਿਆਂ ਦੇ ਸਾਹਮਣੇ ਕਿਹੜਾ ਚੰਨ ਬਣ ਕੇ ਚਮਕੂਗਾ ਤਾਰਿਆਂ ਦੇ ਸਾਹਮਣੇ ਗੁਰਜੀਤ ਕਬੱਡੀ 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 ਕਰਦਾ ਹੋਇਆ ਰੂਪਾ ਡਾਲੇ ਵਾਲਾ ਇਸ ਵੇਲੇ ਕਰਦਾ ਕੋਸ਼ਿਸ਼ ਦੇਖੋ ਲੱਗਦਾ ਚੋਰ ਵਾਹ ਏ ਨੌਜਵਾਨਾਂ ਕਿ ਕਿਤਾਬ ਤਾਂ ਹਰ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਅਮਰੀ ਉੱਚਾ ਉਹਦੇ ਨੂੰ ਇੱਕ ਦਿਨ ਦੇਖਣਾ ਪੈਂਦਾ ਧਰਤੀ ਵਾਲਾ ਪਾਲਾ ਨਾ ਜੱਗ ਤੇ ਬਣਾਉਣਾ ਨੀ ਸਿਖਾਲਾ ਨਾ ਜੱਗ ਤੇ ਬਣਾਉਣਾ ਨੀ ਸਿਖਾਲਾ ਦੇਖੋ ਜੋਗਾ ਡਾਲੇ ਵਾਲਾ ਵੀ ਕਬੱਡੀ ਦਾ ਸਟਾਰ ਰੇਡਰ ਹੈ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ 12 ਤਰੀਕ ਨੂੰ ਆਪਾਂ ਡਾਲੇ ਦੇ ਵਿੱਚ ਰੌਣਕਾਂ ਲਾਉਣੀ ਹੈ ਕੋਟ ਕਰੋੜ ਵਾਲੇ ਆ 12 ਤਰੀਕ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਉੱਧਰ ਕਹਿੰਦੇ ਕਬੱਡੀ ਪਾਉਣ ਦੇ ਲਈ ਨਾਗਣ ਦੇ ਬਣੂ ਵਧਿਆ ਦਾ ਭਾਗਾ ਪੁਰਾਣੇ ਵਾਲੀ ਆ ਉੱਧਰ ਸ਼ਿੰਦਾ ਸਾਡਾ ਵੀਰ 100 ਰੁਪਇਆ ਬੋਲਾਂ ਤੋਂ ਖੁਸ਼ ਹੋ ਕੇ ਭੇਜ ਰਿਹਾ ਮਾਣ ਸਨਮਾਨ ਪੁਰਾਣੇ ਵਾਲੀ ਆ ਸ਼ਿੰਦਾ ਸਾਡਾ ਯਾਰ ਕਿ ਯਾਰਾਂ ਦੇ ਯਾਰ ਜਦੋਂ ਕਰਦੇ ਪਿਆਰ ਜਿੱਥੇ ਆਣ ਖੜਦੇ ਘਰ ਘਰ ਮਾਵਾਂ ਨਹੀਂ ਉਹ ਪੁੱਤ ਜੰਮਦੀਆਂ ਸ਼ਿੰਦੇ ਉਹਨਾਂ ਵਰਗੇ ਸਾਰੇ ਵੀਰ ਸਾਡੀ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਹੈ ਇੱਧਰ ਦੇਖੋ ਸਾਹਮਣੇ ਕਬੱਡੀ ਪੈਂਦੀ ਹੈ ਤੇ ਦੁਨੀਆਂ ਵਹਿੰਦੀ ਹੈ ਹੁਣ ਕਹਿੰਦੇ ਚਾਰ ਜਾਫੀ ਹੈ ਇਸ ਵੇਲੇ ਤਿਆਰ ਮਾਵਾਂ ਠੰਡੀਆਂ ਸ਼ਾਮਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਬੇਪਰਵਾਹੀਆਂ ਰੱਬ ਯਾਦ ਹੀ ਰਹਿੰਦਾ ਮਾਪਿਆਂ ਵਰਗੇ ਇਸ ਜੱਗ ਤੇ ਕੋਈ ਹੋਰ ਨਹੀਂ ਰਿਸ਼ਤੇ ਨਾਤੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ ਹੁਸਨ ਜਵਾਨੀ ਦੇ ਮਾਪੇ ਮਨੀ ਦੇ ਲਈ 100-100 ਰੁਪਈਆ ਸਾਡੇ ਵੀਰ ਡਿੰਪੀ ਤੇ ਨਾਲ ਸਾਡਾ ਵੀਰ ਇੰਦਰਪਾਲ ਤੇ ਨਾਲ ਕਾਲਾ ਸਾਡਾ ਵੀਰ ਇਹ ਮਾਣ ਸਨਮਾਨ ਭੇਜੇ ਹੋ ਉੱਧਰ ਸ਼ਿੰਦੇ ਵੀਰ ਵੱਲੋਂ ਵੀ ਭਾਗੇ ਲਈ 100 ਰੁਪਈਆ ਆਇਆ ਮਣੀ ਵੀ ਮਾਣ ਪਿਆਰ ਹੈ ਉੱਧਰ ਸਾਡਾ ਅਮਨ ਵੀਰ ਵੀ ਮਾਣ ਸਨਮਾਨ ਭੇਜ ਰਿਹਾ ਰੂਪਾ ਦੇ ਮਣੀ ਦੇਖੋ ਮੁਕਾਬਲਾ ਹੋ ਗਿਆ ਗੁੱਟ ਫੜਿਆ ਗਿਆ ਕੈਂਚੀ ਭੱਜ ਗਈ ਹੈ ਕਿ ਗੁੱਟ ਨੂੰ ਫੜ ਕੇ ਚੜਦੇ ਜਿੰਦਰੇ ਹੱਥ ਛੜਾਵੇ ਨਾ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਪ੍ਰੀਤਮ ਪੁਰਾਣੇ ਵਾਲੀਆ ਬਾਹਰ ਆ ਜਾ ਵੀ ਨੌਜਵਾਨਾਂ ਇਹ ਕਾਨੂੰਨ ਜਿਹੜੇ ਸਾਰਿਆਂ ਲਈ ਇੱਕੋ ਜਿਹੇ ਆ ਰੂਲ ਜਿਹੜੇ ਸਾਰਿਆਂ ਲਈ ਇੱਕੋ ਜਿਹੇ ਆ ਜਿਹੜਾ ਵੀ ਵੀਰ ਜਿਹਦੀ ਕੋਈ ਡਿਊਟੀ ਨਹੀਂ ਉਹ ਗਰਾਊਂਡ ਤੇ ਬਾਹਰ ਆ ਜਾਓ ਇਹ ਜਿਹੜਾ ਡਿਸਿਪਲਿਨ ਆਪਾਂ ਗਰਾਊਂਡ ਦਾ ਬਣਾ ਕੇ ਰੱਖਣਾ ਜੋਗਾ ਡਾਲੇ ਵਾਲਾ ਪੁਆਇੰਟ ਜੋੜਦਾ ਭਾਗਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਚੜ੍ਹਾ ਗੁਜਰੀ ਦਾ ਬੈਠਾ ਕੰਡਿਆਂ ਦੀ ਸ਼ੇਜ ਵਿਛਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਦੇਖੋ ਡਾਲੇ ਵਾਲੇ ਨੇ ਖੁੱਚ ਪੱਟ ਲਈ ਹੈ ਉੱਧਰ ਵੀ ਗਿਆਨੀ ਦੇ ਇੱਧਰ ਵੀ ਗਿਆਨੀ ਹਾਏ ਮੇਰੀ ਜਾਨ ਖਿਲਰ ਗਈ ਭਾਨ ਹਾਏ ਮੇਰੀ ਜਾਨ ਖਿਲਰ ਗਈ ਭਾਨ ਇਹ ਪੁਆਇੰਟ ਜਾਫੀ ਦਾ ਇਹ ਪੁਆਇੰਟ ਜਾਫੀ ਦਾ ਗੋਰੀ ਕਹਿੰਦਾ ਵੀ ਰਾਜਵਿੰਦਰ ਜਿੰਨੇ ਜੱਫੇ ਲਾਵੇ ਆਪਾਂ ਹਰ ਪੁਆਇੰਟ ਦਾ 100 ਰੁਪਇਆ ਦੇਵਾਂਗੇ ਉੱਧਰ ਨਿੱਕੇ ਨੇ ਕੀਤੀ ਤਰਾਈ ਦੇਖੋ ਲੱਗਿਆ ਜ਼ੋਰ ਪੁਆਇੰਟ ਜਾਫੀ ਦਾ 300 ਰੁਪਇਆ ਹੋ ਗਿਆ ਮੇਰੇ ਵੀਰ 300 ਰੁਪਇਆ ਹੋ ਗਿਆ ਜਾਫੇ ਦਾ ਕਬੱਡੀ ਗੁਰਜੀਤ ਦੀ ਖੇਡ ਮੈਦਾਨ ਦੇ ਵਿੱਚ ਇੱਕ ਤੂਤਾਂ ਦਾ ਗੁਰਜੀਤ ਘੋੜੇ ਜੀ ਦੀ ਕੌਟੀ ਨਾਲ ਪ੍ਰੀਤ ਸਿੱਖ ਸਰਦਾਰ ਜਾਫੀ ਬਬਲੀ ਤੇ ਰਿਕਦਾ ਕਹਿੰਦੇ ਤੇ ਕਹਾਉਂਦੇ ਜਿਹੜਾ ਧਾਵੀਆਂ ਦਾ ਮਿੱਕਦਾ ਵਧੀਆ ਫੜਾ ਕੀਤਾ ਕੋਟ ਕਰੋੜ ਦਾ ਲੱਗੇ ਨਾ ਅੰਦਾਜ਼ਾ ਬੁੱਗੀ ਪੁਰੀ ਦੇ ਜ਼ੋਰ ਦਾ ਗੀਤੇ ਦਾ ਵੀ ਕਹਿੰਦੇ ਗੁੱਟ ਫੜਨਾ ਪ੍ਰਸਿੱਧ ਰਿਹਾ ਕਬੱਡੀ ਦੇ ਮੈਦਾਨਾਂ ਦੇ ਵਿੱਚ ਗੀਤੇ ਦਾ ਵੀ ਕਹਿੰਦੇ ਗੁੱਟ ਫੜਨਾ ਪ੍ਰਸਿੱਧ ਰਿਹਾ ਇੱਧਰ ਗੁਰਜੀਤ ਪੁਆਇੰਟ ਜੋੜਦਾ ਹੋਇਆ ਕੋਈ ਮੈਚ ਅੱਗੇ ਪਿੱਛੇ ਨਹੀਂ ਆਉਣਾ
हां जी जेडे प्लेयर का वेट आंदा ओदे ही मोर लगे हुआ है कोई सिफारशा लेके ना आवे मेरे मोर ला दो मेरे मोर ला दो किसी दे एवें मोर नहीं लगनी बाबा सैयद कमीर कपूरे दे गालब दी टीमां तैयार हो जाण अगला मैच किशनपुरा ते जलालाबाद दा इधर वेखो सामने टारे वाला बजदियां ताड़ियां ते पॉइंट जाफी दा पॉइंट जाफी दा अजे जदों मैच खत्म होया दसांगे नौजवानां चल भी टारे वालिया बाद अगे भाव कबड्डी खेड मैदान दे विच जलालाबाद किशनपुरा आ जाण जल्द खेड दे मैदान दे विच जलालाबाद ते किशनपुरा ये टीमां जल्द पहुंचणगियां इधर वेखो टारे वाला दूजे पासे पुराने वाली आ पॉइंट रेडर का मैच समाप्त डाले की टीम जेतू इस मैच चो चारा के मुकाबले साढ़े दस पॉइंट लेके डाला जेतू रही है जलालाबाद के किशनपुरा हुण एक मैच अजे बाकी एक सैमी डाले की टीम फाइनल च पहुंच चुकी सठ किलो के जलालाबाद के किशनपुरे चो जिहड़ी टीम जितेगी वो डाले नाल फाइनल खेडेगी पुराने वाल की टीम मैच नूं लूज कर गई है और डाले की टीम जिहड़ी विनर रही है जलालाबाद ते किशनपुरा ये टीमां सेंटर वाली लाइन ते आण ये टीमां सेंटर वाली लाइन ते आण बाबा सैयद कमीर कपूरे ते गालब तलवंडी पंघेरियां ते यंग स्पोर्ट्स क्लब पुराने वाला तखाण बादरे रामू वाले नवें ना खेडना पुराने वाला भी ते कपूरियां दा चौथा मैच होना यह टीमां नोट कर लैण बाबा सैयद कमीर क्लब कपूरे ते गालब जल्दी आ जाण 75 किलो दीआं टीमां पहले मैच लई बाबा सैयद कमीर क्लब कपूरे ते गालब यह टीमां जल्द खेड के मैदान च पहुंचणगियां यह टीमां जल्द खेड के मैदान च पहुंचणगियां मेरी बेनती है 75 किलो के पहले मैच लई बाबा सैयद कमीर क्लब कपूरे ते गालब दीआं टीमां जल्द ग्राउंड च आ जाण नाल ही दानी वीरां नूं साडी बेनती असीं नाम अनाउंस करन जा रहे हां ओ वीर स्टेज दे लागे आ जाण असीं मान सन्मान दे रहे उहनां वीरां नूं असीं नाम जिहड़े सांझे करन जा रहे हां प्लीज साडी बेनती है साडे दानी वीर ओ स्टेज दे लागे ही रहण जदों असीं दुबारा नाम अनाउंस करांगे उदों वीरां नूं जिहड़े असीं मान सन्मान देवांगे इक वार असीं सारी लिस्ट जिहड़ी सांझी करांगे बेनती है साडे दानी भरावां नूं भी स्टेज दे लागे रहण गुरमीत सिंह जी जौहर विशाल पार्क ट्रांसपोर्ट वाले इन्हां ने फर्स्ट प्राइज देना 71,000 रुपए कबड्डी ओपन का सैकेंड प्राइज थाणा गिल ते दिलबाग यूएसए वालों 51,000 रुपए हरवंश सिंह जी चीमा कनेडा इन्हां दे परिवार वालों पहला नाम 75 किलो का 31,000 रुपए दिता जाना उधर सरदार मेजर सिंह जी कनेडा वाले उन्होंने पोतरे तरन जौहर ते गक्कू जौहर मनजिंदर साडा वीर कबड्डी खिडारी उन्हां दे भतीजे इन्हों वालों 75 किलो का सैकेंड प्राइज दिता जाना 21,000 रुपए स्वर्गीय सरवण सिंह जी जौहर इन्हों परिवार वालों साडा भी गुरमीत कबड्डी खिडारी इन्हों परिवार वालों 60 किलो के दोनों प्राइज दिते जाने 15,000 रुपए कुट राशि बनती है आप धन्यवाद करते हैं निर्मल सिंह जी कनेडा लक्ष्मण सिंह जी गिल इन्हों परिवार वालों 25,000 रुपये के योगदान है गुरदीप सिंह जी कनेडा के अनूप सिंह जी गिल इन्हों वीर वालों 16,000 रुपये के योगदान है स्वर्गीय सुखदेव सिंह जी यूएसए के परिवार वालों 11,000 रुपए स्वर्गीय आत्मा सिंह जी स्वर्गीय सुखदेव सिंह जी इन्हों परिवारों वालों 11,000 रुपए का योगदान है आप धन्यवाद करते हैं जगसीर सिंह जी यूके इन्हों परिवार वालों 11,000 रुपए लाल सिंह जी यूएसए के परिवार वालों 11,000 रुपए सुखदेव सिंह जी कनेडा इन्हों परिवार वालों 11,000 रुपए नाल ही गुरजीत सिंह जी यूएसए इन्हों परिवार वालों 5,500 रुपए रघवीर सिंह जी जौहर 5,500 रुपए डॉक्टर भगवंत सिंह जी पुराने वाला 5,500 रुपए मखण सिंह जी कनेडा 5,500 रुपए हरचंद सिंह जी कनेडा 5,500 रुपए गुरचरणजीत सिंह जी जौहर 5,500 रुपए भुपिंदर सिंह जी गिल 5,500 रुपए जगसीर सिंह जी गिल 5,500 रुपए जगदीश सिंह जी कनेडा 5,500 रुपए सुखदेव सिंह जी गिल 5,500 रुपए उधर द्योल टूर एंड ट्रैवल वाले दीप जौड़े होनी साडे वीर इन्हों वालों 5,500 रुपए पवित्र सिंह सन ऑफ गुरदेव सिंह जी यूएसए के परिवार वालों 5,500 रुपए आप धन्यवाद करते हैं वीरां दे नाल ही अगले जिहड़े सरदार जोगिंदर सिंह जी गिल 5,500 रुपए मेहरपंत सिंह जी कनेडा 5,500 रुपए गुरचरण सिंह जी कनेडा 5,500 रुपए अवतार सिंह जी गिल 5,500 रुपए पवित्र सिंह जी जौहर 5,000 रुपए
सूबेदार मलकीत सिंह जी इन्हों के परिवार वालों 4000 रुपए, महाराज सिंह जी गिल 3100 रुपए, रवि जाट 3100 रुपए, करनैल सिंह जी गिल 2600 रुपए, गुरचरण सिंह जी गिल 2500 रुपए, जोगिंदर सिंह जी गिल 2100 रुपए, बलदेव सिंह जी गिल 2100 रुपए, अयाब सिंह जी जौल 2100 रुपए, नाल ही गुरचरण सिंह जी 2100 रुपए, लक्ष्मण दास के पोतरे उन्होंने 2100 रुपए, अमर सिंह जी जौल 2100 रुपए, प्रीतम सिंह जी गिल 2100 रुपए, जरनैल सिंह जी जौल 2100 रुपए, नछत्र सिंह जी जौल 2100 रुपए, हरपाल सिंह काला 2100 रुपए इन्हों वालों, अमृतपाल सिंह जी 2100 रुपए, मुख्तार सिंह जी 2100 रुपए, सुरेंद्र सिंह जी 2100 रुपए, करनैल सिंह के परिवार वाले 2100 रुपए, बख्शीश रुपए, दर्शन सिंह जी गिल 2100 रुपए, सूबेदार गुरमेल सिंह 2100 रुपए, सुरेंद्र सिंह जी यूके 2100 रुपए, हरजिंदर सिंह जी गिल 2100 रुपए, प्यारा सिंह जी जौर 2100 रुपए, नाली नगेंद्र सिंह जी गिल 2100 रुपए, सुखचैन सिंह जी गिल नंबरदार 11000 रुपए, गुप्तदान 5100 रुपए, गुप्तदान 5000 रुपए, आप धन्यवाद करते हैं। सरदार गुरचरण सिंह जी गिल 2100 रुपए, मुकंद सिंह जी घारू इन्हों वालों 1000 रुपए, नगेंद्र सिंह जी 2100 रुपए, जगदेव सिंह जी सरपंच 1100 रुपए, आप सारे वीर धन्यवाद करते हैं। चंद सिंह जी गिल, हरप्रीत सिंह जी जौल, अमना गिल, अमनदीप गिल, हरदेव सिंह जी गिल, सतनाम सिंह जी गिल, जीत सिंह जी गिल, सुखमंदर सिंह जी गिल, तेजा सिंह जी गिल, जगदेव सिंह जी, जरनैल सिंह जी गिल, गुरदीप सिंह जी जौल, पिंड के स्कूल के स्टाफ वालों इन्हों वालों 1100 सौ रुपये रिमान प्यार आए हैं, आप धन्यवाद करते हैं। सारे दानी वीर सत्कार है जिन्होंने विदेशों के जिन्होंने इतों भी माण प्यार दिते है, योगदान दिता अज इस कबड्डी कप लई, आप धन्यवाद करते हैं। इधर किशनपुरे वाला पॉइंट जोड़ता हुआ जगदेव सिंह जी वालों 1100 रुपये का योगदान आए हैं, आप सत्कार करते हैं। धन्यवाद है इन्होंने सारे वीर वे सत्कार है, मेरे वीर सच्चे पातशाह मेहर करे जिन्हों खजाने जो माया आई है, खजाने सदा ही भरपूर रहन, परमात्मा लंबिया उम्र बख्शे इन्होंने वीर कि रोड़िया तो यारो अच रोजर च वारती प्रवासी पंजाबियों ने कर मेहनत गुड्डी ए अंबलों से चाढ़ती सुखी सांधी वसण पंजाबी प्रवासी दलेर मालका रखी तू कबड्डी ते मेहर मालका रखी तू कबड्डी ते मेहर मालका। उधर किशनपुरे वाला कबड्डी कबड्डी करता हुआ तिन्ने जाफी जलालाबाद वाले तिन्ने गभरू जलालाबाद वाले केड़ा मुंडा ट्राई करता 24 तरीक नूं आपां जलालाबाद रौनकां लाउणी है कोटकोट वाले सोने खेले होनी राणे समरे होनी सदे दे रहे हैं बाबे सैद कबीर की धरती है। पॉइंट ट्रेटर का मैच समाप्त किशनपुरा जेतू किशनपुरा जेतू किशनपुरा के टाले का फाइनल मैच होना। हुण मेरी बेनती है इंदगढ़ सॉरी गालब ते बाबा सैद कमीर क्लब कपूरे 72 किलो दी टीम गालब ते बाबा सैद कमीर क्लब कपूरे आउणगियां तलवंडी भंगेरियां ते यंग स्पोर्ट्स क्लब पुराने वाला तखाणवा ते रामू वाला नवा पुराने वाले बी ने कपूरिया का खेडना हेलो तारा बहने वाला ट्राली वाली स्टेज ते आके मिले तारा बहने वाला हरदीप 75 दियां टीमां होर एंटर होण वाले रहिंदियां जिहड़ियां आ जाणा बाबा साहिब कबीर क्लब कपूरे ते गालब दियां टीमां कबड्डी 75 किलो दे पहले मैच लई जल्दी ग्राउंड च आ जाण। तलवंडी भंगेरिया ने यंग स्पोर्ट्स क्लब पुराने वाले ने खेडना तखाणवा ते रामू वाले नवे का मैच होना पुराने वाला बी ते कपूरिया का मैच होना। कल भी तरीक इतने कबड्डी के स्टार पुजणगे 11 ते 12 तरीक है बाले के कबड्डी कप की 14 तरीक तो शुरू होना लुहारे का कबड्डी कप मेरे वीर 17 तरीक न कबड्डी आल ओपन के मैच होने मोटरसाइकिल दिते जाणगे कबड्डी के स्टार बुलाए बग्गियां दे मंगी वर्गे बुल्ला सुरखपुर का संदीप वर्गे खुशी दुग्गियां का कबड्डी के स्टार पुजने लुहारे की धरती से 16 तरीक नूं पिंडवार दे मैच होणगे। उधर मेरे वीर 18 तरीक है जिहड़ी वह माछी बुगरे के कबड्डी कप की है 18 तरीक नूं माछी बुगरे दे विच मोटरसाइकिल दिते जाणगे कबड्डी के स्टार पुजणगे उस धरती से।
उधर आने वाली 22-23 तरीक है जलालाबाद के कबड्डी कप की, जलालाबाद के कबड्डी कप की 27-28-29 मार्च है कपूरिया के कबड्डी कप की, 27-28-29 मार्च कपूरिया के कबड्डी कप की मिल गई। मेरी बेनती है टीम कपूरे के गाल जल्द ग्राउंड चाह जाओ 75 किलो दिया। गगन ट्रोली जी आ जाओ, तुम गगन ट्रोली जी आओ जी, punjablive1.com साड़ी बेनती है, गगन ट्रोली जी आओ जी, तुम आप जे मान सम्मान देने साडे दानी वीर, मेरी बेनती है सरदार चंद सिंह जी गिल सन, सरदार सुचा सिंह जी गिल, इन्हों के परिवार का भी मैंबर हो गए, आओ जी तुम साडे लागे आ जाओ, असी मान सम्मान देने तुहानू। सरदार चंद सिंह जी गिल, सरदार सुचा सिंह जी गिल, इन्हों के परिवार का भी मैंबर हो गए, इन्होंने सानू 1100 रुपये के मान प्यार दिते है ताकि अपने मान सम्मान लै लो। ती हरप्रीत सिंह जी जौड़, हरप्रीत सिंह जी जौड़ ये भी साडे लागे आ जाण। अमना गिल जी 1100 रुपये इन्होंने सानू दिते है। अमनदीप सिंह जी ये भी साडे लागे आ जाण। हरदेव सिंह जी गिल इन्होंने सानू 1100 रुपये दिते है। सतनाम सिंह जी गिल इन्होंने भी 1100 रुपये दिता है। जगदीश सिंह जी गिल इन्होंने भी 1100 रुपया दिता है। नाल ही जीत सिंह जी गिल, सन ऑफ सरदार भोला सिंह जी गिल ये भी साडे लागे आ जाण। सरदार सुखमंदर सिंह जी गिल ये भी साडे लागे आ जाण। प्राइमरी स्कूल के स्कूल स्टाफ वालों जिहड़े 1100 रुपये के मान प्यार आए हैं। तेजा सिंह जी गिल, सन ऑफ सरदार चन्नण सिंह जी 1100 रुपये। जगदेव सिंह जी SDO इन्हों के परिवार का भी मैंबर हो गए। जरनैल सिंह, सन ऑफ सरदार काला सिंह जी ये भी लागे आ जाण। गुरदीप सिंह जी लंबड़दार ये भी लागे आ जाण। गुरदेव सिंह जी गिल, जगदेव सिंह जी सरपंच, मकान सिंह जी घारू ये सारे सज्जन लागे आ जाण। मनजिंदर शिंदे तुम आज इधर टिक मार करी चले, जिन्हें जिन्हों के मान सम्मान हो रहे हैं, जिन्हें जिन्हों वीर के मान सम्मान हो रहे हैं उन्होंने तुम टिक मार करी चलो। नाल दी नाल साडी बेनती है जिहड़े 1100 वाले साडे दानी वीर है, पहला साडे 1100 वाले सज्जन आउणगे, उस तो बाद 2100 ते 3100 वाले, 1100 वाले दानी सज्जन आउण जी साडे। साडी बेनती है जिहड़े मैं नाम सांझे कीते है, 1100 रुपये वाले दानी सज्जन साडे, सारयां नूं पता ही है साडे 1100 वाले दानी सज्जन। अमना साडा वीर अपना मान सम्मान ले रहा, पहला अमनदीप का मान होया। चंद सिंह जी गिल, सन ऑफ सरदार सुचा सिंह जी गिल, अगले मान सम्मान इन्हों के परिवार के बिल्ला भाई साडा लोगा। हरप्रीत सिंह जी जौहर ये भी अपने मान सम्मान ले रहे हैं। 1100 रुपये दिता इन्ह सज्जणा ने, आप धन्यवाद करते हैं, सत्कार इन्ह भरावान के। बिल्ला भाई साडा, चंद सिंह जी गिल, सन ऑफ सरदार सुचा सिंह जी गिल, इन्होंने परिवार के मान सम्मान वड्डे धन्यवाद है। हरदेव सिंह जी गिल, सतनाम सिंह जी गिल आ जाण जी साडे लागे। सरदार हरदेव सिंह जी गिल, सतनाम सिंह जी गिल, जगदीश सिंह जी गिल, जीत सिंह, सन ऑफ सरदार भोला सिंह जी गिल, भोला सिंह जी गिल इन्होंने परिवार का भी मैंबर हो गए। जीत सिंह जी गिल, सन ऑफ सरदार भोला सिंह जी गिल इन्होंने परिवार का भी मैंबर हो गए। नाली सरदार सुखमंदर सिंह जी गिल, सरदार मकंद सिंह जी घारू ये अपने मान सम्मान ले रहे हैं। उन्होंने सपुत्र साडे जसीर सिंह जी नैसले वाले वो अपने मान सम्मान ले रहे हैं, आप धन्यवाद करते हैं। लै भी ट्रोली वाला खित फोटो बाई दी हुण मान सम्मान इन्हों सारे दानी वीर के कुछ मान निशानिया। मेरी बेनती है बाई जी 1100 वाले साडे सज्जन अपने आप ही वारी वारी आई चलो साडे लागे। सरदार जीत सिंह, सन ऑफ सरदार भोला सिंह जी इन्हों के परिवार के मैंबर अपने मान सम्मान ले रहे हैं। सरदार जीत सिंह जी
वो अपने मान सम्मान लै रहे हैं, आप धन्यवाद करते हैं। ਤੁਹਾਡਾ ਦਿੱਤਾ ਹੋਇਆ ਯੋਗਦਾਨ ਸਾਡੀ ਪ੍ਰਬੰਧਕ ਖੇਡ ਕਲੱਬ ਦੇ ਸਿਰ ਮੱਥੇ ਹੈ। ਸਰਦਾਰ ਤੇਜਾ ਸਿੰਘ ਸਾਨੂੰ, ਸਰਦਾਰ ਚੰਨਣ ਸਿੰਘ ਜੀ, ਹਾਂਜੀ ਇਹ ਟਿਕ ਮਾਰਕ ਹੋ ਗਿਆ। ਸਰਦਾਰ ਤੇਜਾ ਸਿੰਘ ਦੀ ਗਿੱਲ, ਸਾਨੂੰ ਸਰਦਾਰ ਚੰਨਣ ਸਿੰਘ ਜੀ, ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਇਹ ਸਾਡੇ ਲਾਗੇ ਹੋਣ, ਇਹੀ ਸਾਡੀ ਬੇਨਤੀ ਹੈ। ਗਾਲਬ ਤੇ ਕਪੂਰੇ ਗਰਾਊਂਡ 'ਚ ਕਿਉਂ ਨਹੀਂ ਪਹੁੰਚੇ ਜੀ? ਆ ਗਰਾਊਂਡ 'ਚ ਕਿਹੜੀ ਟੀਮ ਆ? ਗਾਲ ਪਾ ਗਈ ਬਾਈ। ਕਪੂਰੇ ਕਿੱਥੇ ਆ? ਕਪੂਰੇ ਕਪੂਰੇ ਨੇ ਇੱਕ ਮਿੰਟ ਦਿੱਤਾ। ਕਪੂਰੇ ਦੀ ਟੀਮ ਨੂੰ ਇੱਕ ਮਿੰਟ ਦਿੱਤਾ। ਜੇ ਇੱਕ ਮਿੰਟ ਦੇ ਵਿੱਚ ਇਹ ਟੀਮ ਆਉਂਦੀ ਆ ਠੀਕ ਆ, ਨਹੀਂ ਤਾਂ ਕੱਟ ਦਿੱਤੀ ਜਾਊਗੀ। ਸਰਦਾਰ ਤੇਜਾ ਸਿੰਘ ਜੀ, ਸਾਨੂੰ ਸਰਦਾਰ ਚੰਨਣ ਸਿੰਘ ਜੀ, ਆਓ ਬਾਈ ਜੀ। ਸਾਡੇ ਬਾਈ ਰਣਜੀਤ ਸਿੰਘ ਜੀ ਆਪਣੇ ਮਾਨ ਸਨਮਾਨ ਲੈਣਗੇ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦੇ, ਸਾਰੇ ਯੰਗ ਮੁੰਡੇ ਆ, ਯੰਗ ਸਪੋਰਟਸ ਕਲੱਬ ਟਾਣੇ ਵਾਲੇ ਵੱਲੋਂ ਧੰਨਵਾਦ। ਜਗਦੇਵ ਸਿੰਘ ਜੀ ਐਸ ਡੀ ਓ, ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਇਹ ਵੀ ਆ ਜਾਣ। ਜਰਨੈਲ ਸਿੰਘ ਸਾਨੂੰ, ਸਰਦਾਰ ਕਾਲਾ ਸਿੰਘ ਜੀ, ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ। ਨਾਲ ਹੀ ਸਾਡੇ ਗੁਰਦੀਪ ਸਿੰਘ ਜੀ ਲੰਬੜਦਾਰ, ਗੁਰਦੇਵ ਸਿੰਘ ਜੀ ਗਿੱਲ, ਜਗਦੇਵ ਸਿੰਘ ਜੀ ਸਰਪੰਚ, ਇਹ ਸਾਰੇ ਵੀਰ ਆ ਜਾਣ। ਸਾਡੇ 1100 ਵਾਲੇ ਦਾਨੀ ਵੀਰ। ਗਾਲਬ ਆਈ ਹੋਈ ਹੈ, ਕਪੂਰਿਆਂ ਦੀ ਟੀਮ ਅਸੀਂ ਕੱਢਣ ਲੱਗੇ ਹਾਂ, ਤਲਵੰਡੀ ਭੰਗੇੜੀਆਂ ਤੇ ਯੰਗ ਸਪੋਰਟਸ ਕਲੱਬ ਪੁਰਾਣੇ ਵਾਲਾ। ਸਵਰਗੀਆ ਸਰਦਾਰ ਗੁਰਚਰਨ ਸਿੰਘ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ। ਗਿੱਲ ਸਾਡੇ ਵੀਰ, ਸਵਰਗੀਆ ਸਰਦਾਰ ਗੁਰਚਰਨ ਸਿੰਘ ਦੀ ਗਿੱਲ, ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਉਹ ਵੀ ਆ ਕੇ ਆਪਣੇ ਮਾਨ ਸਨਮਾਨ ਲੈ ਲੈਣ। ਹੁਣ ਅਸੀਂ 2100 ਵਾਲੇ ਦਾਨੀ ਵੀਰਾਂ ਦੇ ਨਾਮ ਸਾਂਝੇ ਕਰਾਂਗੇ ਜਿਨ੍ਹਾਂ ਨੇ ਸਾਨੂੰ 2100 ਰੁਪਏ ਦਿੱਤਾ। ਸਵਰਗੀਆ ਸਰਦਾਰ ਗੁਰਚਰਨ ਸਿੰਘ ਦੀ ਗਿੱਲ, ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਪਲੀਜ਼ ਇਹ ਆ ਕੇ ਆਪਣੇ ਮਾਨ ਸਨਮਾਨ ਲੈ ਲੈਣ। ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਵੀਰਾਂ ਨੂੰ, ਤੁਹਾਡਾ ਦਿੱਤਾ ਯੋਗਦਾਨ ਭਰਾਵੋ ਸਾਡੇ ਸਿਰ ਮੱਥੇ ਹੈ। ਪਹਿਲਾ ਮਾਨ ਸਨਮਾਨ 2100 ਵਾਲਾ, ਸਵਰਗੀਆ ਸਰਦਾਰ ਜਗਿੰਦਰ ਸਿੰਘ ਦੀ ਗਿੱਲ, ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ। ਗਾਲ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ, ਕਪੂਰੇ ਵਾਲੇ ਨਹੀਂ ਹੋਣਗਾ। ਸਵਰਗੀਆ ਜਗਿੰਦਰ ਸਿੰਘ ਦੀ ਗਿੱਲ, ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ। ਕੁਲਦੀਪ ਸਿੰਘ ਦੀ ਗਿੱਲ, ਸਾਨੂੰ ਸਰਦਾਰ ਨਗਿੰਦਰ ਸਿੰਘ ਜੀ, 2100 ਵਾਲੇ ਸਾਡੇ ਸੱਜਣ, ਇਹ ਲਾਗੇ ਆਓ ਮੇਰੇ ਭਰਾ। ਹਰਦੀਪ ਟੀਮ, ਹਾਂਜੀ ਅਸੀਂ ਮੈਚ ਵੀ ਕਰਵਾਉਣੇ ਆ, ਸਾਡੀ ਬੇਨਤੀ ਹੈ ਦਾਨੀ ਵੀਰਾਂ ਨੂੰ ਪਲੀਜ਼। ਤਲਵੰਡੀ ਭੰਗੇੜੀਆਂ ਦੇ ਯੰਗ ਕਲੱਬ ਸਪੋਰਟਸ ਕਲੱਬ ਪੁਰਾਣੇ ਵਾਲਾ, ਤਲਵੰਡੀ ਭੰਗੇੜੀਆਂ ਦੇ ਯੰਗ ਸਪੋਰਟਸ ਕਬੱਡੀ ਕਲੱਬ ਪੁਰਾਣੇ ਵਾਲਾ, ਇਹ ਟੀਮਾਂ ਜਲਦ ਆ ਜਾਣ। ਬਲਦੇਵ ਸਿੰਘ ਦੀ ਗਿੱਲ, ਸਰਦਾਰ ਅਜੈਬ ਸਿੰਘ ਜੀ ਜੜ, ਸਰਦਾਰ ਸ਼੍ਰੀ ਲਕਸ਼ਮਣ ਦਾਸ ਜੀ ਇਹਨਾਂ ਦੇ ਪੋਤਰੇ, ਇਹਨਾਂ ਵੱਲੋਂ 2100 ਰੁਪਇਆ ਆਇਆ। ਆ ਜਾਓ ਮੇਰੇ ਵੀਰ। ਅਮਰ ਸਿੰਘ ਜੀ ਜੜ, ਪ੍ਰੀਤਮ ਸਿੰਘ ਜੀ ਸਾਨੂੰ, ਸਰਦਾਰ ਭੋਲਾ ਸਿੰਘ ਜੀ 2100 ਰੁਪਏ ਇਹਨਾਂ ਵੱਲੋਂ ਆਇਆ। ਜਰਨੈਲ ਸਿੰਘ ਜੀ ਜੜ, ਨਛੱਤਰ ਸਿੰਘ ਜੀ ਜੜ, ਅੰਮ੍ਰਿਤਪਾਲ ਸਿੰਘ ਦੀ ਗਿੱਲ, ਮੁਖਤਿਆਰ ਸਿੰਘ ਦੀ ਗਿੱਲ, ਸੁਰਿੰਦਰ ਸਿੰਘ ਦੀ ਗਿੱਲ, ਬਖਸ਼ੀਸ਼ ਸਿੰਘ ਦੀ ਗਿੱਲ, ਹਰਬੰਸ ਸਿੰਘ ਦੀ ਗਿੱਲ, ਦਰਸ਼ਨ ਸਿੰਘ ਦੀ ਗਿੱਲ, ਸਵਰਗੀਆ ਗੁਰਚਰਨ ਸਿੰਘ ਦੀ ਗਿੱਲ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ। ਸੂਬੇਦਾਰ ਗੁਰਮੇਲ ਸਿੰਘ ਦੀ ਗਿੱਲ, ਹਰਜਿੰਦਰ ਸਿੰਘ ਦੀ ਗਿੱਲ, ਸੁਖਜਿੰਦਰ ਸਿੰਘ ਦੀ ਗਿੱਲ ਯੂਕੇ, ਉਹ ਬਾਈ ਕਾਲੇ ਕਾਲਾ ਗਿੱਲ, ਉਹ ਬਾਈ ਏਗਮ ਦੇ ਨਾਲ ਖੜਾ ਕਾਲਾ ਗਿੱਲ, ਬਾਈ ਏਗਮ ਦੇ ਨਾਲ ਕਾਲਾ ਗਿੱਲ ਖੜਾ, ਪਲੀਜ਼ ਆ ਜਾਓ ਆਪਦਾ ਮਾਨ ਸਨਮਾਨ ਲਓ। ਗੁਰਪ੍ਰੀਤ ਸਿੰਘ ਇਟਲੀ ਵਾਲੇ, ਕਮਲਜੀਤ ਸਿੰਘ ਇਟਲੀ ਵਾਲੇ, ਬਈ ਜੇ ਕੋਈ ਬਜ਼ੁਰਗ ਹੈ ਨੀ ਇੱਥੇ ਤੇ ਉਹਨਾਂ ਦੇ ਲੜਕੇ ਆ, ਪਲੀਜ਼ ਆਣ ਕੇ ਉਹਦਾ ਮਾਨ ਸਨਮਾਨ ਲੈ ਲਓ, ਫਿਰ ਆਪਾਂ ਮੈਚ ਸ਼ੁਰੂ ਕਰਵਾਉਣੇ ਆ। ਰਿਕੁਐਸਟ ਆ, ਬੇਨਤੀ ਆ, ਹੱਥ ਬੰਨ ਕੇ ਜਿਵੇਂ ਜਿਵੇਂ ਨਾ ਬੋਲੀ ਜਾਂਦੇ ਆ, ਆਪਾਂ ਨੂੰ ਪਤਾ ਹੀ ਆਪਾਂ ਕਿੰਨੀ ਮਾਇਆ ਦਿੱਤੀ, ਉਸ ਹਿਸਾਬ ਨਾਲ ਆਪ ਹੀ ਆਓ, ਆਪਦਾ ਮਾਨ ਸਨਮਾਨ ਲਓ। ਲਓ ਸਰਦਾਰ ਦਰਸ਼ਨ ਸਿੰਘ ਦੀ ਗਿੱਲ ਆਪਣੇ ਮਾਨ ਸਨਮਾਨ ਲੈ ਰਹੇ ਨੇ, ਸਰਦਾਰ ਹਰਬੰਸ ਸਿੰਘ ਦੀ ਗਿੱਲ ਉਹ ਵੀ ਆ ਜਾਣ, ਸਰਦਾਰ ਹਰਬੰਸ ਸਿੰਘ ਦੀ ਗਿੱਲ ਉਹ ਵੀ ਆਪਣੇ ਮਾਨ ਸਨਮਾਨ ਲੈ ਰਹੇ ਨੇ। ਇੱਧਰ ਸਾਡੇ
ਤਲਵੰਡੀ ਪੰਗੇਰੀਆਂ ਸਰਦਾਰ ਬਖਤਿਆਰ ਸਿੰਘ ਜੀ ਗਿੱਲ ਉਹਨਾਂ ਦੇ ਪੋਤਰੇ ਉਹ ਮਾਨ ਸਨਮਾਨ ਲੈ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਸਵਰਗੀਆ ਸਰਦਾਰ ਜੋਗਿੰਦਰ ਸਿੰਘ ਜੀ ਗਿੱਲ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਮਾਨ ਸਨਮਾਨ ਲੈ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਤਲਵੰਡੀ ਬੰਗੇਰੀਆਂ ਤੇ ਯੰਗ ਸਪੋਰਟਸ ਕਲੱਬ ਪੁਰਾਣੇ ਵਾਲਾ ਗਰਾਊਂਡਾਂ ਦੇ ਵਿੱਚ ਪਹੁੰਚੋ ਸਰਦਾਰ ਨਛੱਤਰ ਸਿੰਘ ਜੀ ਜਾਲ ਉਹਨਾਂ ਨੇ ਆਪਣੇ ਸਨਮਾਨ ਪ੍ਰਾਪਤ ਕੀਤੇ ਹੈ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਇੱਧਰ ਸਰਦਾਰ ਅਜੈਬ ਸਿੰਘ ਜੀ ਜਾਲ ਉਹ ਵੀ ਆਪਣੇ ਮਾਨ ਸਨਮਾਨ ਲੈ ਰਹੇ ਨੇ ਪ੍ਰੀਤਮ ਦੇ ਫਾਦਰ ਸਾਹਿਬ ਆਪਾਂ ਧੰਨਵਾਦ ਕਰਦੇ ਹਾਂ ਵੱਡੇ ਸਤਿਕਾਰ ਉੱਧਰ ਸਰਦਾਰ ਪ੍ਰੀਤਮ ਸਿੰਘ ਸਨ ਆਫ ਸਰਦਾਰ ਭੋਲਾ ਸਿੰਘ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਉਹ ਵੀ ਆਪਣੇ ਮਾਨ ਸਨਮਾਨ ਲੈ ਰਹੇ ਨੇ ਆਪਾਂ ਸਤਿਕਾਰ ਕਰਦੇ ਹਾਂ ਤੁਸੀਂ ਇੱਕ ਕਰਵਾਓ ਫੋਟੋ ਗੁਰਮੀਤ ਸਰਦਾਰ ਜਰਨੈਲ ਸਿੰਘ ਜੀ ਜਾਲ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਹੋਵੇ ਯਾਰ 75 ਦੀਆਂ ਦੋਨੇ ਟੀਮਾਂ ਕਿਉਂ ਨੀ ਆਉਂਦੀਆਂ ਗਈਆਂ ਸੁਰਿੰਦਰ ਸਿੰਘ ਗੱਲ ਇਹੀ ਆ ਹਾਂਜੀ ਸਰਦਾਰ ਜਰਨੈਲ ਸਿੰਘ ਜੀ ਜਾਲ ਇਹ ਵੀ ਆਪਣੇ ਸਨਮਾਨ ਲੈ ਰਹੇ ਨੇ ਸਵਰਗੀਆ ਸਰਦਾਰ ਗੁਰਚਰਨ ਸਿੰਘ ਜੀ ਗਿੱਲ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਲਕਸ਼ਮਣ ਦਾਸ ਜੀ ਉਹਨਾਂ ਦੇ ਪੋਤਰੇ ਉਹਨਾਂ ਦੇ ਮਾਨ ਸਨਮਾਨ ਸਾਡੇ ਸੱਜਣ ਉਹ ਲੈ ਰਹੇ ਨੇ 2100 ਰੁਪਏ ਇਹਨਾਂ ਨੇ ਸਾਨੂੰ ਦਿੱਤਾ ਸੀ ਬੰਟੀ ਵੀਰ ਸਾਡਾ ਲੈ ਰਿਹਾ ਇਹ ਮਾਨ ਸਨਮਾਨ ਬੰਟੀ ਵੀਰ ਸਾਡਾ ਪ੍ਰਾਪਤ ਕਰ ਰਿਹਾ ਆਪਾਂ ਧੰਨਵਾਦ ਕਰਦੇ ਹਾਂ ਸੂਬੇਦਾਰ ਸਰਦਾਰ ਗੁਰਮੇਲ ਸਿੰਘ ਜੀ ਗਿੱਲ ਹਰਜਿੰਦਰ ਸਿੰਘ ਜੀ ਗਿੱਲ ਸਰਦਾਰ ਸਵਰਗੀ ਸਰਦਾਰ ਗੁਰਚਰਨ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਮਾਨ ਸਨਮਾਨ ਲੈ ਰਹੇ ਨੇ ਸਵਰਗੀ ਸਰਦਾਰ ਗੁਰਚਰਨ ਸਿੰਘ ਜੀ ਗਿੱਲ ਇਹਨਾਂ ਨੇ ਸਾਨੂੰ 2100 ਰੁਪਏ ਦਿੱਤਾ ਆਪਾਂ ਧੰਨਵਾਦ ਕਰਦੇ ਹਾਂ 2500 ਰੁਪਏ ਦਿੱਤਾ ਇਹਨਾਂ ਵੀਰਾਂ ਨੇ ਵੱਡੇ ਸਤਿਕਾਰ ਹੈ ਆਓ ਜੀ ਸੂਬੇਦਾਰ ਸਰਦਾਰ ਗੁਰਮੇਲ ਸਿੰਘ ਜੀ ਗਿੱਲ ਦੇ ਪਰਿਵਾਰ ਦਾ ਵੀ ਮੈਂਬਰ ਹੋਵੇ ਟੀਮਾ ਬਾਈ ਜੀ ਪੁਰਾਣੇ ਵਾਲਾ ਬੀ ਤੇ ਮੇਰੀ ਬੇਨਤੀ ਹੈ ਯੰਗ ਸਪੋਰਟਸ ਸੋਰੀ ਪੁਰਾਣੇ ਵਾਲਾ ਬੀ ਤੇ ਕਪੂਰੇ ਕੱਲੀ ਤਲਵੰਡੀ ਬੰਗੇਰੀਆਂ ਤੇ ਯੰਗ ਸਪੋਰਟਸ ਕਲੱਬ ਪੁਰਾਣੇ ਵਾਲਾ ਅੰਮ੍ਰਿਤਪਾਲ ਨੂੰ ਦਿਓ ਜੀ 2100 ਰੁਪਏ ਇਹਨਾਂ ਨੇ ਸਾਨੂੰ ਦਿੱਤਾ ਇੱਧਰ ਸਾਡਾ ਵੀਰ ਅੰਮ੍ਰਿਤਪਾਲ ਸਿੰਘ ਗਿੱਲ ਉਹ ਵੀ ਆਪਣੇ ਮਾਨ ਸਨਮਾਨ ਲੈ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਸੌ ਰੁਪਇਆ ਵਾਲੇ ਸਾਡੇ ਮਾਨਸਾ ਦਾਨੀ ਵੀਰ ਇਹ 5100 ਰੁਪਏ ਦੇ ਮਾਨ ਸਨਮਾਨ ਜਿਹੜੇ ਸਰਦਾਰ ਗੁਰਚਰਨ ਸਿੰਘ ਜੀ ਕਨੇਡਾ ਵਾਲੇ ਗੁਰਚਰਨਜੀਤ ਸਿੰਘ ਜੀ ਸਰਦਾਰ ਗੁਰਚਰਨ ਸਿੰਘ ਜੀ ਗਿੱਲ ਕਨੇਡਾ ਸਾਡੇ ਸ਼ਿੰਦੇ ਵੀਰ ਹੋਣੀ ਇਹਨਾਂ ਦੇ ਪਰਿਵਾਰਕ ਮੈਂਬਰ ਮਾਨ ਸਨਮਾਨ ਜਿਹੜੇ ਇਹਨਾਂ ਦੇ ਹੋਏ ਨੇ ਨਾਲ ਹੀ ਸਾਡੀ ਬੇਨਤੀ ਹੈ ਸਰਦਾਰ ਗੁਰਜੀਤ ਸਿੰਘ ਜੀ ਗਿੱਲ USA ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਵੀ ਆ ਜਾਣ 5500 ਵਾਲੇ ਸਰ 5500 ਰੁਪਏ ਦਿੱਤੇ ਨੇ ਸਾਨੂੰ ਇਹ ਵੀਰ ਸਾਡੇ ਲਾਗੇ ਹੋਣ ਸਰਦਾਰ ਸੁਖਦੇਵ ਸਿੰਘ ਜੀ ਗਿੱਲ ਸਨ ਆਫ ਸਰਦਾਰ ਜੋਗਿੰਦਰ ਸਿੰਘ ਜੀ ਸ਼ਾਹੂਕਾਰ ਇਹ ਆਪਣੇ ਮਾਨ ਸਨਮਾਨ ਲੈ ਲੈਣ ਜੋਗਿੰਦਰ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਗਿੱਲ ਸਨ ਆਫ ਸਰਦਾਰ ਜੋਗਿੰਦਰ ਸਿੰਘ ਜੀ ਸ਼ਾਹੂਕਾਰ ਇਹ ਵੀ ਆਪਣੇ ਮਾਨ ਸਨਮਾਨ ਲੈ ਲੈਣ ਬਟਾਲੋ ਕੋਈ ਨਾ ਛਿੰਦੇ ਟਰਾਫੀ ਬਟਾਉਣੀ ਹੈ ਕਹਿੰਦੇ ਹਰਦੀਪ
ਸਰਦਾਰ ਮਿਹਰਬਨ ਸਿੰਘ ਦੀ ਗਿੱਲ ਕਨੇਡਾ ਉਹਨਾਂ ਦੇ ਵੀ ਮਾਨ ਸਨਮਾਨ ਸਰਦਾਰ ਮਿਹਰਬਨ ਸਿੰਘ ਦੀ ਗਿੱਲ ਕਨੇਡਾ ਅੰਮ੍ਰਿਤ ਪੁਆਇੰਟ ਲਿਖਣੇ ਆ ਜਾਵੀ ਨੌਜਵਾਨਾਂ ਸਰਦਾਰ ਮਿਹਰਬਨ ਸਿੰਘ ਦੀ ਕਨੇਡਾ ਉਹਨਾਂ ਦੇ ਵੀ ਮਾਨ ਸਨਮਾਨ ਤਿੰਨ ਦੇ ਦਿਓ ਗੁਰਮੀਤ ਕੋਲ ਹੈਗਾ ਹੋਵੇ ਅਮਰਤ ਸਾਢੇ ਪੰਦਰਾਂ ਤੇ ਸੋਲਾਂ ਦਾ ਹੋਊਗਾ ਮੈਚ ਹਾਂਜੀ ਇੱਧਰ ਦੱਸੋ ਕੀ ਨਾਮ ਆ ਮੈਚ ਦੇ ਗਏ ਸਾਢੇ ਪੰਦਰਾਂ ਤੇ ਸੋਲਾਂ ਦਾ ਗਿਆਰਾਂ ਸੌ ਵਾਲੇ ਸਾਡੇ ਸੱਜਣ ਸਰਦਾਰ ਜਗਜੀਤ ਸਿੰਘ ਦੀ ਗਿੱਲ ਉਹਨਾਂ ਦੇ ਮਾਨ ਸਨਮਾਨ ਪ੍ਰਬੰਧ ਖੇਡ ਕਲੱਬ ਵੱਲੋਂ ਸਰਦਾਰ ਜਗਜੀਤ ਸਿੰਘ ਦੀ ਗਿੱਲ ਇਹਨਾਂ ਦੇ ਮਾਨ ਸਨਮਾਨ ਨੇ ਪ੍ਰਬੰਧ ਖੇਡ ਕਲੱਬ ਵੱਲੋਂ ਉੱਧਰ ਗਿਆਰਾਂ ਸੌ ਵਾਲੇ ਜਿਹੜੇ ਵੀਰ ਰਹਿ ਗਏ ਆ ਉਹਨਾਂ ਦੇ ਮੈਂ ਨਾਮ ਅਨਾਊਂਸ ਕਰਨ ਜਾ ਰਿਹਾ ਪਲੀਜ਼ ਆਪਣੇ ਸਨਮਾਨ ਲੈ ਲਓ ਆ ਕੇ ਸਰਦਾਰ ਹਰਦੇਵ ਸਿੰਘ ਦੀ ਗਿੱਲ ਸਤਨਾਮ ਸਿੰਘ ਦੀ ਗਿੱਲ ਸੁਖਮੰਦਰ ਸਿੰਘ ਦੀ ਗਿੱਲ ਪ੍ਰੈਮਰੀ ਚਲੋ ਇਹ ਤਾਂ ਕੱਲ੍ਹ ਨੂੰ ਕਰ ਦੇਵਾਂਗੇ ਜਗਦੇਵ ਸਿੰਘ ਜੀ ਐਸ ਡੀ ਓ ਜਰਨੈਲ ਸਿੰਘ ਸਾਨਾ ਸਰਦਾਰ ਕਾਲਾ ਸਿੰਘ ਜੀ ਗੁਰਦੀਪ ਸਿੰਘ ਜੀ ਨੰਬਰਦਾਰ ਗੁਰਦੇਵ ਸਿੰਘ ਜੀ ਗਿੱਲ ਜਗਦੇਵ ਸਿੰਘ ਜੀ ਸਰਪੰਚ ਇਹ ਜਿਹੜੇ ਗਿਆਰਾਂ ਸੌ ਵਾਲੇ ਕੁਛ ਮਾਨ ਸਨਮਾਨ ਰਹਿੰਦੇ ਆ ਪਲੀਜ਼ ਇਹ ਸਾਰੀਆਂ ਮਾਨਯੋਗ ਹਸਤੀਆਂ ਜਿਨ੍ਹਾਂ ਨੇ ਮੈਂ ਨਾਮ ਅਨਾਊਂਸ ਕੀਤੇ ਆ ਉਹ ਆ ਕੇ ਆਪਣੇ ਸਨਮਾਨ ਲੈ ਲੈਣ ਨਾਲ ਹੀ ਸਾਡੇ 5100 ਵਾਲੇ ਵੀਰ ਗੁਰਜੀਤ ਸਿੰਘ ਦੀ ਗਿੱਲ ਯੂ ਐਸ ਏ ਰਘਵੀਰ ਸਿੰਘ ਦੀ ਜਾਲ ਪੰਚਾਇਤ ਮੈਂਬਰ ਸਾਡੇ ਨਾਲ ਹੀ ਮੱਖਣ ਸਿੰਘ ਦੀ ਗਿੱਲ ਕਨੇਡਾ ਇਹਨਾਂ ਦੇ ਵੀ ਮਾਨ ਸਨਮਾਨ ਹਰਚੰਦ ਸਿੰਘ ਦੀ ਕਨੇਡਾ ਇਹਨਾਂ ਦੇ ਵੀ ਮਾਨ ਸਨਮਾਨ ਗੁਰਚਰਨਜੀਤ ਸਿੰਘ ਦੀ ਜੌਹਰ ਇਹਨਾਂ ਦੇ ਵੀ ਸਨਮਾਨ ਜਿਹੜੇ 5100 ਵਾਲੇ ਸਾਡੇ ਵੀਰ ਨੇ ਨਾਲ ਹੀ ਸਾਡੀ ਬੇਨਤੀ ਹੈ ਰਘਵੀਰ ਸਿੰਘ ਦੀ ਜੌਹਰ ਹਾਂਜੀ ਹਾਂਜੀ ਕੋਈ ਗੱਲ ਨੀ ਸਾਰਿਆਂ ਦੇ ਵਾਰੋ ਵਾਰੀ ਜਿਵੇਂ ਜਿਵੇਂ ਮੇਰੀ ਬੇਨਤੀ ਹੈ ਸਰਦਾਰ ਰਘਵੀਰ ਸਿੰਘ ਦੀ ਜੌਹਰ ਆਓ ਜੀ ਲੱਖੇ ਵੀਰ ਦੇ ਸਾਡੇ ਫਾਦਰ ਸਾਹਿਬ ਸਰਦਾਰ ਰਘਵੀਰ ਸਿੰਘ ਦੀ ਜੌਹਰ ਪਲੀਜ਼ ਉਹ ਆ ਕੇ ਆਪਣੇ ਸਨਮਾਨ ਲੈ ਲਓ ਲੱਖਾ ਗਿੱਲ ਸਾਡਾ ਵੀਰ ਉਹਨਾਂ ਦੇ ਫਾਦਰ ਸਾਹਿਬ ਉਹ ਆਪਣੇ ਮਾਨ ਸਨਮਾਨ ਲੈ ਲੈਣ ਆ ਕੇ ਹਾਂਜੀ ਟੀਮਾਂ ਜਿਹੜੀਆਂ ਆਹ ਖੇਡ ਰਹੀਆਂ ਤਲਵੰਡੀ ਭੰਗੇਰੀਆਂ ਚੜ੍ਹਦੇ ਵਾਲੇ ਪਾਸੇ ਆ ਸ਼ਿੰਦੇ ਤੇ ਇੱਧਰ ਟੀਮ ਪੁਰਾਣੇ ਵਾਲੇ ਦੀ ਹੈ ਯੰਗ ਸਪੋਰਟਸ ਕਲੱਬ ਦੀ ਤਲਵੰਡੀ ਵਾਲਾ ਪੁਆਇੰਟ ਜੋੜਦਾ ਨੌਜਵਾਨ ਗੱਭਰੂ ਮੱਖਣ ਸਿੰਘ ਦੀ ਗਿੱਲ ਕਨੇਡਾ ਹਰਚੰਦ ਸਿੰਘ ਦੀ ਕਨੇਡਾ ਇਹ ਸਾਰੇ ਵੀਰ ਸਾਡੇ ਲਾਗੇ ਆ ਜਾਣ ਸਾਡੀ ਬੇਨਤੀ ਹੈ ਸਾਰੇ ਵੀਰਾਂ ਨੂੰ ਆਓ ਮੇਰੇ ਵੀਰ ਆਪਣੇ ਮਾਨ ਸਨਮਾਨ ਤੁਸੀਂ ਪ੍ਰਾਪਤ ਕਰ ਲੈਣੇ ਹੈ ਸਰਦਾਰ ਰਘਵੀਰ ਸਿੰਘ ਦੀ ਜਾਲ ਇਹ ਆਪਣੇ ਮਾਨ ਸਨਮਾਨ ਲੈ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਰਘਵੀਰ ਸਿੰਘ ਦੀ ਜਾਲ ਇਹ ਆਪਣੇ ਮਾਨ ਸਨਮਾਨ ਲੈ ਰਹੇ ਨੇ ਮੱਖਣ ਸਿੰਘ ਦੀ ਗਿੱਲ ਕਨੇਡਾ ਸਵਰਗੀ ਸਰਦਾਰ ਨੰਦ ਸਿੰਘ ਦੇ ਪਰਿਵਾਰ ਦੇ ਮੈਂਬਰ ਆਪਣੇ ਮਾਨ ਸਨਮਾਨ ਲੈ ਲੈਣ ਇਹਨਾਂ ਨੇ ਸਾਨੂੰ 2100 ਰੁਪਏ ਦਿੱਤਾ ਸੀ ਕਾਲਾ ਸਾਡਾ ਵੀਰ ਆ ਗਿਆ ਕਾਲੇ ਲੈ ਵੀ ਸਨਮਾਨ 2100 ਵਾਲੇ ਮਾਨ ਸਨਮਾਨ ਗਿਆਰਾਂ ਸੌ ਵਾਲੇ ਸੱਜਣ ਸਰਦਾਰ ਸਤਨਾਮ ਸਿੰਘ ਜੀ ਤੁਸੀਂ ਫੜ ਲਓ ਕਾਪੀ ਕਿਹੜਾ ਸਰਦਾਰ ਸਤਨਾਮ ਸਿੰਘ ਦੀ ਗਿੱਲ ਆ 6 ਨੰਬਰ ਤੇ ਆਵੇ ਇਹਨਾਂ ਨੇ ਸਾਨੂੰ 1100 ਰੁਪਏ ਦਿੱਤਾ ਆਪਾਂ ਧੰਨਵਾਦ ਕਰਦੇ ਹਾਂ 5100 ਵਾਲੇ ਵੀਰ ਸਾਡੇ ਹਰਚੰਦ ਸਿੰਘ ਦੀ ਗਿੱਲ ਕਨੇਡਾ ਆਓ ਜੀ ਸਿੰਘ ਜੀ ਪੁਰਾਣੇ ਵਾਲਾ ਆ ਜਾਓ ਜੀ ਤੁਸੀਂ ਵੀ ਗੁਰਚਰਨਜੀਤ ਸਿੰਘ ਜੀ ਜਾਲ ਇਹ ਵੀ ਆ ਜਾਓ ਵਾਰੀ ਵਾਰੀ ਤੁਸੀਂ ਆਪ ਹੀ ਆ ਜਾਓ ਸਾਡੀ ਬੇਨਤੀ ਹੈ ਦਾਨੀ ਵੀਰਾਂ ਨੂੰ ਇੱਕ ਵਾਰੀ ਨਾਮ ਮੈਂ ਸਾਂਝੇ ਕਰਦੇ ਆ ਸਰਦਾਰ ਹਰਚੰਦ ਸਿੰਘ ਦੀ ਗਿੱਲ ਕਨੇਡਾ ਆਪਣੇ ਮਾਨ ਸਨਮਾਨ ਲੈ ਰਹੇ ਨੇ ਇਹਨਾਂ ਨੇ ਸਾਨੂੰ 5100 ਰੁਪਇਆ ਆਪਾਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਨੂੰ 5100 ਰੁਪਇਆ ਦਿੱਤਾ ਉੱਧਰ ਸਾਡੇ ਡਾਕਟਰ ਭਗਵੰਤ ਸਿੰਘ ਜੀ ਜੌਹਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਤਾਰਾ ਸਿੰਘ ਜੀ ਉਹ ਵੀ ਆ ਰਹੇ ਨੇ ਆਓ ਜੀ ਤੁਸੀਂ ਵੀ
ਸਾਡੇ ਡਾਕਟਰ ਭਗਵੰਤ ਸਿੰਘ ਜੀ ਜਾਲ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਉਹ ਵੀ ਆਪਣੇ ਸਨਮਾਨ ਨੂੰ ਪ੍ਰਾਪਤ ਕਰ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਗੁਰਚਰਨਜੀਤ ਸਿੰਘ ਜੀ ਜਾਲ ਹੋ ਨੀ ਗਿਆ ਮਿੱਠੂ ਸਾਡਾ ਵੀਰ ਉਹ ਆ ਜਾਵੇ ਅਵਤਾਰ ਸਿੰਘ ਜੀ ਗਿੱਲ ਅਵਤਾਰ ਸਿੰਘ ਜੀ ਜੋਲ ਸਾਨੂੰ ਸਰਦਾਰ ਬਲਵੰਤ ਸਿੰਘ ਜੀ ਅਵਤਾਰ ਸਿੰਘ ਜੀ ਗਿੱਲ ਸਰਦਾਨੋ ਸਰਦਾਰ ਬਲਵੰਤ ਸਿੰਘ ਜੀ ਭੁਪਿੰਦਰ ਸਿੰਘ ਜੀ ਗਿੱਲ ਸਾਨੋ ਸਰਦਾਰ ਦਰਬਾਰਾ ਸਿੰਘ ਜੀ ਭੁਪਿੰਦਰ ਸਿੰਘ ਜੀ ਗਿੱਲ ਸਾਨੋ ਸਰਦਾਰ ਦਰਬਾਰਾ ਸਿੰਘ ਆ ਜਾਓ ਯਾਰ ਮੇਰੇ ਵੀਰ ਬਾਰ ਬਾਰ ਨੌਸ ਨਾ ਕਰਵਾਓ ਤੁਸੀਂ ਤੁਹਾਨੂੰ ਪਤਾ ਹੀ ਹੈ ਜਿਹਨਾਂ ਨੇ ਮਾਇਆ ਦਿੱਤੀ ਸਾਰਿਆਂ ਨੂੰ ਪਤਾ ਹੀ ਹੈ ਸਰਦਾਰ ਜਗਸੀਰ ਸਿੰਘ ਜੀ ਗਿੱਲ ਸ਼ਾਹੂਕਾਰ ਜਗਦੀਸ਼ ਸਿੰਘ ਜੀ ਜੋਲ ਕਨੇਡਾ ਇਹ ਵੀ ਆ ਜਾਣ ਨਾਲ ਹੀ ਜੋਗਿੰਦਰ ਸਿੰਘ ਸਾਨੋ ਸਰਦਾਰ ਜਗੀਰ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਮੰਗੇ ਦੇ ਫਾਦਰ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਸਾਨੋ ਸਰਦਾਰ ਜਗੀਰ ਸਿੰਘ ਜੀ ਗਿੱਲ ਇੱਧਰ ਸਰਦਾਰ ਬਖਸ਼ੀਸ਼ ਸਿੰਘ ਜੀ ਟਰੱਕਾਂ ਵਾਲੇ ਸਾਡੇ ਸਰਦਾਰ ਬਖਸ਼ੀਸ਼ ਸਿੰਘ ਜੀ ਗੱਲ ਆਵੇ 13 ਨੰਬਰ ਤੇ ਇੱਧਰ ਸਾਡੇ 5100 ਵਾਲੇ ਸੱਜਣ ਸਰਦਾਰ ਜੋਗਿੰਦਰ ਸਿੰਘ ਜੀ ਗਿੱਲ ਆਪਣੇ ਮਾਨ ਸਨਮਾਨ ਲੈ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੀ ਪ੍ਰਬੰਧਕ ਕਮੇਟੀ ਨੂੰ 5100 ਰੁਪਏ ਦਿੱਤਾ ਸਾਰੇ ਵੀਰਾਂ ਦੇ ਸਤਿਕਾਰ ਹੈ ਉੱਧਰ ਸਾਡੇ ਦੀਪ ਬਾਈ ਹੋਣੀ ਜੋੜੇ ਵੀਰ ਸਾਡੇ ਬੱਸਾਂ ਵਾਲੇ ਇਹਨਾਂ ਨੇ ਸਾਨੂੰ 5100 ਰੁਪਏ ਦਿੱਤਾ ਇਹ ਵੀ ਆ ਜਾਣ ਪਵਿੱਤਰ ਸਿੰਘ ਜੀ ਜੋਲ ਸਾਨੋ ਸਰਦਾਰ ਮਲਕੀਤ ਸਿੰਘ ਜੀ ਜੋਲ ਪਵਿੱਤਰ ਸਿੰਘ ਸਾਨੋ ਸਰਦਾਰ ਮਲਕੀਤ ਸਿੰਘ ਜੀ ਜੋਲ ਇਹ ਵੀ ਆਉਣ ਸਾਡੇ ਸੱਜਣ ਆਪਣੇ ਸਨਮਾਨ ਜਿਹੜੇ ਪ੍ਰਾਪਤ ਕਰ ਲੈਣ ਸਾਡੀ ਬੇਨਤੀ ਹੈ ਨਾਲ ਪਵਿੱਤਰ ਸਿੰਘ ਸਾਨੋ ਸਰਦਾਰ ਗੁਰਦੇਵ ਸਿੰਘ ਜੀ ਗਿੱਲ USA ਪਵਿੱਤਰ ਸਿੰਘ ਸਾਨੋ ਸਰਦਾਰ ਗੁਰਦੇਵ ਸਿੰਘ ਜੀ ਗਿੱਲ USA ਸੂਬੇਦਾਰ ਸਰਦਾਰ ਮਲਕੀਤ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਮਹਾਰਾਜ ਸਿੰਘ ਜੀ ਗਿੱਲ ਇਹਨਾਂ ਨੇ ਸਾਨੂੰ 3100 ਰੁਪਏ ਦਿੱਤਾ ਰਵੀ ਸਾਡਾ ਵੀਰ ਜੋਰਡਨ ਸਰਦਾਰ ਹਰਭੰਸ ਸਿੰਘ ਜੀ ਡੈਰੀ ਵਾਲੇ ਉਹ ਆ ਜਾਣ ਕਰਨੈਲ ਸਿੰਘ ਜੀ ਗਿੱਲ ਇਹਨਾਂ ਨੇ ਸਾਨੂੰ 2600 ਰੁਪਇਆ ਦਿੱਤਾ ਗੁਰਚਰਨ ਸਿੰਘ ਜੀ ਗਿੱਲ ਇਹਨਾਂ ਨੇ ਸਾਨੂੰ 2500 ਰੁਪਇਆ ਦਿੱਤਾ ਇਹ ਵੀਰ ਆ ਜਾਣ ਸਰਦਾਰ ਮਹਾਰਾਜ ਸਿੰਘ ਜੀ ਗਿੱਲ ਇਹਨਾਂ ਨੇ ਸਾਨੂੰ 5300 ਰੁਪਇਆ ਦਿੱਤਾ ਇਹ ਆਪਣੇ ਸਨਮਾਨ ਲੈ ਰਹੇ ਨੇ ਸਰਦਾਰ ਮਹਾਰਾਜ ਸਿੰਘ ਜੀ ਗਿੱਲ ਵੱਡੇ ਧੰਨਵਾਦ ਹੈ ਸਾਰੇ ਦਾਨੀ ਭਰਾਵਾਂ ਦੇ ਜਿਨ੍ਹਾਂ ਨੇ ਆਪਣੀ ਦਸਾਂ ਨੂੰ ਦੀ ਕਿਰਤ ਕਮਾਈ ਚ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਪ੍ਰਬੰਧ ਖੇਡ ਕਲੱਬ ਨੂੰ ਆਂਡੀ ਸਰਦਾਰ ਨਗਿੰਦਰ ਸਿੰਘ ਜੀ ਕੋਕਰੀ ਵਾਲੇ ਸਾਡੇ ਇਹਨਾਂ ਨੇ ਵੀ ਸਾਡੇ ਪ੍ਰਬੰਧ ਖੇਡ ਕਲੱਬ ਨੂੰ ਮਾਇਆ ਦੇ ਗੱਫੇ ਦਿੱਤੇ ਹੈ 2100 ਰੁਪਏ ਦਿੱਤਾ ਇਹਨਾਂ ਨੇ ਆਪਾਂ ਧੰਨਵਾਦ ਕਰਦੇ ਹਾਂ ਇਹ ਨੀ ਤੰਬੂਲ ਲਿਖ ਲਾ ਥੱਲੇ ਲਿਖਿਆ ਨੀ ਹੋਣਾ ਮੇਰੇ ਸਾਹਮਣੇ ਇਹ ਜਿਹੜੇ ਮਾਨ ਸਨਮਾਨ ਸਾਡੇ ਵੀਰਾਂ ਦੇ ਕੀਤੇ ਜਾ ਰਹੇ ਆਪਾਂ ਧੰਨਵਾਦ ਕਰਦੇ ਹਾਂ ਕੋਈ ਗੱਲ ਨੀ ਫੋਟੋ ਹਾਂ 4000 ਰੁਪਏ ਦਿੱਤਾ ਇਹਨਾਂ ਨੇ ਧੰਨਵਾਦ ਜੀ ਮਿਹਰਬਾਨੀ ਹਾਂਜੀ ਹੋ ਗਿਆ ਜੀ ਓਕੇ ਹੈ ਰਵੀ ਵਾਲੇ ਆਓ ਜੀ ਕਿੱਥੇ ਨੇ ਹੈ ਨੀ ਗੇ
ਉਹ ਤੋਂ ਬਾਅਦ ਪੁਰਾਣੇ ਵਾਲੇ ਦੇ ਕਪੂਰਿਆਂ ਦਾ ਮੈਚ ਆ ਟੀਮਾਂ ਵੇਟਿੰਗ ਬਾਕਸ 'ਚ ਆ ਜਾਣਾ ਹਾਂਜੀ ਸਾਡੇ 11,000 ਕੱਲਾਂ ਵਾਲਿਆ ਜਿੰਨੀ ਕੁ ਲੋੜ ਹੁੰਦੀ ਉਹਨਾਂ ਜੇ ਵਜਾਇਆ ਕਰ ਇਹਨੂੰ ਸਾਡੇ 1100 ਵਾਲੇ ਦਾਨੀ ਵੀ 11,000 ਵਾਲੇ 11,000 ਵਾਲੇ ਸਾਡੇ ਦਾਨੀ ਸੱਜਣ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਜੀ ਗਿੱਲ USA ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਹੋਵੇ ਪਲੀਜ਼ ਇਹ ਆ ਜਾਣ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਜੀ ਗਿੱਲ USA 11,000 ਵਾਲੇ ਸਾਡੇ ਸੱਜਣ ਨਾਰੀ ਤਖਾਣਵਾਦ ਤੇ ਰਾਮੂ ਵਾਲਾ ਤਖਾਣਵਾਦ ਤੇ ਅਗਲਾ ਮੈਚ ਹੈ ਜੀ ਹਾਂ 11,000 ਰੁਪਏ ਇਹਨਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਹਾਂ ਹੋ ਗਿਆ ਓਕੇ ਜੀ ਸੁਖਦੇਵ ਸਿੰਘ ਜੀ ਗਿੱਲ USA ਇਹ ਆਪਣੇ ਮਾਨ ਸਨਮਾਨ ਲੈ ਰਹੇ ਨੇ ਇਹਨਾਂ ਨੇ ਸਾਨੂੰ 11,000 ਰੁਪਏ ਰਾਸ਼ੀ ਦਿੱਤੀ ਹੈ ਧੰਨਵਾਦ ਇਹਨਾਂ ਭਰਾਵਾਂ ਦੇ ਸਵਰਗਵਾਸੀ ਸਰਦਾਰ ਜਰਨੈਲ ਸਿੰਘ ਜੀ ਤੇ ਸਰਦਾਰ ਆਤਮਾ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਸਵਰਗਵਾਸੀ ਸਰਦਾਰ ਜਰਨੈਲ ਸਿੰਘ ਜੀ ਸਰਦਾਰ ਆਤਮਾ ਸਿੰਘ ਜੀ ਗਿੱਲ ਇਹਨਾਂ ਦੇ ਪਰਿਵਾਰਕ ਮੈਂਬਰ ਇਹ ਵੀ ਆ ਕੇ ਆਪਣੇ ਜਿਹੜੇ ਮਾਨ ਸਨਮਾਨ ਲੈ ਲੈਣ ਨਾਰੀ ਨਾੜੀ ਇਸ ਤੋਂ ਬਾਅਦ ਸਵਰਗਵਾਸੀ ਸਰਦਾਰ ਸੁਖਚੈਨ ਸਿੰਘ ਦੀ ਗਿੱਲ ਸਾਨਵ ਸਰਦਾਰ ਵਿਸਾਖਾ ਸਿੰਘ ਦੀ ਗਿੱਲ ਇਹਨਾਂ ਦੇ ਪਰਿਵਾਰਕ ਮੈਂਬਰ ਜੇ ਹੋਣ ਤਾਂ ਆਪਣੇ ਸਨਮਾਨ ਲੈ ਲੈਣ ਸਵਰਗਵਾਸੀ ਸਰਦਾਰ ਸੁਖਚੈਨ ਸਿੰਘ ਦੀ ਗਿੱਲ ਸਰਦਾਰ ਵਿਸਾਖਾ ਸਿੰਘ ਦੀ ਗਿੱਲ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਸਰਦਾਰ ਬਲਵਿੰਦਰ ਸਿੰਘ ਜੀ ਦੁਬਈ ਵਾਲੇ ਉਹ ਸਾਡੇ ਕੋਲ ਇੱਥੇ ਸਟੇਜ ਤੇ ਆ ਜਾਣ ਸਾਡੀ ਬੇਨਤੀ ਹੈ ਨਾਲ ਹੀ ਹੈਲੋ ਰਾਮੂ ਵਾਲੇ ਤਖਾਣਵਾਦ ਦਾ ਮੈਚ ਆ ਸਰਦਾਰ ਸੁਖਚੈਨ ਸਿੰਘ ਦੀ ਗਿੱਲ ਵਿਸਾਖਾ ਸਿੰਘ ਦੀ ਗਿੱਲ ਆ ਰਹੇ ਜੀ ਆਓ ਜੀ ਇਹਨਾਂ ਨੇ ਵੀ ਸਾਨੂੰ 11,000 ਰੁਪਏ ਰਾਸ਼ੀ ਦਿੱਤੀ ਹੈ ਆਪਾਂ ਧੰਨਵਾਦ ਕਰਦੇ ਹਾਂ ਇਹਨਾਂ ਤੋਂ ਬਾਅਦ ਜਗਸੀਰ ਸਿੰਘ ਦੀ ਜੌਲ UK ਹਰਦੀਪ ਬੋਲੀ ਹਾਂਜੀ ਅਗਲੀਆਂ ਟੀਮਾਂ ਰਾਮੂ ਵਾਲਾ ਤੇ ਤਖਾਣਵਾਦ ਇਹ ਗਰਾਊਂਡ ਜਾ ਜਾਣ ਰਾਮੂ ਵਾਲਾ ਨਵਾਂ ਤੇ ਤਖਾਣਵਾਦ ਹਾਂਜੀ ਹੋ ਗਿਆ ਜੀ ਇੱਧਰ ਕੱਟ ਹੋ ਗਿਆ ਤੁਸੀਂ ਸਨਮਾਨ ਕਰੋ ਜਗਸੀਰ ਸਿੰਘ ਦੀ ਜੌਲ UK ਆਓ ਜੀ ਇਹਨਾਂ ਨੇ ਵੀ ਸਾਨੂੰ 11,000 ਰੁਪਏ ਦੀ ਰਾਸ਼ੀ ਦਿੱਤੀ ਹੈ ਵੀ ਆ ਜਾਣ ਜਗਸੀਰ ਸਿੰਘ ਦੀ ਜੌਲ UK ਆ ਜਾਓ ਬਾਈ ਜੀ ਬਾਪੂ ਜੀ ਇੱਥੇ ਬੈਠੇ ਬਜ਼ੁਰਗ ਉਹਨਾਂ ਦੇ ਆਓ ਤੁਸੀਂ ਆਓ ਜੀ ਬਿਜਲੀ ਬੋਰਡ ਵਾਲੇ ਸਾਡੇ ਸੱਜਣ ਇਹ ਆਪਣੇ ਮਾਨ ਸਨਮਾਨ ਲੈਣਗੇ ਸਰਦਾਰ ਬਖਤਿਆਰ ਸਿੰਘ ਦੀ ਬਿਜਲੀ ਬੋਰਡ ਵਾਲੇ ਇਹਨਾਂ ਦਾ ਪਰਿਵਾਰ ਇਹ ਤੁਸੀਂ ਕੱਟ ਕਰ ਦਿਓ ਜੀ ਮਨਜਿੰਦਰ ਜੀ ਇੱਥੋਂ ਅਗਲਾ ਜਿਹੜਾ ਮਾਨ ਸਨਮਾਨ ਸਵਰਗਵਾਸੀ ਸਰਦਾਰ ਅਨੂਪ ਸਿੰਘ ਦੀ ਗਿੱਲ ਤੇ ਉਹਨਾਂ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਦੀ ਬੋਪਾ ਰਾਏ ਇੱਥੇ ਮੌਜੂਦ ਨਹੀਂ ਚਲੋ ਇਹਨਾਂ ਦੇ ਆਪਾਂ ਕੱਲ ਨੂੰ ਕਰ ਰਹੇ ਟੋਟਲ ਰਾਸ਼ੀ 16,000 ਰੁਪਇਆ ਭੇਜੀ ਸਾਨੂੰ ਧੰਨਵਾਦ ਲਾਲ ਸਿੰਘ ਦੀ ਜੌਲ USA ਸੀਰਾ ਵੀਰ ਸਾਡਾ ਆਵੇ ਇਹਨਾਂ ਨੇ ਵੀ ਸਾਨੂੰ 11,000 ਰੁਪਏ ਦਿੱਤਾ ਲਾਲ ਸਿੰਘ ਦੀ ਜੌਲ USA ਇਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਇਹਨਾਂ ਨੇ ਸਾਨੂੰ 11,000 ਰੁਪਏ ਰਾਸ਼ੀ ਭੇਜੀ ਹੈ ਸੀਰਾ ਵੀਰ ਸਾਡਾ ਨਾਲ ਸੁਖਦੇਵ ਸਿੰਘ ਦੀ ਚੀਮਾ ਕੈਨੇਡਾ ਸੁਖਦੇਵ ਸਿੰਘ ਦੀ ਚੀਮਾ ਕੈਨੇਡਾ ਇਸ ਤੋਂ ਅਗਲੇ ਮਾਨ ਸਨਮਾਨ ਇਹਨਾਂ ਦੇ ਆ ਨਿੱਕੇ ਦੋ ਭਾਈ ਸ਼ੀਰਾ ਆ ਗਿਆ ਹਾਂਜੀ ਰਾਮੂ ਵਾਲਾ ਨਵਾਂ ਤੇ ਤਖਾਣਵਾਦ ਦਾ ਮੈਚ ਹੋਣਾ ਇਸ ਤੋਂ ਬਾਅਦ ਬਾਬਾ ਸਹਿਦ ਕਬੀਰ ਕਪੂਰੇ ਤੇ ਗਾਲਰ ਕੱਲੀ ਕਪੂਰੇ ਤੇ ਪੁਰਾਣੇ ਵਾਲਾ ਵੀ ਕੱਲੀ ਕਪੂਰੇ ਆ ਗਈ ਖੀਰੂ ਆ ਗਈ ਕਪੂਰਿਆਂ ਦੀ ਟੀਮ ਸਾਰੀ ਪੁਰਾਣੇ ਵਾਲਾ ਬੀ ਕਿੱਥੇ ਆ ਬਾਈ ਪੁਰਾਣੇ ਵਾਲਾ ਬੀ ਹੋ ਗਿਆ ਜੀ ਸੁਖਦੇਵ ਸਿੰਘ ਦੀ ਕੈਨੇਡਾ ਸੁਖਦੇਵ ਸਿੰਘ ਦੀ ਚੀਮਾ ਕੈਨੇਡਾ ਇਹਨਾਂ ਦਾ ਮਾਨ ਸਨਮਾਨ ਹੋ ਗਿਆ ਜੀ ਆਓ ਜੀ ਬਜ਼ੁਰਗ ਆ ਰਹੇ ਆ ਦੇ ਉਹਨਾਂ ਨੂੰ ਮਾਨ ਸਨਮਾਨ
ਆ ਬਾਈ ਪਹਿਲਾਂ ਦਿਖਾਉਣ ਵੱਧ ਜੇ ਟੀਮ ਆ ਪਹਿਲਾਂ ਉਹਨਾਂ ਦਾ ਪੁਰਾਣਿਆਂ ਦਾ ਨਹੀਂ ਮੈਚ ਦਿਖਾਉਣ ਵੱਧ ਆਵੇ ਜਲਦੀ ਤੋਂ ਜਲਦੀ ਬਾਈ ਟੀਮਾਂ ਨੂੰ ਬੇਨਤੀ ਆ ਕਿ ਗਰਾਊਂਡ ਨਾ ਖਾਲੀ ਕਰੋ ਲਾਈਵ ਚੱਲ ਰਿਹਾ ਏ ਪਲੀਜ਼ ਰਿਕੁਐਸਟ ਆ ਟੀਮਾਂ ਨੂੰ ਕਿ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ 'ਚ ਪਹੁੰਚਣ ਬਾਈ ਅਸੀਂ ਟੀਮਾਂ ਕੱਟ ਦਈਏ ਕਿਵੇਂ ਕਰਨੀਆਂ ਫਿਰ ਦੱਸੋ ਬਈ ਟੀਮਾਂ ਇਸ ਤੋਂ ਅਗਲੀਆਂ ਟੀਮਾਂ ਪੁਰਾਣੇ ਵਾਲਾ ਵੀ ਤੇ ਕਪੂਰ ਭਰਾਵੋ ਪੰਜਾਬੀ ਭਾਸ਼ਾ ਬੋਲੀ ਹੈ ਮੈਂ ਕੋਈ ਹੋਰ ਭਾਸ਼ਾ ਨਹੀਂ ਬੋਲੀ ਕੁਲਦੀਪ ਸਿੰਘ ਦੀ ਗਿੱਲ ਸਾਨਵ ਸਰਦਾਰ ਨਗਿੰਦਰ ਸਿੰਘ ਦੀ ਇਹ ਸੱਜਣ ਆਪਣੇ ਮਾਨ ਸਨਮਾਨ ਲੈ ਲੈਣ ਇਹ ਚੇਂਜ ਬਾਈ ਕੌਡੀਆਂ 15:30 ਰੈਵਰੀ ਵੀਰ ਕੌਡੀ 15:30 ਜਿਹਦੇ ਚਗਨਾਈ ਵਾਲੀ ਕੋਈ ਵੀ ਚੀਜ਼ ਲੱਗੀ ਹੋਈ ਉਹ ਟੀਮ ਨੂੰ ਰੇਡ ਨਹੀਂ ਪਾਉਣ ਦਿੱਤੀ ਜਾਵੇਗੀ ਨਾਲ ਹੀ ਸਾਡੇ ਕੁਲਦੀਪ ਸਿੰਘ ਦੀ ਸਾਨਵ ਸਰਦਾਰ ਨਗਿੰਦਰ ਸਿੰਘ ਦੀ ਗਿੱਲ ਇਹ ਆ ਜਾਣ ਇਹਨਾਂ ਨੇ ਸਾਨੂੰ 2100 ਰੁਪਏ ਦਿੱਤਾ ਬਲਦੇਵ ਸਿੰਘ ਦੀ ਗਿੱਲ ਡੈਰੀ ਵਾਲੇ ਬਲਦੇਵ ਸਿੰਘ ਦੀ ਗਿੱਲ ਡੈਰੀ ਵਾਲੇ ਜਿੱਥੇ ਆਵਾਜ਼ ਸੁਣਦੇ ਤਾਂ ਆਉਣ ਪਲੀਜ਼ ਆਪਣੇ ਸਨਮਾਨ ਲੈ ਲੈਣ ਸੂਬੇਦਾਰ ਸਰਦਾਰ ਗੁਰਮੇਲ ਸਿੰਘ ਦੀ ਗਿੱਲ ਮੋਗੇ ਵਾਲੇ ਜਿਹੜੇ ਪਲੇਅਰ ਨੇ ਟਕਰਾਈ ਵਾਲੀ ਚੀਜ਼ ਲਾਈ ਆ ਜਿਹੜਾ ਮਿੱਟੀ ਬੋਲਦਾ ਠੀਕ ਆ ਤੇ ਨਹੀਂ ਉਹਨੂੰ ਰੇਡ ਨਹੀਂ ਪਾ ਦਿੱਤੀ ਜਾਊਗੀ ਹਰਜਿੰਦਰ ਸਿੰਘ ਦੀ ਗਿੱਲ ਇਹਨਾਂ ਨੇ ਵੀ ਸਾਨੂੰ 2100 ਰੁਪਏ ਦਿੱਤਾ ਵੀ ਆ ਕੇ ਆਪਣੇ ਸਨਮਾਨ ਲੈਣ ਪਲੀਜ਼ ਸੁਖਜਿੰਦਰ ਸਿੰਘ ਦੀ ਗਿੱਲ ਯੂਕੇ ਡੈਂਪੀ ਸਾਡਾ ਵੀਰ ਆਵੇ ਹਾਂਜੀ ਕੁਲਵਿੰਦਰ ਸਿੰਘ ਦੀ ਗਿੱਲ ਸਾਨਵ ਸਰਦਾਰ ਗੁਰਚਰਨ ਸਿੰਘ ਦੀ ਗਿੱਲ ਉਹ ਸਾਡੇ ਵੀਰ ਇੱਥੇ ਸਾਡੇ ਦਰਮਿਆਨ ਹੈ ਪਲੀਜ਼ ਆਪਣਾ ਸਨਮਾਨ ਲੈ ਲਓ ਅੱਗੇ ਕਿੰਦਾ ਬਾਈ ਸਾਡਾ ਕਿੰਦਾ ਬਾਈ ਸਾਡਾ ਅੱਗੇ ਆਪਣਾ ਸਨਮਾਨ ਲਵੇ ਇੱਥੇ ਸਾਡੇ ਵੀ ਕੁਲਵਿੰਦਰ ਸਿੰਘ ਜੀ ਕਹਿੰਦਾ ਅਸੀਂ ਮਾਫ਼ੀ ਚਾਹੁੰਦੇ ਇਹਨਾਂ ਦੀ ਫੋਟੋ ਲੱਗਣ ਵੱਲੋਂ ਰਹਿ ਗਈ ਸੀ ਨਾਂ ਵੀ ਲਿਖਣ ਵੱਲੋਂ ਰਹਿ ਗਿਆ ਅਸੀਂ ਮਾਫ਼ੀ ਚਾਹੁੰਦੇ ਹਾਂ ਵੀਰ ਜੀ ਪਰ ਤੁਹਾਡਾ ਦਿੱਤਾ ਯੋਗਦਾਨ ਸਾਡੇ ਸਿਰ ਮੱਥੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸੱਚੇ ਪਾਤਸ਼ਾਹ ਮਿਹਰ ਕਰੇ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ
ਹਾਂਜੀ ਸਰਦਾਰ ਪਿਆਰਾ ਸਿੰਘ ਜੀ ਜੌਹਰ ਬਿਜਲੀ ਬੋਰਡ ਵਾਲੇ ਆ ਜਾਓ ਜੀ ਸਾਡੇ ਸੱਜਣ ਜੀ ਸਾਡੇ ਦਰਮਿਆਨ ਹੈ ਪਲੀਜ਼ ਆਪਣਾ ਸਨਮਾਨ ਲੈ ਜਾਓ ਆ ਕੇ ਪਿਆਰਾ ਸਿੰਘ ਜੀ ਬਲਦੇਵ ਸਿੰਘ ਜੀ ਡੈਰੀ ਵਾਲੇ ਆ ਗਏ ਜੀ ਆਓ ਬਾਈ ਜੀ ਤੁਹਾਡੇ ਵੀ ਮਾਨ ਸਨਮਾਨ ਜਿਹੜੇ ਪ੍ਰਬੰਧ ਖੇਡ ਕਲੱਬ ਵੱਲੋਂ ਇਹਨਾਂ ਨੇ ਸਾਨੂੰ 2100 ਰੁਪਏ ਦਿੱਤਾ ਸਰਦਾਰ ਬਲਦੇਵ ਸਿੰਘ ਜੀ ਡੈਰੀ ਵਾਲੇ ਇਹ ਵੀ ਆਪਣੇ ਸਨਮਾਨ ਜਿਹੜੇ ਪ੍ਰਾਪਤ ਕਰ ਰਹੇ ਆਪਣੇ ਮਾਨ ਸਨਮਾਨ ਲੈ ਰਹੇ ਹੈ ਆਪਾਂ ਧੰਨਵਾਦ ਕਰਦੇ ਹਾਂ ਸਤਿਕਾਰ ਕਰਦੇ ਇਹਨਾਂ ਵੀਰਾਂ ਦੇ ਜਿਹੜੇ ਵੀਰਾਂ ਨੇ ਸਾਡੀ ਪ੍ਰਬੰਧ ਖੇਡ ਕਲੱਬ ਨੂੰ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਤੋਂ ਵੱਡੇ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਸਾਰੇ ਵੀਰਾਂ ਦੇ ਸਤਿਕਾਰ ਹੈ ਸਰਦਾਰ ਪਿਆਰਾ ਸਿੰਘ ਜੀ ਜੌਹਰ ਸਰਦਾਰ ਕਰਨੈਲ ਸਿੰਘ ਜੀ ਗਿੱਲ ਸਾਨੂੰ ਸਰਦਾਰ ਕਾਲਾ ਸਿੰਘ ਜੀ ਹਰਜਿੰਦਰ ਸਿੰਘ ਜੀ ਗਿੱਲ ਹੈਲੋ ਮੇਰੇ ਰਾਮਪੁਰ ਵਾਲਾ ਤਰਾਜਾ ਦਿਖਾਉਣ ਵਾਲਾ ਪਛਾਣਵਾਦ ਦਾ ਰਾਮਪੁਰ ਵਾਲੇ ਦੇ ਤਰਾਜਾ ਤਿੰਨ ਪਲੇਅਰ ਬਾਹਰੋਂ ਖੇਡਦੇ ਆ ਐਂਟਰੀ ਉਹਨਾਂ ਤਰਾਜ ਵੀ ਪਹੁੰਚ ਗਈ ਸਾਡੇ ਕੋਲ ਹਰਦੀਪ ਕਮੈਂਟਰੀ ਕਰ ਬਰੇ ਇੱਧਰ ਅਗਲੀ ਕਬੱਡੀ ਪਾਉਣ ਦੇ ਲਈ ਦੇਖੋ ਸਾਹਮਣੇ ਨੌਜਵਾਨ ਗੱਭਰੂ ਵਧਿਆ ਹੋਇਆ ਇੱਧਰ ਦੇਖੋ ਰਾਮੂ ਵਾਲੀ ਆ ਨੌਜਵਾਨ ਇਸ ਵੇਲੇ ਲਾ ਤਗੜਾ ਜੱਫਾ ਆਪਣੀ ਟੀਮ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਤਖਾਣ ਵਧੀਆ ਡੱਕਿਆ ਜਾ ਚੁੱਕਿਆ ਚੱਲ ਵੀ ਨੌਜਵਾਨਾਂ ਬਾਅਦ ਅੱਗੇ ਪਾ ਕਬੱਡੀ ਰਾਮੂ ਵਾਲਾ ਨਵਾਂ ਪਿੰਡ ਕਹਿੰਦੇ ਤੇਜ਼ੀ ਦਾ ਪਿੰਡ ਹੈ ਸ਼੍ਰੋਮਣੀ ਕਮਿਸ਼ਨ ਬਾਪੂ ਕਰਨੈਲ ਸਿੰਘ ਪਾਰਸ ਦਾ ਪਿੰਡ ਹੈ ਕਿ ਆ ਸਿਗਨਲ ਹੋ ਚੱਲਿਆ ਗਾਰਡ ਬਿਸਲਾ ਪਿਆ ਵਜਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਘਾਵੇ ਇੱਕ ਜਾਵੇ ਗੱਡੀ ਘਾਵੇ ਇੱਕ ਜਾਵੇ ਦੇਖੋ ਰਾਮੂ ਵਾਲੀਏ ਦੀ ਪੈਸੀ ਕਬੱਡੀ ਹੈ ਉੱਧਰ ਤਖਾਣ ਵੱਧ ਵਾਲਾ ਨੌਜਵਾਨ ਗੱਭਰੂ ਟਰਾਈ ਕਰਦਾ ਇਸ ਮੁੰਡੇ ਦੇ ਉੱਤੇ ਹੁਣ ਨਾ ਪਾਉ ਜੱਫਾ ਜਾਂ ਨਹੀਂ ਇਹ ਤਾਂ ਗੱਲ ਸਮੇਂ ਦੀ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅਗਲੇ ਮੈਚ ਦੀਆਂ ਟੀਮਾਂ ਮੇਰੀ ਬੇਨਤੀ ਹੈ ਜਲਦ ਗਰਾਊਂਡ 'ਚ ਪਹੁੰਚਣਗੀਆਂ ਅਗਲੀਆਂ ਟੀਮਾਂ ਪੁਰਾਣੇ ਵਾਲਾ ਬੀ ਤੇ ਕਪੂਰੇ ਇਹ ਟੀਮਾਂ ਤਿਆਰ ਰਹਿਣਗੀਆਂ ਪੁਰਾਣੇ ਵਾਲਾ ਬੀ ਤੇ ਕਪੂਰੇ ਇਹ ਟੀਮਾਂ ਤਿਆਰ ਰਹਿਣਗੀਆਂ ਕਬੱਡੀ ਦੇ ਮੈਦਾਨ ਅੰਦਰ ਹੁਣ ਵੇਖੋ ਤਖਾਣ ਵੱਧ ਵਾਲਾ ਤੇ ਰਾਮੂ ਵਾਲੀਏ ਨੇ ਕੀਤੀ ਕੋਸ਼ਿਸ਼ ਇਹ ਪੁਆਇੰਟ ਰੇਡਰ ਦਾ ਇਹ ਪੁਆਇੰਟ ਰੇਡਰ ਦਾ ਕਿ ਮਿਲਦੇ ਰਹਿਣ ਖਿਡਾਰੀਆਂ ਨੂੰ ਖੁੱਲੇ ਡੁੱਲੇ ਬੀਜੇ ਦਾਣੇ ਪਾਣੀ ਵਿੱਚ ਲਿਖਦੇ ਇਹਨਾਂ ਨੇ ਤੂੰ ਕਨੇਡਾ ਦੇ ਬਰਗਰ ਤੇ ਪੀਜੇ ਰਹਿਣ ਨਸ਼ਿਆਂ ਤੋਂ ਦੂਰ ਤੇ ਕਾਹਲੇ ਸਰੀਰ ਦੀ ਕੇਅਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਹਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਹਰ ਮਾਲਕਾ ਉੱਧਰ ਪੰਜਾਬ ਲਾਈਵ ਵਨ ਡਾਟ ਕਾਮ ਦੇ ਜ਼ਰੀਏ ਬਰੇਲੀ ਵਾਲੇ ਸੰਘਿਆਂ ਦੀ ਵੈਬਸਾਈਟ ਦੇ ਉੱਤੇ ਅੱਜ ਪੁਰਾਣੇ ਵਾਲੇ ਦਾ ਚੌਥਾ ਕਬੱਡੀ ਦਾ ਕੱਪ ਲਾਈਵ ਕੀਤਾ ਜਾ ਰਿਹਾ ਧੰਨ ਧੰਨ ਬਾਬਾ ਜਰਨੈਲ ਦਾਸ ਜੀ ਗਊਸ਼ਾਲਾ ਕਪੂਰਿਆਂ ਵਾਲੇ ਉਹਨਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਇਹ ਚੌਥਾ ਕਬੱਡੀ ਦਾ ਕੱਪ ਯੰਗ ਸਪੋਰਟਸ ਕਬੱਡੀ ਕਲੱਬ ਪੁਰਾਣੇ ਵਾਲਾ ਸਾਰੀ ਖੇਡ ਕਲੱਬ ਦਾ ਸਾਰੇ ਦਾਨੀ ਵੀਰਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਖੇਡ ਕਲੱਬ ਨੂੰ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਆਪਾਂ ਸਾਰੇ ਵੀਰਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਧਰ ਕਬੱਡੀ ਪੈਂਦੀ ਹੈ ਦੁਨੀਆ ਵਹਿੰਦੀ ਹੈ ਹੁਣ ਵੇਖੋ ਗੱਲ ਪਈ ਸੀ ਕਬੱਡੀ ਦੇ ਸਮੇਂ ਦੀ ਹੁਣ ਦੇਖੋ ਗੱਲ ਪਈ ਸੀ ਕਬੱਡੀ ਦੇ ਸਮੇਂ ਦੀ ਖੇਡਾਂ ਵਿੱਚੋਂ ਖੇਡ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਜਿਹੜੀ ਲਾ ਕੇ ਪੂਰਾ ਤਾਣ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਗੁੱਡ ਜੱਜਮੈਂਟ ਕੋਟ ਕਰੋੜ ਵਾਲੇ ਦੀ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਚੱਲ ਵੀ ਸੈਂਟਰਾਂ ਦੀ ਐਂਟਰੀ ਫੀਸ ਗਈ ਉਹ ਦੇ ਜਾਣਗੇ ਸਿੱਧਵਾਂ ਦੀ ਟੀਮ ਦੀ ਐਂਟਰੀ ਫੀਸ ਨਹੀਂ ਹੋਈ ਉਹ
टीम अपनी एंट्री फीस पॉइंट नहीं करते हो, सिद्धमा की टीम की एंट्री फीस नहीं आई। रामू वालिया कबड्डी पता हो तखाण बद वाले चार जाफी है तैयार, मदोके वाला घोटा गुसल मारदा, पॉइंट रेडर का पॉइंट रेडर का आखदा मदोके में रखी ना भुलेखे, हथ गुरविंदर दे अजे नहीं तो देखे, दिलो कढ ली भुलेखा जे कि तेनू वह मैं नहीं हारदा, हारदा अजे तां जट पूरा कैम है नहीं हारदा। यह मदोके वाले गुरविंदर ने लिखिया लैणा कोट करोड़ वालिया, इधर वेखो रामू वालिया हुण गुट फड़िया होया कैंची लगण वाली है, गल कहिंदे समें दी है, गल कहिंदे समें दी है कि यार रेडर का गुट फड़ के हथ नूं धौण दे उत्ते धर के विच लत्तां ने कैंची जड़ के टंगी लाउणी पैंदी है, दुनिया एवें नहीं मंदी खेड दिखाउणी पैंदी है, दुनिया एवें नहीं मंदी खेड दिखाउणी पैंदी है, वाकई रिकॉर्ड पैदा करने पैंदे है, रोज कैम करने पैंदे है, फिर कि जाके कबड्डी के सरदारी मिलती है, फिर कि जाके लोग उंगलां कर कर पुछते हैं भी आ मुंडा किहड़े पिंड दा, आ मुंडा किहड़े पिंड दा। इधर वेखो रामू वालिया दूजे पासे तखाण वधिया, पॉइंट जाफी दा पॉइंट तखाण वाली टीम दे से एडजस्ट हुंदा होया, चल भी नौजवानां बाद अगे पा कबड्डी के पी के दुध तो मलाइया जे चट दे, खेड खेड के कबड्डी वाह वाह खट दे, साडी कौम दा ने सरमाया कले कले मित्रो, जफा जेड़े जेड़े जाफी ने लाता, हो जानी है बल्ले बल्ले मित्रो, हो जानी है बल्ले बल्ले मित्रो। इधर वेखो बल्ले बल्ले किहड़े मुंडे दी हो रही है, हुण तां गल समें दी है, हुण तां गल समें दी है भई वी कबड्डी ते पॉइंट रेडर दा पॉइंट रेडर दा। हां जी इधर छोटा हाथी खड़ा इधर स्टेज के खब्बे हाथ पही दे विच, जेड़े भी वीर दी गड्डी है साइड ते कर लो, उधर तूड़ी वाली ट्राली आ रही है, बेनती है जेड़े भी वीर दी गड्डी है साइड ते कर लो प्लीज। रामू वालिया कबड्डी पाउंदा होया अगले मैचां लई राज मेहर सिंह वाला जी माइक ते आउणगे, पुराने वाला भी ते कपूरा ने खेडना, सोनी पुराने वाली है साडा वीर अपनी गड्डी साइड ते कर लवे, पुराने वाली है सोनी साडा वीर। सिद्धमा वाले अपनी एंट्री फीस पॉइंट ही कर दो, नहीं तो फिर असी रौली नूं बाई दे देनी है, सिद्धमा की टीम अपनी एंट्री फीस पॉइंट ही कर दो, सिद्धमा की टीम मेरे वीर खिडारी अपनी एंट्री फीस पॉइंट ही कर दे। उधर कबड्डी पाउण दे लई कपड़ू तखाण वद वाला वध्या होया, रामू वालिए ने फिर की कोशिश, वाह आए नौजवाना भाई हुई कबड्डी ते, हुण गल किहो जी है, हुण गल किहो जी है कि सी बलविंदर फिटा घोड़ा लंबी पारी दा, नाल ठरमे खेडे काका कारी सारी दा, लखां दी गल करदा लखां गाजीपुर दा जी, खाली हथ गुरलाल कदे ना पिछे मुड़दा जी, जम्मिया बाजे खाने सी हरजीत बराड़ा दे, आ खेडण जोरां नाल कबड्डी पुत सरदारां दे, आ खेडण जोरां नाल कबड्डी पुत सरदारां दे, जोर दी कबड्डी है, तकनीक दी कबड्डी है, हल्ले दी कबड्डी है, चारां विचों कल्ले नाल कल्ले दी कबड्डी है। रामू वालिया कबड्डी पाउंदा होया पॉइंट रेडर दा, पॉइंट रेडर दा खेड कबड्डी दे मैदान दे विच, रंगले पंजाब दी सिफत सुनावां ते जिथे रब वर्गी अमावां, धरती पंज दरिया दी राणी ते जी दा शरबत वर्गा पाणी, धरती पंज दरिया दी राणी जी दा शरबत वर्गा पाणी, पंज दरियावां दी धरती पंजाब, पंजाब दी धरती कहिंदे गुरुआं पीरां दी धरती है, महाबली सूरवीर योधे बहादुरां दी धरती है, वीरे पंजाब दी धरती गुरुआं पीरां दी धरती है, जिथे बाबे नानक वर्गे अवतारां ने जन्म लिया, श्री गुरु अर्जन देव साहब वर्गे अमर शहीदां ने जन्म लिया, मेरे वीरे जिथे कहिंदे सरबंस दानी गुरु गोबिंद सिंह वर्गे महाबली उन्हां गुरुआं ने जन्म लिया, कहिंदे खाई सिंह नलुए वर्गे जरनैल पीरां पैदा कीते इस धरती ने, मेरे वीरे बाबे दीप सिंह वर्गे अमर शहीदां नूं जन्म दिता इस धरती ने, कि पंजाब उजाड़न वाले खुद ही उजड़ गए, पंजाब गुरां दी कृपा दे नाल वसदा है, वंडण वाले वंड करके पंज पाणियां दी, पर पाणी अज भी उसे लहि विच वगदा है, पंजाब उजाड़न वाले खुद ही उजड़ गए, पंजाब गुरां दी कृपा दे नाल वसदा है, पंजाब गुरां दी कृपा दे नाल वसदा है, गुरुआं पीरां दी धरती पंजाब, सूरवीर योधे बहादुरां दी धरती पंजाब, शहीदां दी धरती पंजाब, के राजगुरु करतार सराभे ऊधम दा की कहना, भगत सिंह ने सदा ही लोको 23 साल दा रहना, भगत सिंह ने सदा ही लोको 23 साल दा रहना। इधर पॉइंट जाफी दा, इधर पॉइंट जाफी दा कबड्डी दे मैदान अंदर अगली कबड्डी पा के लगन गबरो वाधा होया, जे खेडनी होवे कबड्डी तो डहरीए नहीं पाई दा, ते पो माघ दी ठंड विच छड्डणा पैंदा निगर जाई दा,
ਨਾਲੇ ਸਹਿਣੀ ਪੈਂਦੀ ਹੈ ਕੋਚਾਂ ਦੀ ਮਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਕਬੱਡੀ ਦੇ ਸਟਾਰ ਬਣਨਾ ਸੌਖੀ ਗੱਲ ਨਹੀਂ ਕਬੱਡੀ ਦੇ ਸਟਾਰ ਬਣਨਾ ਸੌਖੀ ਗੱਲ ਨਹੀਂ ਤਖਾਣ ਵੱਧ ਵਾਲੇ ਨੇ ਗਿੱਟਾ ਫੜਿਆ ਹੋਇਆ ਐਨ ਚੱਕੇ ਜਾ ਕਰਨ ਵਾਲੀ ਗੱਲ ਕਰਦਾ ਤਾੜੀਆਂ ਮਾਰ ਦੇ ਦਰਸ਼ਕ ਵੀ ਤਾੜੀਆਂ ਮਾਰ ਦੇ ਦਰਸ਼ਕ ਵੀ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਕਿ ਭਗਤ ਸਿੰਘ ਨਾ ਚੜ੍ਹਦਾ ਫਾਂਸੀ ਨਾ ਦੁਨੀਆਂ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਕੱਚੇ ਘਰੇ ਦੀ ਗੱਲ ਨਾ ਹੁੰਦੀ ਜੇ ਸੋਹਰੀ ਚਨਾ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗੌੜਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਜੇ ਸ਼ਾਦੀ ਵਿੱਚ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ ਦੁਨੀਆ ਕਦੇ ਨਾ ਚੇਤੇ ਕਰਦੀ ਉੱਧਰ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਰਾਮੂ ਵਾਲੀਆਂ ਵੱਧ ਹੋਇਆ ਹਾਂਜੀ ਇੱਧਰ ਪਈ ਦੇ ਵਿੱਚ ਕੁਛ ਪਲੇਅਰਾਂ ਦੇ ਮੋਟਰਸਾਈਕਲ ਵੀ ਖੜੇ ਹੋਏ ਤੂੜੀ ਵਾਲੀ ਟਰਾਲੀ ਲੰਘਾਉਣੀ ਹੈ ਵੀਰਾਂ ਨੇ ਮੋਟਰਸਾਈਕਲ ਜਿਹੜੇ ਪਲੇਅਰ ਆਪਾਂ ਆਪਣੇ ਪਾਸੇ ਕਰ ਲਓ ਸਾਡੀ ਬੇਨਤੀ ਹੈ ਸਟੇਜ ਦੇ ਸਾਹਮਣੇ ਮੋਟਰ ਦੇ ਉੱਤੇ ਕੁਛ ਪਈ ਦੇ ਵਿੱਚ ਮੋਟਰਸਾਈਕਲ ਖੜੇ ਹੈ ਉਹ ਆਪਾਂ ਆਪਣੇ ਵਹੀਕਲ ਜਿਹੜੇ ਸਾਈਡ ਤੇ ਕਰ ਲੈਣ ਖਿਡਾਰੀ ਵੀਰ ਇੱਧਰ ਲੱਗ ਗਿਆ ਜੱਫਾ ਯਾਰ ਉਹ ਧਾਵੀ ਗਿਆ ਡੱਕਿਆ ਚੜ੍ਹ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਚੜ੍ਹ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਕਬੱਡੀ ਪਾਉਣ ਦੇ ਲਈ ਤਖਾਣ ਵੱਧ ਵਾਲਾ ਗੱਭਰੂ ਵਾਧਾ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਤੇ ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ ਜਿਹੜੀ ਜ਼ਮੀਨ ਦੇ ਵਿੱਚ ਹੁੰਦੀ ਗਿੱਲ ਪੂਰੀ ਫਸਲ ਹੁੰਦੀ ਹੈ ਉਹਦੇ ਵਿੱਚ ਢੇਰ ਪੈਦਾ ਚੰਨ ਪੁੰਨਿਆਂ ਦਾ ਰਾਤ ਨੂੰ ਦਿਨ ਚਾੜੇ ਤੇ ਮੱਸਿਆ ਕਰਦੀ ਸਦਾ ਹਨੇਰ ਪੈਦਾ ਜਿਹੜੇ ਮਾਪਿਆਂ ਨੇ ਕੀਤੀ ਹੋਵੇ ਤੇ ਮੱਸਿਆ ਤੇ ਘਰ ਉਹਨਾਂ ਦੇ ਹੁੰਦਾ ਪੁੱਤ ਪਲੇਅਰ ਪੈਦਾ ਘਰ ਉਹਨਾਂ ਦੇ ਹੁੰਦਾ ਪੁੱਤ ਪਲੇਅਰ ਪੈਦਾ ਇੱਧਰ ਪੁਛ ਵੱਜੀ ਆ ਤੇ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਕਬੱਡੀ ਦੇ ਮੈਦਾਨ ਅੰਦਰ ਕਪੂਰੇ ਤੇ ਪਾਣੀ ਵਾਲੇ ਵੀਰ ਦਾ ਮੈਚ ਹੋਣਾ ਅਗਲਾ ਇਹ ਟੀਮਾਂ ਤਿਆਰ ਰਹਿਣਗੀਆਂ ਕਪੂਰੇ ਤੇ ਪੁਰਾਣੇ ਵਾਲੇ ਵੀਰ ਅਗਲਾ ਮੈਚ ਹੋਣਾ ਮਾਈਕ ਤੇ ਰਾਜਮੇਰ ਸਿੰਘ ਵਾਲਾ ਜੀ ਅਗਲੀ ਗੱਲ ਕਰਨਗੇ ਨਾ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਰਾਮੂ ਵਾਲਾ ਵਰਸੇ ਤਖਾਣਪੁਰ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਅਗਲੇ ਮੈਚਾਂ ਦੀਆਂ ਟੀਮਾਂ ਵੀ ਖੇਡ ਮੈਦਾਨ ਦੇ ਵੱਲ ਪੁੱਜਣਗੀਆਂ ਪੁਰਾਣੇ ਵਾਲਾ ਬੀ ਵਰਸੇ ਕਪੂਰੇ ਇਹਨਾਂ ਟੀਮਾਂ ਦਾ ਜਿਹੜਾ ਮੈਚ ਖੇਡਿਆ ਜਾਵੇਗਾ ਬਿਲਕੁਲ ਵੇਟਿੰਗ ਬਾਕਸ ਦੇ ਵਿੱਚ ਰਹਿਣ ਟੀਮਾਂ ਇਧਰਲੇ ਪਾਸੇ ਬਈ ਹੀ ਕਬੱਡੀ ਖੇਡ ਦੇ ਮੈਦਾਨ ਵਿੱਚ ਨਵ ਚਾਰ ਜਾਫੀਆਂ ਤੋਂ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਗੜਾ ਕਿ ਸਿੱਧਾ ਨਹੀਂ ਵੀ ਤਗੜਾ ਜੰਮਦਾ ਰਾਤੋਂ ਰਾਤ ਜਿਹੜਾ ਬੰਨ ਫਿਰ ਸਟਾਰ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਲੀਲਾ ਵਾਲਾ ਮੋਹਣਾ ਗੱਲ ਸੱਚ ਲਿਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਵਾਕਈ ਉਸਤਾਦ ਧਾਰਨੇ ਪੈਂਦੇ ਨੇ ਮੇਰੇ ਵੀਓ ਮੈਚ ਸਮਾਪਤ ਮੈਚ ਸਮਾਪਤ ਕਿਹੜੀ ਟੀਮ ਜਿੱਤ ਗਈ ਜੀ ਇਹਦਾ ਫੈਸਲਾ ਨਹੀਂ ਲੈਣਾ ਬਈ ਇਤਰਾਜ ਆਏ ਠੀਕ ਹੈ ਜੀ ਇਤਰਾਜ ਲੱਗਾ ਇਹਦਾ ਫੈਸਲਾ ਡਿਕਲੇਅਰ ਨਹੀਂ ਕੀਤਾ ਜਾਵੇਗਾ ਆਓ ਜੀ ਅਗਲਾ ਮੈਚ ਪੁਰਾਣੇ ਵਾਲਾ ਬੀ ਤੇ ਕਪੂਰੇ ਇਹਨਾਂ ਟੀਮਾਂ ਦਾ ਜਿਹੜਾ ਮੈਚ ਖੇਡਿਆ ਜਾਵੇਗਾ ਖੇਡ ਦੇ ਮੈਦਾਨ ਵਿੱਚ ਹੈਲੋ ਹਾਂਜੀ ਬ੍ਰੇਕ ਜਿਹੜੇ ਵੀ ਪਈ ਨੇ ਕਿਸੇ ਦਾ ਸਕੂਟਰ ਜਾਂ ਮੋਟਰ ਹੋਇਆ ਖੜਾ ਲਓ ਸਾਈਡ ਤੇ ਕਰ ਲਓ ਟੂੜੀਆਂ ਵੀ ਟਰਾਲੀ ਹੋ ਗਿਆ ਵੀਰ ਬਣ ਕੇ ਲੰਘਣੀ ਨੀ ਗਈ ਕੋਈ ਵੀ ਬਾਈ ਜੀ ਇੱਕ ਇੱਕ ਖਿਡਾਰੀ ਆਵੇ ਦੋਨਾਂ ਟੀਮਾਂ ਦਾ ਸਾਰੀ ਟੀਮ ਨਾ ਕੱਠ ਮਾਰੇ ਉੱਥੇ ਕਮਲ ਜਾਣਾ ਪਾਓ ਮੇਰੇ ਵੀਰ ਹੈਲੋ ਉਹ ਬਾਈ ਇੱਧਰ ਨਾ ਇਸ ਸਟੇਜ ਤੇ ਨਾ ਜਦੋਂ ਆ ਖੜੇ ਮੁੰਡੇ ਇੱਕ ਇੱਕ ਖਿਡਾਰੀ ਆਓ ਸੂਝਵਾਨ ਖਿਡਾਰੀ ਉਹ ਮੇਰੇ ਵੀ ਤੁਹਾਨੂੰ ਪਤਾ ਫੈਸਲੇ ਕਿਵੇਂ ਹੁੰਦੇ ਆ ਕੋਈ ਵੀ ਫੈਸਲਾ ਬੜੀ ਨਿਮਰਤਾ ਦੇ ਨਾਲ ਬੜੀ ਸੂਝ ਦੇ ਨਾਲ ਕੀਤਾ ਜਾਂਦਾ ਮੇਰੇ ਵੀ ਫੈਸਲਾ ਜਿਹੜੀ ਸਾਡੀ ਸਪੋਰਟਸ ਕਲੱਬ ਹੈ ਉਹਨੇ ਕਰਨਾ ਜੋ ਫੈਸਲੇ ਨਿਰਪੱਖ ਫੈਸਲੇ ਹੋਣਗੇ ਪੁਰਾਣੇ ਵਾਲਾ ਬੀ ਤੇ ਕਪੂਰੀਆਂ ਦਾ ਮੈਚ ਖੇਡਿਆ ਜਾਣਾ 7 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਵੀ ਗਰਾਊਂਡਾਂ ਵੱਲ ਆ ਜਾਣਾ ਨਵ ਖੇਡ ਦੇ ਮੈਦਾਨ ਵਿੱਚ ਜਿਹੜਾ ਮੈਚ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਪੁਰਾਣੇ ਵਾਲਾ ਬੀ ਟੀਮ ਦੂਸਰੇ ਪਾਸੇ ਕਪੂਰੀ ਪਿੰਡਾ ਪੁਰਾਣੇ ਵਾਲੀਆ ਕਹਿੰਦਾ ਆਪਣਾ ਜਿੰਨੇ ਜੱਫੇ ਲਾਵੇਗਾ ਹਰੇਕ ਜੱਫੇ ਦੇ 500 ਰੁਪਇਆ ਦੋਨੇ ਆਪਣੇ ਜਿੰਨੇ ਜੱਫੇ ਲਾਉਣਗੇ
ਅਮਰ ਕਬੀਰ ਵੱਲੋਂ 600 ਰੁਪਇਆ ਦੋਨਾਂ ਅਮਲਿਆਂ ਦੇ ਲਈ ਹੈ। ਅੱਜ ਜਿਹੜਾ ਵੀ ਕੋਈ ਵੀ ਮੋਟਰਸਾਈਕਲ ਜਾਂ ਸਕੂਟਰ ਪਈ ਕੇ ਖੜਾ ਬਾਈ ਸਾਈਡ ਤੇ ਕਰ ਲਓ, ਪੂਰੀ ਵਾਲੀ ਟਰਾਲੀ ਆਉਂਦੀ ਹੈ ਲੰਘ ਨਹੀਂ ਰਹੀ ਇਹ। ਆ ਟੈਂਪੂ ਵਾਲੇ ਵੀਰ ਨੂੰ ਬੇਨਤੀ ਹੈ ਸਾਈਡ ਤੇ ਕਰ ਲਵੇ। ਸਿਕਾਉਂਡੀ ਸਾਡੀ ਵੀਰਾਂ ਨੂੰ ਬੇਨਤੀ ਆ ਵੀ ਸੜਕ ਦੇ ਉੱਪਰ ਜਿਹੜੇ ਵਹੀਕਲ ਸਾਧਨ ਖੜੇ ਉਹ ਸਾਈਡ ਤੇ ਕਰਵਾ ਦਿਓ। ਇਹ ਤਿੰਨਾਂ ਪਹੀਆਂ ਵਾਲਾ ਵੀ ਮੈਨੂੰ ਲੱਗਦਾ ਉੱਪਰ ਹੀ ਖੜਿਆ, ਉਹ ਵੀ ਸਾਈਡ ਤੇ ਕਰ ਲਓ ਜੀ। ਉੱਧਰ ਜਿਹੜੀ ਟਰਾਲੀ ਆ ਰਹੀ ਹੈ ਕੋਈ ਵੀਰ ਉਹਦੇ ਰਾਸਤੇ ਦੇ ਵਿੱਚ ਮੋਟਰਸਾਈਕਲ ਖੜਾ ਕਰੇ। ਹੈਲੋ ਸੋਡੀ ਸੀਰਾ ਬਿੱਲਾ ਤੇ ਕਾਲਾ ਆਮਣੇ ਹੁਣੀ ਜਿੰਨੇ ਜਫੇ ਲਾਉਣਗੇ 700 ਰੁਪਏ ਉਹਨਾਂ ਵੱਲੋਂ ਹੋਣਗੇ। ਵੇਟ ਕਮੇਟੀ ਵਾਲੇ ਸਾਡੇ ਵੀਰ ਉਹਨਾਂ ਵੱਲੋਂ ਆਏ ਨਾ, ਦੇਖਦੇ ਆ ਵੀ ਕਪੂਰੀਆਂ ਦੀ ਦੀਵਾਨ ਖੜਾ ਕਰਿਓ। ਭਾਗਾ ਭਾਗਾ ਬਾਈ ਜਿੰਨੇ ਜਫੇ ਲਾਊਗਾ ਹਿੰਦਾ ਹਰ ਜਫੇ ਤੇ 100-100 ਰੁਪਇਆ। 60 ਕਿਲੋ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆਉਣ, ਦੋਨੇ ਟੀਮਾਂ 60 ਕਿਲੋ ਦੀਆਂ ਖੇਡ ਮੈਦਾਨ ਦੇ ਵਿੱਚ ਆਉਣ। ਧਾਗੇ ਦੀ ਹਰ ਰੇਟ ਤੇ ਹਿੰਦਾ 100 ਰੁਪਇਆ ਲਾਓ। ਕਪੂਰੀਆਂ ਵੱਲੋਂ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਪੈ ਚੁੱਕੀ ਹੈ। ਉਧਰਲੇ ਪਾਸੇ ਦੇਖਦੇ ਵੀ ਖੇਡ ਦੇ ਮੈਦਾਨ ਵਿੱਚ ਤਿੰਦਰ ਨੌਜਵਾਨ ਸਾਹਮਣੇ ਡੱਕਣ ਦੀ ਗੱਲ ਕਰਦਾ, ਪਰ ਪੁਆਇੰਟ ਜਿਹੜਾ ਕਪੂਰੀਆਂ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ। ਜਿੰਨੇ ਵੀ ਕਬੱਡੀਆਂ ਧਾਗਾ ਲੈ ਕੇ ਆਵੇਗਾ, ਪੁਆਇੰਟ ਲੈ ਕੇ ਆਵੇਗਾ, 700 ਰੁਪਇਆ ਸੀਰੇ ਵੀਰ ਵੱਲੋਂ ਹੋਵੇਗਾ। ਜਿਹੜੇ ਵੀ ਪੁਆਇੰਟ ਲੈ ਕੇ ਵਰਤਦਾ ਹੈ ਲਾਲ ਤਾਰਾ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹੈਲੋ ਹਾਂਜੀ, ਇਸ ਤੋਂ ਅਗਲਾ ਮੈਚ 60 ਦਾ ਫਾਈਨਲ ਆ ਵੀਰੇ, ਦਾਲਾ ਤੇ ਕਿਸ਼ਨਪੁਰੇ ਦਾ। ਦਾਲਾ ਤੇ ਕਿਸ਼ਨਪੁਰਾ ਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਕਬੱਡੀ 60 ਕਿਲੋ ਲਾਲ ਇਧਰਲੇ ਪਾਸੇ ਚੱਲ ਵੀ ਨੌਜਵਾਨ ਕਬੱਡੀ ਲਾਲ ਦੇਖਦੇ ਪਰਲੀ ਕਨੀ ਤੇ ਤਿੰਦਰ ਅਲੀ ਕਨੀ ਤੇ ਨਿੱਕਾ ਨਾਲ ਆਪਣੇ ਹੁਣੀ ਹੈ ਨੌਜਵਾਨ ਨਾਲ ਹੀ ਮਣੀ ਨਾ ਚਾਰ ਦੇ ਹਾਸਿਆਂ ਦੇ ਬੋਲਿਆ ਹੋਇਆ ਤਾਂ ਮੈਂ ਇਸ ਗੱਭਰੂ ਦਾ ਕਿ ਮੈਚ ਹੋਣਗੇ ਟਿਕਾਣੇ ਜਾਡੇ ਆਉਣਗੇ। ਲਾ ਨਿੱਕਾ ਨੌਜਵਾਨ ਦੇਖਦੇ ਵੀ ਇੱਕ ਓਪਨ ਦੇ ਵਿੱਚ ਤਕੜੇ ਜਫੇ ਲਾਉਂਦਾ ਸਾਡਾ ਵੀਰ, ਇੱਕ ਆਹ ਨਿੱਕਾ ਵਜਦੀ ਕਬੱਡੀ ਖੇਡਦਾ ਹੈ। ਲਾਓ ਭਾਗਿਆ ਨੌਜਵਾਨ ਆ, ਭਾਂ ਕਬੱਡੀ ਸਿੱਖੀ ਵੀ ਕਹਿ ਤੇ ਕਬੱਡੀ ਵੀ ਕਹਿਮ ਕਿ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ, ਕਿ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ, ਸਿੰਘ ਮਾਰਦੇ ਠਾਕੁਰ ਦੱਸਦੇ ਬਾਜਾਂ ਨੂੰ, ਨਾ ਹਰ ਚੰਦਰੀਏ ਨਾ ਹਰ ਚੰਦਰੀਏ ਉੱਡਦੇ ਬਾਜਾਂ ਨੂੰ। ਉਧਰ ਭਾਗੇ ਵੀ ਕਬੱਡੀ ਦੇ ਕਪੂਰਿਆਂ ਵਾਲਾ ਨੌਜਵਾਨ ਗੁੱਟ ਫੜ ਬੈਠਾ ਹੈ, ਆਉਂ ਦੇਖ ਰਿਹਾ ਕਿ ਬਾਂਹ ਗੁੱਟ ਕੇ ਫੜ ਲਵੇ ਅਜੇ ਸਾਡੀ ਉਮਰ ਨਿਆਣੀ। ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੁਪਾਂ ਦੇ ਹਾਣੀ, ਆਉਂ ਦੇਖ ਰਿਹਾ ਦੋਨੇ ਪਾਸੇ ਪੁਆਇੰਟ ਮਣੀ ਕਪੂਰਿਆਂ ਵਾਲਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੈ। ਚੱਲ ਵੀ ਨੌਜਵਾਨ ਤਾਂ ਕਬੱਡੀ ਸ਼ਾਲ ਵੀ ਭਲਵਾਨ ਤਾਂ ਕਬੱਡੀ ਖੇਡ ਮੈਦਾਨ ਵਿੱਚ ਇਧਰਲੇ ਪਾਸੇ ਪਈ ਹੋਈ ਕਬੱਡੀ ਹੈ। ਉਧਰਲੇ ਪਾਸੇ ਦੇਖਦੇ ਵੀ ਨੌਜਵਾਨ ਨੂੰ ਕੌਣ ਡੱਕ ਦਾਵੇਗਾ, ਮਾਨ ਸਨਮਾਨ ਦੀ ਗੱਲ ਲਓ ਆਉਣੇ ਦੀ ਲਈ। ਉਧਰਲੇ ਪਾਸੇ ਦੇਖਦੇ ਹੈ, ਆ ਸਾਹਮਣੇ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਲਓ ਡੱਕਣ ਦੀ ਗੱਲ ਰੱਖਣ ਦੀ ਗੱਲ, ਪਰ ਆ ਦੇਖਦੇ ਸਫਲਤਾ ਸਫਲਤਾ ਧਾਵੀ ਦੇ ਕਦਮ ਚੁੱਕਦੀ ਹੈ। ਚੱਲ ਵੀ ਤਾਰਿਆ ਨੌਜਵਾਨ ਆ ਤਾਂ ਕਬੱਡੀ ਕਿ ਜੇ ਖੇਡ ਨਹੀਂ ਸਕੇ ਕਬੱਡੀ ਤੇ ਡਹਿਰ ਕਿਹੜੀ ਪਾਈਦਾ, ਮਹੀਨੇ ਵਿੱਚ ਛੱਡਣਾ ਪੈਂਦਾ ਨਿਗਰ ਜਾਈਦਾ, ਸਹਿਣੀ ਪੈਂਦੀ ਹੈ ਜੇ ਹਾਰਦੀਆਂ ਤੋਂ ਪਾਣੀ ਮਾਰ। ਮਿੱਤਰੋ ਇਹਨਾਂ ਸੌਖਾ ਨੇ ਬਣਨਾ ਕਬੱਡੀ ਦਾ ਸਟਾਰ ਮਿੱਤਰੋ, ਨਾ ਦੇਖਦੇ ਪਹਿਲਾਂ ਮਾਈਕ ਤੇ ਹਰਦੀਪ ਕੋਕਰੀ ਵਾਲੇ ਨੇ ਕਬੱਡੀਆਂ ਪਵਾਈਆਂ। ਪੰਜਾਬ ਦਾ ਪ੍ਰਸਿੱਧ ਬੁਲਾਰਾ ਮੇਰਾ ਵੀਰ, ਅਨੇਕਾਂ ਹੀ ਖੇਡ ਵੇਲੇ ਕਬੱਡੀ ਕੱਪਾਂ ਦੇ ਵੱਡੇ ਮਾਨ ਸਮਾਨ ਹੋਏ ਨੇ। ਨਾ ਉਧਰਲੇ ਪਾਸੇ ਪਈ ਹੋਈ ਕਬੱਡੀ ਖੇਡ ਦੇ ਮੈਦਾਨ ਵਿੱਚ, ਕਹਿੰਦੇ ਜੀ ਨੇ ਰੋਟੀ ਨਾ ਖਾਧੀ ਚਾਰ ਦੇ ਗੰਢੇ ਨਾਲ, ਤਿੱਤ ਨਿਕਲੀ ਤੇ ਢੋਈ ਨਾ ਨਗਰੀ ਵਾਣ ਦੇ ਮੰਜੇ ਨਾਲ, ਚਮਕ ਚਲਮਣੀ ਸਹਿ ਕੇ ਜੇ ਬਾਗੀ ਨਹੀਂ ਹੁੰਦਾ ਬੇਸ਼ੱਕ ਰਹੇ ਪੰਜਾਬ ਉਹ ਪੰਜਾਬੀ ਨਹੀਂ ਹੁੰਦਾ। ਰੇਸ਼ਮ ਦੀ ਪਈ ਹੋਈ ਕਬੱਡੀ ਹੈ, ਨਾ ਦੇਖਦੇ ਉਧਰਲੇ ਪਾਸੇ ਹਲਕਾ ਜਿਹਾ ਟੱਚ ਕਰਦਾ, ਪਰ ਪੁਆਇੰਟ ਪੁਆਇੰਟ ਜਿਹੜਾ ਧਾਵੀ ਦੇ ਖਾਤਰ ਜੁੜ ਗਿਆ। ਚੱਲ ਵੀ ਭਾਗੇ ਨੌਜਵਾਨ ਦਾ ਤਾਂ ਕਬੱਡੀ, ਉਧਰ ਸੀਰੇ ਵੀਰ ਹੋਣੀ ਕਹਿੰਦੇ ਨੇ ਵੱਡੇ ਮਾਨ ਸਮਾਨ ਹੋਣਗੇ ਜਿਹਦੇ ਪੁਆਇੰਟ ਪ੍ਰਾਪਤ ਕਰਦਾ ਹੈ। ਉਧਰ ਪਈ ਹੋਈ ਕਬੱਡੀ ਖੇਡ ਦੇ ਮੈਦਾਨ ਵਿੱਚ 60 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਣ ਫਾਈਨਲ ਮੈਚ ਖੇਡਣ ਦੇ ਲਈ। ਨਾ ਮਾਰੋ ਤਾੜੀਆਂ ਭਾਗੇ ਦੇ ਲਈ, ਮਾਰੋ ਤਾੜੀਆਂ ਭਾਗੇ ਦੇ ਲਈ। ਮੇਘੇ ਵੱਲੋਂ 500 ਰੁਪਇਆ ਭਾਗੇ ਦੇ ਲਈ, ਸਿਰੇ ਵੀਰ ਵੱਲੋਂ 100 ਰੁਪਇਆ ਭਾਗੇ ਦੇ ਲਈ। ਨਾ ਦੇਖਦੇ ਵੀ ਖੇਡ ਮੈਦਾਨ ਵਿੱਚ ਕਪੂਰੀਆਂ ਵੱਲੋਂ ਪੈਂਦੀ ਹੋਈ ਕਬੱਡੀ ਹੈ, ਚਿੱਟੀਆਂ ਕਬਾਬੀਆਂ ਫੁੱਟੀਆਂ ਵਰਗੀ ਪੇਪੇ, ਉਧਰ ਪਈ ਹੋਈ ਕਬੱਡੀ ਵਗਦੇ ਸਮੁੰਦਰ ਦੀ ਲਹਿਰ ਵਰਗੀ ਕਬੱਡੀ ਗੱਭਰੂ ਦੀ। ਆ ਦੇਖਦੇ ਉਧਰਲੇ ਪਾਸੇ ਮਣੀ ਮਣੀ ਨੌਜਵਾਨ ਸਾਹਮਣੇ ਗੁੱਟ ਫੜ ਬੈਠਾ ਹੈ, ਪਰ ਆ ਦੇਖਦੇ ਹੈ 25-11 ਚ ਫਰਕ ਬੜਾ ਹੁੰਦਾ ਹੈ।
कोई गल नहीं, वजन चाहे घट है मणि का पर कोशिश बड़ी तगड़ी गिंदी है, पर पॉइंट धामी के खातर जुड़ गया है। चल भी तारिया नौजवान पा कबड्डी, बड़ी खुशी वाली गल होगी है। पिंड के खेड ग्राउंड की जो पिंड की टीम खेलती है तो मेरे को वखरा जहा नजारा बढ़ जाता है। ना वो पहले पास पैसे कबड्डी है कि पुराने वाले के मुंडे देख लो वखरे शौक पाते ने। हेलो हाँ जी, मेरे राणा डबई वाला कहता भी अगला मंडी किन्ने जत्थे लाई 500 रुपया हरे जत्थे का। दोनों अमड़िया के लिए सांसर दे मान सम्मान इधरले पास साढ़े वीर हुणा वालों आए ना पिंदर हुणी कहते हैं सीरे वाली वाला जरा भागे ने पहला पॉइंट लिया है। साठ भी आप पहुंच गया मेरे भी फरी चलो उधरले पासे दिखते खेड मैदान पिंदर नौजवान सामने पुत फट बैठा है पर आखते की बनता नारे ताड़ियां मेरे भीर के ताड़ियां बजिया तो पता लगता लोगों के मन लग्या का दुनिया पूज भी सदा जोधिया कोई ना नहीं लैंदा मैदानों भजिया का। दुनिया पूज भी सदा जोधिया कोई ना नहीं लैंदा मैदानों भजिया का। उधर भागा फिर कुलाड़ी के बीच फस गया है कि फस गई जान कुलाड़ी अंदर जो बोलन गन्ना हुण कह शाह मुहम्मद नू जे निकला तो मना। उधरले पासे लंघदा होया जफा खेड मैदान भी देखते हैं सफलता जाफरी के कदम चुनी पॉइंट कजोरिया की टीम का। चल भी नौजवाना पा कबड्डी के पुराने वाले पिंड के मुंडे देख ले वखरे शब्द पगाते ने दसा नफा की किरत कमाई खेडा ही उत्ते लाते ने खरे खोटे की परखे गल करते ने तिड़का के राजे खेले सच्चे सज्जन मित्र मिलते ने जफ्फिया पा के मिलते ने जफ्फिया पा के अमना उधरले पासे डकन की गल करता है पर पॉइंट कटूरिया की टीम के खाते जुड़ गया। पॉइंट कटूरिया की टीम का है 60 किलो फाइनल मैच दीम लास्ट काल है जल्द टीम वेटिंग बॉक्स के बीच आ जाते टीम लखे डबई वाले ने तो राणे डबई वाले ने अगला मंडी किन्ने जत्थे लाइए हरेक जत्थे का 500 रुपया 1000 हो गया हम तो ला दो एक ना दुबई वाले साढ़े वीर 1000 रुपये की गल करके मैं भी अपने नौजवान हो जा कैम ना देखते भी उधरले पास। हाँ जी पुराने वाले ने कपूरिया के त्राग आ फिर ठीक है।